ਜਿਹੜੇ ਪਰਮਾਨੰਦ ਜੀ ਨੇ ਚਾਹੇ ਸੰਤ ਈਸ਼ਰ ਸਿੰਘ ਦੀ ਰਾੜੇ ਸਾਹ ਵਾਲੇ ਹੋਏ ਨੇ ਤੇ ਅਤਰ ਸਿੰਘ ਜੀ ਹੋਏ ਨੇ ਚਾਹੇ ਸੰਤ ਚਰਨਾਲ ਸਿੰਘ ਜੀ ਉਹ ਸਾਰੇ ਧਰਮਾਂ ਦੇ ਕਿਉਂਕਿ ਜਿਹੜਾ ਬੰਦਾ ਪ੍ਰਮਾਤਮਾ ਦੇ ਵੇਦ ਗ੍ਰੰਥ ਪੜ੍ਹਦਾ ਆ ਉਹ ਪ੍ਰਮਾਤਮਾ ਦਾ ਹੋ ਜਾਂਦਾ ਆ ਤੇ ਪ੍ਰਮਾਤਮਾ ਸਾਰਿਆਂ ਵਿੱਚ ਆ ਤੇ ਉਹ ਸਾਰਿਆਂ ਨਾਲ ਪਿਆਰ ਕਰਦਾ ਹੁਣ ਇਹ ਚ ਕੱਟੜਤਾ ਕੀ ਆ ਧਰਮ ਦੇ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ ਕਬਲ ਅੱਲਾ ਨੂਰ ਪਾਇਆ ਗੁਰਤਕੇ ਸਭ ਬੰਦੇ ਹੁਣ ਜੇ ਮੈਂ ਕਿਸੇ ਨੂੰ ਕਹਾ ਵੀ ਮੈਂ ਹੀ ਵਧੀਆਂ ਆ ਮੈਂ ਗੁਰਬਾਣੀ ਦੇ ਉਲਟ ਹੋ ਗਿਆ ਮੈਂ ਕੱਟੜ ਨਹੀਂ ਕੱਟੜ ਮੈਂ ਤਾਂ ਆ ਵੀ ਜੇ ਗੁਰੂ ਸਾਹਿਬ ਦੀ ਗੱਲ ਮੰਨੂ ਗੁਰੂ ਸਾਹਿਬ ਨੇ ਪਿਆਰ ਸਾਰਿਆਂ ਨਾਲ ਕੀਤਾ ਸਸਕਲ ਜੀ ਇੱਕ ਵਾਰੀ ਫਿਰ ਸਵਾਗਤ ਹੈ ਤੁਹਾਡਾ ਇੱਕੀ ਟਾਕ ਸ਼ੋਅ ਤੇ ਤੇ ਅੱਜ ਮੇਰੇ ਨਾਲ ਜਿਹੜੇ ਸ਼ਖਸ ਨੇ ਉਹ ਮੋਟੀਵੇਸ਼ਨਲ ਸਪੀਕਰ ਨੇ ਸਕੂਲ ਦੇ ਵਿੱਚ ਪ੍ਰਿੰਸੀਪਲ ਨੇ ਤੇ ਸਵਾਗਤ ਹੈ ਬਾਜੀ ਕਿਵੇਂ ਹੋ ਥੈਂਕ ਯੂ ਵੀਰੇ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਨਹੀਂ ਤੁਹਾਡਾ ਥੈਂਕ ਯੂ ਤੁਸੀਂ ਬੁਲਾਇਆ ਪ੍ਰੋਫ ਸਿਮਰਨ ਜੀ ਜੀ ਹਾਂ ਜੀ ਹਾਂ ਜੀ ਕਿਵੇਂ ਹੋ ਬਹੁਤ ਵਧੀਆ ਕਰ ਮੈਨੂੰ ਹੈਰਾਨਗੀ ਹੋਈ ਸੁਣ ਕੇ ਹੁਣੇ ਤੁਸੀਂ ਕਿਹਾ ਕਿ ਪਤਾ ਨਹੀਂ ਸੀ ਤੁਹਾਨੂੰ ਕਿ ਤੁਸੀਂ ਸਾਡੇ ਸ਼ੋਅ ਤੇ ਆ ਰਹੇ ਹੋ ਨਹੀਂ ਸੱਚੀਓ ਇਹ ਜੋ ਕਰਦਾ ਪ੍ਰਮਾਤਮਾ ਹੀ ਕਰਦਾ ਆ ਤੇ ਮੈਨੂੰ ਸਾਰਾ ਸੁਣਿਆ ਵੀ ਮੈਂ ਪੋਡਕਾਸਟ ਤੇ ਇੰਟਰਵਿਊਦਾਂ ਚੱਲੇ ਆ ਉਹ ਸ਼ਬਦ ਅਨਮੋਲਕ ਵਾਤਰਾ ਪ੍ਰਮਾਤਮਾ ਨੇ ਸੁਣਾਇਆ ਨਹੀਂ ਜਿਵੇਂ ਮੈਂ ਐਂਟਰੀ ਕੀਤੀ ਸਰਪ੍ਰਾਈਜ਼ ਮਿਲ ਗਿਆ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਤੋਂ ਹੀ ਚਲੋ ਮਿਲਣਾ ਚਾਹੁੰਦਾ ਸੀ ਤੇ ਹਰੇਕ ਤੁਹਾਨੂੰ ਜਿਹੜਾ ਵਧੀਆ ਬੰਦਾ ਕਿਸੇ ਵੀ ਧਰਮ ਦਾ ਤੁਹਾਨੂੰ ਲਾਈਕ ਕਰਦਾ ਤੁਹਾਡੀ ਸੇਵਾ ਜੋ ਪਰਮਾਤਮਾ ਕਰਵਾ ਰਿਹਾ ਹਰੇਕ ਮਿਲਣਾ ਚਾਹੁੰਦਾ ਮੈਂ ਵੀ ਉਹਨਾਂ ਚੋਂ ਇੱਕ ਸੀਗਾ ਚਲੋ ਕਿਸੇ ਕਾਰਨ ਨਹੀਂ ਮਿਲ ਹੋਇਆ ਤੇ ਬਹੁਤ ਮੈਨੂੰ ਵਧੀਆ ਲੱਗਿਆ ਤੁਹਾਡਾ ਸ਼ੁਕਰੀਆ ਤੇ ਤੁਸੀਂ ਐਡੇ ਵੱਡੇ ਅਹੁਦੇ ਤੇ ਹੁੰਦੇ ਹੋਏ ਵੀ ਚਲੋ ਇਹ ਸਾਨੂੰ ਹੁਕਮ ਕੀਤਾ ਵੀ ਹਨਾ ਹਾਂ ਥੈਂਕ ਯੂ ਨਹੀਂ ਨਹੀਂ ਵੀਰੇ ਤੁਸੀਂ ਭਰਾ ਹੋ ਔਰ ਮੈਂ ਤੁਹਾਡੀਆਂ ਅਕਸਰ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖਦਾ ਰਹਿਣਾ ਔਰ ਮੈਂ ਤੁਹਾਨੂੰ ਵੀ ਔਨ ਕੈਮਰਾ ਦੱਸਣਾ ਚਾਹਨਾ ਕਿ ਜਦੋਂ ਵੀ ਅਸੀਂ ਕਿਸੇ ਨੂੰ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਸੁਣਦੇ ਹਾਂ ਤਾਂ ਅੰਦਰੋਂ ਸਾਡੇ ਵੀ ਉਹ ਚੀਜ਼ ਜਾਗਦੀ ਹੈ ਹਾਂ ਤਾਂ ਮੈਨੂੰ ਵੀ ਤੁਹਾਡੇ ਨਾਲ ਬੜਾ ਵਧੀਆ ਲੱਗਿਆ ਕਿ ਯਾਰ ਸ਼ਖਸ ਕਿੰਨੇ ਪਿਆਰ ਨਾਲ ਹਰ ਚੀਜ਼ ਸਮਝਾਉਂਦੇ ਨੇ ਤੁਹਾਡੇ ਸਮਝਾਉਣ ਦਾ ਤਰੀਕਾ ਬਹੁਤ ਜ਼ਬਰਦਸਤ ਹੈ ਬਾਈ ਔਰ ਚਲੋ ਹਰੇਕ ਨੂੰ ਪਰਮਾਤਮਾ ਨੇ ਕੋਈ ਨਾ ਕੋਈ ਟੈਲੈਂਟ ਦਿੱਤਾ ਆ ਤੁਹਾਨੂੰ ਸੇਵਾ ਚਲੋ ਜੇ ਮੈਨੂੰ ਬੋਲਣ ਦਾ ਕਿਸੇ ਨੂੰ ਕੋਈ ਕੋਈ ਸੜਕਾਂ ਤੇ ਕੰਮ ਕਰਦਾ ਕੋਈ ਘਰਾਂ ਚ ਵਧੀਆ ਤਰੀਕੇ ਨਾਲ ਕੰਮ ਕਰਦਾ ਹਣਾ ਹਰੇਕ ਨੂੰ ਟੈਲੈਂਟ ਪਰਮਾਤਮਾ ਕੋਈ სპੋਰਟਸਮੈਨ ਆ ਕੋਈ ਡਾਕਟਰ ਆ ਤੇ ਚਲੋ ਇਹ ਪਰਮਾਤ ਸਾਰੇ ਬੰਦੇ ਮੇਰੇ ਹਿਸਾਬ ਨਾਲ ਬਰਾਬਰ ਨੇ ਇਹ ਨਹੀਂ ਵੀ ਜੇ ਕੋਈ ਸੋਸ਼ਲ ਮੀਡੀਆ ਤੇ ਮਸ਼ਹੂਰ ਆ ਨਹੀਂ ਕੀ ਪਤਾ ਕੋਈ ਲੇਡੀ ਇਹ ਜੀ ਆ ਜਿਹੜੀ ਘਰਾਂ ਵਿੱਚ ਬਹੁਤ ਵਧੀਆ ਰੋਟੀ ਪਾਣੀ ਪ੍ਰਸ਼ਾਦਾ ਤਿਆਰ ਕਰਦੀ ਆ ਮੈਨੂੰ ਉਹ ਨਹੀਂ ਆਉਂਦਾ ਬਿਲਕੁਲ ਹੈਨਾ ਹਾਂ ਰਿਸਪੈਕਟ ਕਰਨੀ ਚਾਹੀਦੀ ਹਰ ਕਿਸੇ ਦੇ ਕਿਉਂਕਿ ਸਾਰੇ ਜੀ ਪਰਮਾਤਮਾ ਆ ਜੀ ਤੁਸੀਂ ਜੇ ਨਚੋੜ ਲੱਭੀਏ ਸਾਰਿਆਂ 'ਚ ਪਰਮਾਤਮਾ ਅੱਲਾ ਵਾਹਿਗੁਰੂ ਰਾਮ ਉਹੀ ਆ ਜੀ ਫਿਰ ਆਪਾਂ ਸਾਰੇ ਦੀ ਰਿਸਪੈਕਟ ਕਰੀਏ ਭਾਈ ਸਭ ਤੋਂ ਖੂਬਸੂਰਤ ਗੱਲ ਤੁਹਾਡੀ ਮੈਨੂੰ ਲੱਗੀ ਕਿ ਜਦੋਂ ਅਸੀਂ ਗਏ ਸੀਗੇ ਬਰਿੰਦਾਵਨ ਪ੍ਰੇਮਾਨੰਦ ਮਹਾਰਾਜ ਜੀ ਕੋਲ ਤੇ ਤੁਹਾਡਾ ਫੇਸਬੁੱਕ ਤੇ ਮੈਨੂੰ ਮੈਸੇਜ ਆਇਆ ਹੋਇਆ ਉਹ ਪੜ੍ਹ ਕੇ ਮੈਨੂੰ ਬੜਾ ਸਕੂਨ ਜਿਹਾ ਮਿਲਿਆ ਤੁਸੀਂ ਉਹਦੇ 'ਚ ਸਾਨੂੰ ਵੀ ਐਪਰੀਸ਼ੀਏਟ ਕੀਤਾ ਕਿ ਸ਼ਾਬਾਸ਼ ਤੁਸੀਂ ਉਹਨਾਂ ਨੂੰ ਮਿਲੇ ਤੇ ਤੁਸੀਂ ਵੀ ਉਹਦੇ 'ਚ ਲਿਖਿਆ ਕਿ ਤੁਸੀਂ ਵੀ ਮਿਲਣਾ ਚਾਹੁੰਦੇ ਹੋ ਪਰ ਅਕਸਰ ਅਸੀਂ ਸਮਾਜ ਦੇ ਵਿੱਚ ਬਈ ਦੇਖਦੇ ਹਾਂ ਜਿੱਦਾਂ ਆਮ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਵੀ ਕੋਈ ਹਿੰਦੂ ਧਰਮ ਦੇ ਮਤਲਬ ਐਦਾਂ ਹਿੰਦੂ ਧਰਮ ਦੇ ਗੁਰੂ ਕੋਲ ਕੋਈ ਜਾਂਦਾ ਸਿੱਖ ਧਰਮ ਤੋਂ ਤਾਂ ਮੋਸਟਲੀ ਲੋਕ ਐਪਰੀਸ਼ੀਏਟ ਕਰਨ ਦੀ ਬਜਾਏ ਕਹਿਣ ਲੱਗ ਜਾਂਦੇ ਨੇ ਕਮੈਂਟਾਂ ਦੇ ਵਿੱਚ ਕਿ ਤੈਨੂੰ ਕੀ ਲੋੜ ਸੀ ਉਹ ਉਹਨਾਂ ਕੋਲ ਚਲੇ ਗਏ ਹਾਂਜੀ ਦੇਖੋ ਵੀਰੇ ਉਹੀ ਬੰਦਾ ਗਲਤ ਕਹੂਗਾ ਜਿਹੜਾ ਗੁਰੂ ਸਾਹਿਬ ਦੇ ਨਹੀਂ ਮੰਨਦਾ ਹੋਊਗਾ ਠੀਕ ਆ ਦੇਖੋ ਸਕੂਲ ਦੇ ਵਿੱਚ ਸਾਰੇ ਬੱਚੇ ਪੜ੍ਹਦੇ ਹੁੰਦੇ ਨੇ 100 ਬੱਚਾ ਸਪੋਜ਼ ਕਰੋ ਪੜ੍ਹਦਾ ਆ ਉਹਦੇ ਵਿੱਚ 100 ਥੋੜਾ ਕਹਿਣਾ ਮੰਨਦੇ ਨੇ ਟੀਚਰ ਦਾ ਹਨਾ ਤੇ ਜਿਹੜੇ ਇਹ ਮਹਾਪੁਰਖ ਹੁੰਦੇ ਨੇ ਇਹ ਕਿਸੇ ਧਰਮ ਦੇ ਨਹੀਂ ਹੁੰਦੇ ਹੈਗੇ ਗੁਰੂ ਪੀਰ ਪੈਗੰਬਰ ਇਹ ਸਾਰਿਆਂ ਦੇ ਹੁੰਦੇ ਨੇ ਫਾਰ ਇਗਜ਼ਾਮਪਲ ਜਿਵੇਂ ਤੁਹਾਡੇ ਕੋਲ ਵੀ ਸਾਰੇ ਧਰਮਾਂ ਦੇ ਮਰੀਜ਼ ਆਉਂਦੇ ਨੇ ਤੁਸੀਂ ਮੈਨੂੰ ਲੱਗਦਾ ਕਿਸੇ ਕਿਸ ਨੂੰ ਪੁੱਛਿਆ ਨਹੀਂ ਹੋਣਾ ਵੀ ਹੂ ਆਰ ਯੂ ਜੀ ਬਿਲਕੁਲ ਤੇਰਾ ਰਿਲੀਜੀਅਨ ਕਿਹੜਾ ਆ ਸਕੂਲ ਦੇ ਵਿੱਚ ਅਸੀਂ ਨਹੀਂ ਕਿਸੇ ਨੂੰ ਪੁੱਛਿਆ ਅਜੇ ਤੱਕ ਵੀ ਤੂੰ ਕਿਹੜੇ ਧਰਮ ਦਾ ਆ ਜਿਹੜਾ ਫਾਸਟ ਬੈਂਚ ਤੇ ਬੱਚਾ ਬੈਠਾ ਹੋਵੇ ਸ਼ਾਇਦ ਉਹ ਹੋਰ ਧਰਮ ਦਾ ਨਾਲ ਦੇ ਹੋਰ ਧਰਮ ਦਾ ਜਦੋਂ ਆਪਾਂ ਪੜ੍ਹੇ ਆ ਆਪਾਂ ਨੂੰ ਕਿਸੇ ਨੇ ਐਵੇਂ ਕੰਪੈਰੀਸ਼ਨ ਨਹੀਂ ਕੀਤਾ ਜਿਹੜੀ ਤੁਸੀਂ ਗੱਲ ਪੁੱਛੀ ਆ ਵੀ ਉਹਨਾਂ ਕੋਲੇ ਤੁਸੀਂ ਬਾਬਾ ਜੀ ਕੋਲੇ ਗਏ ਕੋਈ ਬਾਬਾ ਜੀ ਸਾਰੇ ਹੀ ਹੁੰਦੇ ਨੇ ਪਰਮਾਤਮਾ ਦਾ ਰੂਪ ਨੇ ਤੇ ਜਿਹੜਾ ਉਹਨਾਂ ਦਾ ਗਿਆਨ ਦੇਣ ਦਾ ਢੰਗ ਹੈਗਾ ਐਕਸਪੀਰੀਅੰਸ ਆਪਣਾ ਦੱਸਦੇ ਨੇ ਉਹਨਾਂ ਨੇ ਨਾ ਮਤਲਬ ਮੈਂ ਦੇਖਿਆ ਵੀ ਜਿਹੜੇ ਪਖੰਡ ਚੱਲਦੇ ਸੀਗੇ ਉਹ ਉਹਨਾਂ ਨੇ ਬੰਦ ਕਰਤੇ ਠੀਕ ਆ ਉਹਨਾਂ ਨੇ ਸਿੱਧੀ ਉਹ ਗੱਲ ਪਰਮਾਤਮਾ ਦੀ ਕੀਤੀ ਨਾਮ ਜਪਣ ਦੀ ਕੀਤੇ ਨਾਮ ਜਪਣ ਦੇ ਬਾਰੇ ਹਰੇਕ ਧਰਮ ਕਹਿ ਰਿਹਾ ਆ ਗੁਰੂ ਗ੍ਰੰਥ ਸਾਹਿਬ ਜੀ ਉਹ ਸਾਰਿਆਂ ਦੇ ਗੁਰੂ ਨੇ ਤੁਸੀਂ ਮੈਨੂੰ ਕੁਐਸਚਨ ਕੀਤਾ ਵੀ ਜਦੋਂ ਕੋਈ ਕਿਸੇ ਵੀ ਧਰਮ ਕੋਲੇ ਸਪੋਜ਼ ਕਰੋ Hindu ਧਰਮ ਦੇ ਮਹਾਂਪੁਰਖ ਕੋਲ ਜਾਂਦਾ ਤਰ੍ਹਾਂ ਤਰ੍ਹਾਂ ਦੇ ਲੋਕ ਉਹਨੂੰ ਕਹਿੰਦੇ ਨੇ ਮਹਾਰਾਜ ਕਹਿੰਦੇ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਵੀ ਕੋਈ ਇਹ ਝੂਠੇ ਨਹੀਂ ਹੈਗੇ ਟੂਠਾ ਉਹ ਆ ਜਿਹੜਾ ਇਹਨਾਂ ਨੂੰ ਪੜਦਾ ਨਹੀਂ ਪੜ ਕੇ ਅਮਲ ਨਹੀਂ ਕਰਦਾ ਇਹਦਾ ਮਤਲਬ ਉਹ ਠੀਕ ਨਹੀਂ ਇਹ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਠੀਕ ਹੈ ਮਤਲਬ ਇਹ ਗੱਲ ਆ ਵੀ ਜਿਹੜੇ ਵੀ ਪੀਰ ਪੈਗੰਬਰ ਗੁਰੂ ਸਹਿਬਾਨ ਮਹਾਪੁਰਖ ਨੇ ਉਹ ਸਾਰੀ ਹਿਊਮਨਿਟੀ ਦੇ ਨੇ ਉਹ ਕੱਲੇ ਮੈਂ ਇਹ ਸੋਚਦਾ ਹੁੰਨਾ ਕੱਲੇ ਆਪਣੇ ਹਿਊਮਨ ਬੀਿੰਗ ਦੇ ਵੀ ਨਹੀਂ ਹੈਗੇ ਉਹਨਾਂ ਵਿੱਚ ਐਨੀਮਲਸ ਵੀ ਆ ਜਾਂਦੇ ਨੇ ਉਹਨਾਂ ਵਿੱਚ ਕਈ ਇਹੋ ਜਿਹੇ ਮਾਈਕਰੋ ਆਰਗੇਨਿਜ਼ਮਸ ਨੇ ਕਿਉਂਕਿ ਜੋਤ ਸਾਰਿਆਂ ਚ ਪ੍ਰਮਾਤਮਾ ਦੀ ਕੰਪਲੀਟ ਸਟਰਕਚਰ ਆਫ ਦਾ ਯੂਨੀਵਰਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਹਜੂਰ ਸਾਹਿਬ ਗਏ ਨੇ ਉੱਥੇ ਇੱਕ ਗੁਰਦੁਆਰਾ ਸਾਹਿਬ ਹੈਗਾ ਉਹਦਾ ਨਾਮ ਹੈਗਾ ਸ਼িকার ਘਟ ਸਾਹਿਬ ਉਹਦੀ ਹਿਸਟਰੀ ਕੀ ਆ ਦੇ ਗੁਰੂ ਸਾਹਿਬ ਨੇ ਇੱਕ ਖਰਗੋਸ਼ ਨੂੰ ਉਹਦਾ ਉਧਾਰ ਕੀਤਾ ਸੀਗਾ ਫਿਰ ਖਰਗੋਸ਼ ਇਸ ਆ ਐਨੀਮਲ ਰੈਬਿਟ ਹੈਨਾ ਫਿਰ ਵਾਈ ਕਿਉਂਕਿ ਗੁਰੂ ਸਾਹਿਬ ਉਹਦੇ ਵੀ ਨੇ ਗੁਰੂ ਸਾਹਿਬ ਆਪਣੇ ਵੀ ਨੇ ਇਹ ਜਿਹੜੇ ਪਰਮਾਨੰਦ ਜੀ ਨੇ ਚਾਹੇ ਸੰਤ ਈਸ਼ਰ ਸਿੰਘ ਜੀ ਰਾੜੇ ਸਾਹਿਬ ਵਾਲੇ ਹੋਏ ਨੇ ਚਾਹੇ ਅਤਰ ਸਿੰਘ ਜੀ ਹੋਏ ਨੇ ਚਾਹੇ ਸੰਤ ਚਰਨਾਲ ਸਿੰਘ ਜੀ ਉਹ ਸਾਰੇ ਪਰਮਾਤਮਾ ਦੇ ਕਿਉਂਕਿ ਜਿਹੜਾ ਬੰਦਾ ਪ੍ਰਮਾਤਮਾ ਦੇ ਵੇਦ ਗ੍ਰੰਥ ਪੜ੍ਹਦਾ ਆ ਉਹ ਪ੍ਰਮਾਤਮਾ ਦਾ ਹੋ ਜਾਂਦਾ ਆ ਤੇ ਪ੍ਰਮਾਤਮਾ ਸਾਰਿਆਂ ਵਿੱਚ ਆ ਤੇ ਉਹ ਸਾਰਿਆਂ ਨਾਲ ਪਿਆਰ ਕਰਦਾ ਜਦੋਂ ਤੁਸੀਂ ਗਏ ਮੈਨੂੰ ਬੜਾ ਵਧੀਆ ਲੱਗਿਆ ਤੇ ਤੇ ਮੈਨੂੰ ਸੀਗਾ ਜਦ ਮੈਂ ਤੁਹਾਡੀ ਵੀਡੀਓ ਦੇਖੀ ਤੁਸੀਂ ਉਹ ਇੱਕ ਜਿਹੜਾ ਕੋਈ ਹੋਰ ਉੱਥੇ ਸਥਾਨ ਹੈਗਾ ਉੱਥੇ ਤੁਸੀਂ ਸੀਗੇ ਵੀਡੀਓ ਪਾਈ ਮੈਂ ਕਿਹਾ ਚਲੋ ਵੀ ਵੀਰਾ ਉੱਥੇ ਵੀ ਜਾ ਕੇ ਆਵੇ ਮੇਰੇ ਮਨ ਚ ਤਾਂ ਆਇਆ ਵੀ ਪਲਾਨ ਤਾਂ ਪੱਕਾ ਹੋਊਗਾ ਪਰ ਮਿਰ ਤੋ ਰਹਿਣਾ ਨਹੀਂ ਗਿਆ ਮੈਂ ਕਿਹਾ ਮੈਂ ਲਿਖਦਾ ਵੀ ਤੋ ਲੋ ਜਾ ਕੇ ਆਵੋ ਤੇ ਉਹ ਤੋਂ ਬਾਅਦ ਤੁਹਾਡੀ ਵੀਡੀਓ ਦੇਖੀ ਤੇ ਸੇਵਾ ਤੁਸੀਂ ਕਰਦੇ ਹੋ ਉਹਨਾਂ ਨੇ ਉਹ ਬਾਬਾ ਜੀ ਨੇ ਉਹੀ ਤੁਹਾਨੂੰ ਅੱਗੇ ਕਿਹਾ ਵੀ ਇਹ ਸੇਵਾ ਤਾਂ ਸਭ ਤੋਂ ਉੱਚੀ ਚੀਜ਼ ਆ ਵੀ ਤੁਸੀਂ ਇਹਨੂੰ ਕੰਟੀਨਿਊ ਰੱਖੋ ਇਹ ਕਰਮਾਂ ਨਾਲ ਮਿਲਦੀ ਆ ਤੇ ਮੈਨੂੰ ਮੈਂ ਤੇ ਉਹ ਬਾਬਾ ਜੀ ਬਾਰੇ ਦੇਖੋ ਵੀ ਦੋ ਕਿਡਨੀਆਂ ਉਹਨਾਂ ਦੀਆਂ ਫੇਲ ਨੇ ਕਿੱਡੀ ਵੱਡੀ ਐਗਜ਼ੈਂਪਲ ਆ ਮੈਂ ਉਹਨਾਂ ਦੀ ਵੀਡੀਓ ਜਦੋਂ ਵਾਇਰਲ ਹੋਈ ਆ ਵਿਰਾਟ ਕੋਹਲੀ ਹੁਣਾਂ ਦੀ ਉਦੋਂ ਚਲੋ ਦੇਖਿਆ ਤੇ ਜਿਹੜੀ ਗੱਲ ਜਿਹੜਾ ਮਤਲਬ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਰਹੇ ਨੇ ਨਾਮ ਜਪਣ ਦਾ ਤੇ ਨਿਮਰਤਾ ਉਹਨਾਂ ਕੋਲ ਕਿਸੇ ਵੀ ਧਰਮ ਦਾ ਜਾਣਦਾ ਪਰਸਨ ਉਹ ਪਹਿਲਾਂ ਉਹ ਇਹੀ ਜਵਾਬ ਦਿੰਦੇ ਹੁੰਦੇ ਨੇ ਐਂਡ ਦੇ ਵਿੱਚ ਵੀ ਤੁਹਾਡੇ ਤੁਸੀਂ ਮੈਨੂੰ ਅਸ਼ੀਰਵਾਦ ਦੇ ਕੇ ਜਾਵੋ ਹਾਲਾਂਕਿ ਆਪਾਂ ਗਏ ਆ ਉਹਨਾਂ ਕੋਲ ਅਸ਼ੀਰਵਾਦ ਲੈਣ ਠੀਕ ਹੈ ਜੀ ਵੀ ਮੈਂ ਜਾਮਾ ਵੀ ਮਰਤੇ ਕਿਰਪਾ ਕਰ ਦੋ ਉਹ ਕਹਿੰਦੇ ਹੁੰਦੇ ਨੇ ਹਰੇਕ ਮਹਾਂਪੁਰਖ ਨੂੰ ਵੀ ਗੁਰੂ ਜਨ ਆਪ ਕੀ ਕਿਰਪਾ ਸੇ ਹਮ ਚੱਲ ਰਹੇ ਹਾਂ ਪਿੱਛੇ ਜੇ ਇੱਕ ਮਹਾਂਪੁਰਖ ਉਹਨਾਂ ਕੋਲੇ ਗਏ ਨਹਿنگ ਸਿੰਘ ਬਹੁਤ ਜਾਣਦੇ ਨੇ ਉਹ ਨਹਿنگ ਸਿੰਘ ਜੀ ਨੂੰ ਉਹ ਕਹਿੰਦੇ ਵੀ ਜਿਹੜੇ ਮੇਰੇ ਇਹ ਸੇਵਕ ਨੇ ਵੀ ਤੁਸੀਂ ਇਹਨਾਂ ਨੂੰ ਅਸ਼ੀਰਵਾਦ ਦੇ ਕੇ ਜਾਵੋ ਇਹ ਵਧੀਆ ਰਹਿਣ ਦੇਖੋ ਜਿਹੜਾ ਬੰਦਾ ਉਹਨਾਂ ਕੋ ਆ ਰਿਹਾ ਉਹਨਾਂ ਨੂੰ ਹੋਰ ਕਿੰਨਾ ਉਹ ਰਿਸਪੈਕਟ ਦਿੰਦੇ ਨੇ ਹਨਾ ਜੀ ਵੀ ਇਹ ਚੀਜ਼ਾਂ ਵਡੀਆਂ-ਵਡੀਆਂ ਵੀ ਮੈਂ ਉਹੀ ਕਿ ਅਰਦਾਸ ਕਰਦੇ ਹੁੰਦੇ ਨੇ ਵੀ ਉਹਨਾਂ ਨੂੰ ਪ੍ਰਮਾਤਮਾ ਹੋਰ ਜੀਵਨ ਦੇਵੇ ਬਹੁਤ ਦੁਨੀਆ ਨਾਮ ਜਪਣ ਲੱਗਦੀ ਉਹਨਾਂ ਨੇ ਅੱਛਾ ਉਹ ਇਹ ਨਹੀਂ ਕਹਿੰਦੇ ਵੀ ਰਾਧੇ ਰਾਧੇ ਹੀ ਕਹੋ ਹਨਾ ਜੀ ਉਹ ਕਹਿੰਦੇ ਜੋਰ ਤੁਹਾਡੇ ਧਰਮ ਦਾ ਨਾਮ ਆ ਰਾਮ ਰਾਮ ਵਾਹਿਗੁਰੂ ਉਹ ਜਪੋ ਬਹੁਤ ਐਗਜ਼ਾਮਪਲਾਂ ਦਿੰਦੇ ਨੇ ਉਹ ਬਹੁਤ ਵਧੀਆ ਲੱਗਦਾ ਤੇ ਪ੍ਰਮਾਤਮਾ ਹੀ ਭੇਜਦਾ ਆ ਉਹਨਾਂ ਨੇ ਹਿਫਟ ਮੈਂ ਤਕਰੀਬਨ ਸੁਣਦਾ ਰਹਿੰਦਾ ਹੁੰਨਾ ਤੇ ਬੜਾ ਵਧੀਆ ਲੱਗਦਾ ਤੇ ਜਿਵੇਂ ਸਾਡੀ ਫੈਮਿਲੀ ਵੀ ਗੁਰਸਿੱਖਾ ਪਰ ਇਹ ਚਲੋ ਮੈਂ ਸਾਰੇ ਮਹਾਂਪੁਰਖਾਂ ਦੀਵਾਨ ਸੁਣਦਾ ਹੁੰਨਾ ਪਰ ਮੈਂ ਇਹ ਪਰਮਾਨੰਦ ਜੀ ਵਾਲੀ ਵੀ ਉੱਚੀ ਆਵਾਜ਼ ਚ ਲਾਉਣਾ ਕਰੇ। ਹਾਂ ਜੀ। ਮੈਨੂੰ ਵਧੀਆ ਲੱਗਦਾ। ਹਾਂ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਬਈ ਸੁਣ ਕੇ ਨਾ ਕਿਉਂਕਿ ਜਦੋਂ ਤੁਸੀਂ ਕਿਹਾ ਕਿ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਔਰ ਤੁਹਾਨੂੰ ਵੀ ਕਿਤੇ ਨਾ ਕਿਤੇ ਲੱਗਦਾ ਨਹੀਂ ਬਈ ਕਿ ਗਰਾਊਂਡ ਲੈਵਲ ਤੇ ਇਹ ਚੀਜ਼ ਹੁੰਦਾ ਵੀ ਹੈ। ਸਾਰੇ ਅਸੀਂ ਮਿਲ ਜੁਲ ਕੇ ਰਹਿੰਦੇ ਹਾਂ ਜਿਵੇਂ ਤੁਸੀਂ ਦੱਸਿਆ ਸਕੂਲਾਂ 'ਚ ਕਦੀ ਨਹੀਂ ਅਸੀਂ ਪੁੱਛਿਆ ਆਪਣੇ ਦੋਸਤ ਨੂੰ ਕਿ ਤੂੰ ਕਿਹੜੇ ਧਰਮ ਦਾ ਹੈ। ਸਾਡੇ ਦੋਸਤ ਦੇ ਨਾਲ ਦੇ ਅਲੱਗ-ਅਲੱਗ ਧਰਮਾਂ ਦੇ ਵੀ ਹੁੰਦੇ ਸੀ ਸਾਨੂੰ ਫਰਕ ਨਹੀਂ ਪੈਂ ਕਮੈਂਟਾਂ ਚੇ ਵਿੱਚ ਜਲਦਾ ਨਾ ਫਿਰ ਉਹ ਭਾਜੀ ਤੁਸੀਂ ਜਾਣਦੇ ਹੋ ਵੀ ਫਿਰ ਉਹ ਜਿਹੜੀ ਹੈਗੀ ਕਾਉਂਟਰੋਵਰਸੀ ਅੱਗੇ ਜਾਂਦੀ ਆ ਉਹਦਾ ਜਦੋਂ ਡਾਲਰ ਆਉਂਦੇ ਨੇ ਬੜਾ ਸੋਹਣਾ ਲੱਗਦਾ ਹਾਂ ਵੀਊਜ਼ ਆ ਰੌਲੇ ਤੇ ਭਾਈ ਤੁਸੀਂ ਤੁਸੀਂ ਕਿਉਂ ਨਹੀਂ ਕਟੜਤਾ ਵਾਲ ਚੱਲਦੇ ਤੁਹਾਡੀ ਵੀ ਫੈਨ ਫਾਲੋਇੰਗ ਬਹੁਤ ਹੈ ਬੱਚੇ ਤੁਹਾਨੂੰ ਸੁਣਦੇ ਨੇ ਐਜ਼ ਅ ਮੋਟੀਵੇਸ਼ਨਲ ਸਪੀਕਰ ਸੁਣਦੇ ਨੇ ਤੁਸੀਂ ਨਿਹੰਗ ਬਾਣੇ ਚ ਵੀ ਬਹੁਤ ਵੀਡੀਓਜ਼ ਪਾਉਂਦੇ ਹੋ ਮੈਂ ਕਟੜਤਾ ਨੂੰ ਡਿਫਾਈਨ ਇਹ ਤਰੀਕੇ ਨਾਲ ਕਰਦਾ ਹੁੰਦਾ ਵੀ ਜਿਹੜਾ ਬੱਚਾ ਟੀਚਰ ਦਾ ਕਹਿਣਾ ਮੰਨੇ ਉਹਨੂੰ ਆਪਾਂ ਮਤਲਬ ਕਟੜ ਸ਼ਬਦ ਉਹ ਆ ਜੋ ਨਾ ਪੂਰੀ ਗੱਲ ਮੰਨੇ ਕਟੜ ਹਨਾ ਵੀ ਗੁਰੂ ਸਾਹਿਬ ਦੀ ਗੱਲ ਮੰਨੇ ਉਹ ਕਟੜ ਜਿਹੜਾ ਬੰਦਾ ਕਿਸੇ ਨਾਲ ਬਤਕਰਾ ਕਰੇ ਉਹ ਕਟੜ ਨਹੀਂ ਮੈਨੂੰ ਐਵੇਂ ਡਿਫਾਈਨ ਕਰਦਾ ਹੁੰਨਾ ਮੈਂ ਬੱਚੇ ਨੂੰ ਹੋਮਵਰਕ ਦੇ ਦਿੱਤਾ ਜਿਹੜਾ ਬੱਚਾ ਸਾਰਾ ਸਾਰੀ ਗੱਲ ਹੁਣ ਇਹ ਚ ਕਟੜਤਾ ਕੀ ਆ ਧਰਮ ਦੇ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ ਕਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਹੁਣ ਜੇ ਮੈਂ ਕਿਸੇ ਨੂੰ ਕਹਾ ਵੀ ਮੈਂ ਹੀ ਵਧੀਆਂ ਆ ਮੈਂ ਗੁਰਬਾਣੀ ਦੇ ਉਲਟ ਹੋ ਗਿਆ ਮੈਂ ਕਟੜ ਨਹੀਂ ਕਟੜ ਮੈਂ ਤਾਂ ਆ ਵੀ ਜੇ ਗੁਰੂ ਸਾਹਿਬ ਦੀ ਗੱਲ ਮੰਨੂ ਗੁਰੂ ਸਾਹਿਬ ਨੇ ਪਿਆਰ ਸਾਰਿਆਂ ਨਾਲ ਕੀਤਾ ਦੇਖੋ ਸਿੱਖ ਧਰਮ ਦੇ ਬਾਣੀ ਮੋਟੀ ਹੋਣੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਪਾਸੇ ਭਾਈ ਮਰਦਾਨਾ ਜੀ ਤੇ ਭਾਈ ਬੱਲਾ ਜੀ ਦਨ ਵਾਏ ਅਸੀਂ ਫਿਰ ਤਾਂ ਕੁਐਸਚਨ ਕ੍ਰੀਏਟ ਹੀ ਨਹੀਂ ਹੁੰਦਾ ਤੇ ਗੁਰੂ ਰਾਮਦਾਸ ਜੀ ਦਾ ਜਦੋਂ ਪ੍ਰਕਾਸ਼ ਦਿਹਾੜਾ ਹੁੰਦਾ ਹੁੰਦਾ ਉਹ ਕੀਰਤਨੀਏ ਜਦੋਂ ਕੀਰਤਨ ਕਰਦੇ ਨੇ ਦਰਬਾਰ ਸਾਹਿਬ ਉਹਨਾਂ ਦੇ ਪਿੱਛੇ ਦੋ ਮਾਂਪੁਰਖਾਂ ਕੇ ਬੈਠਦੇ ਹੁੰਦੇ ਨੇ ਉਹ ਵੀ ਭਗਵੇਂ ਵੇਸ਼ ਚ ਹੁੰਦੇ ਨੇ ਸ਼ਾਇਦ Hindu ਧਰਮ ਦੇ ਹੈਗੇ ਨੇ ਇਹ ਤਾਂ ਮਤਲਬ ਅਸੀਂ ਆ ਅੱਜਕੱਲ ਗੱਲਾਂ ਹੋਣ ਲੱਗੀਆਂ ਵੀ ਫਲਾਣੇ ਧਰਮ ਦਾ ਜਾਂ ਉਹ ਗੁਰਦੁਆਰਾ ਕਟਾਣਾ ਸਾਹਿਬ ਦੇਗਸਰ ਸਾਹਿਬ ਹੈਗਾ ਕਈ ਵਾਰ ਚਲੋ ਸਾਨੂੰ ਪ੍ਰਾਊਡ ਹੁੰਦਾ ਆਪਣੇ ਤੇ ਵੀ ਬਹੁਤ ਚਲੋ ਫੈਨ ਫੋਲੋਇੰਗ ਆ ਦੁਨੀਆ ਸਤਕਾਰ ਕਰਦੀ ਆ ਫਿਰ ਸਾਡੇ ਵਰਗਾ ਗੁਰਦੁਆਰਾ ਸਾਹਿਬ ਮੰਨ ਲਓ ਰਾਤ ਨੂੰ ਸੇਵਾ ਤੇ ਚਲੇ ਜਾਂਦਾ ਮੰਨ ਲਓ 4 ਵਜੇ ਕਈ ਵਾਰ ਇਹ ਹੁੰਦਾ ਵੀ ਉੱਥੇ 5 ਵਜੇ ਕੋਈ ਬੰਦਾ ਪਹੁੰਚਿਆ ਹੁੰਦਾ ਜਦੋਂ ਪਤਾ ਲੱਗਦਾ ਵੀ ਉਹ ਤਾਂ Hindu ਸੀ ਅੱਛਾ ਹੈ ਫਿਰ ਫਿਰ ਸਾਡਾ ਉਹ ਜਿਹੜਾ ਹੰਕਾਰ ਆ ਨੀ ਮੋ ਹੋ ਜਾਂਦਾ ਵੀ ਭਾਈ ਉਹ ਦਰ ਤੋਂ ਅੱਗੇ ਆ ਮੈਂ ਬਹੁਤ ਦੇਖਿਆ ਨਕਟਾਣਾ ਸਾਹਿਬ ਗੁਰਦੁਆਰਾ ਸਾਹਿਬ ਕਈ Hindu families ਪਾਰਟ ਰਖਾਉਂਦੀਆਂ ਨੇ ਤੇ ਇਹ ਪੁਰਾਣਾ ਸੀਗਾ ਸਾਰਾ ਜਦ ਦਰਬਾਰ ਸਾਹਿਬ ਪਾਕਿਸਤਾਨ ਤੋਂ ਕੀਰਤਨ ਕਰਦੇ ਹੁੰਦੇ ਸੀਗੇ ਇਹ ਫਿਰ ਚਲੋ ਕੁਝ ਕੁ ਪੋਲਿਟਿਕਸ ਆ ਜਾਂਦੀ ਆ ਤੇ ਮੇਰੇ ਬਹੁਤ ਫਰੈਂਡਸ Hindu ਧਰਮ ਦੇ ਹੈਗੇ ਨੇ ਮੁਸਲਮਨ ਧਰਮ ਦੇ ਹੈਗੇ ਨੇ ਬੜਾ ਵਧੀਆ ਲੱਗਦਾ ਉਹਨਾਂ ਨਾਲ ਸਮਰਾਲੇ ਸਾਡੇ ਇੱਕ ਟੀਚਰ ਨੇ ਉਹ ਉਹਨਾਂ ਦਾ ਜਿਮ ਵੀ ਹੈਗਾ ਆ ਤੇ ਜਦੋਂ ਮੈਂ ਉਹਨਾਂ ਨੂੰ ਫੋਨ ਕਰਦਾ ਉਹ ਮੈਨੂੰ ਫਤਿਹ ਬੁਲਾਉਂਦੇ ਹੁੰਦੇ ਨੇ ਤੇ ਮੈਂ ਉਹਨੂੰ ਆਰਾਮ ਆਰਾਮ ਕਹਿੰਦਾ ਹੁੰਦਾ ਵਾਹ ਜੀ ਵਾਹ ਮੈਨੂੰ ਵਧੀਆ ਲੱਗਦਾ ਤੇ ਉਹ ਸਾਡੀ ਬੌਡਿੰਗ ਪਿਆਰ ਦੀ ਬੜੀ ਵਧੀਆ ਇਹ ਜੀ ਗੱਲ ਨਹੀਂ ਤੁਹਾਡੀ ਪੋਜ਼ਿਟਿਵਿਟੀ ਤਾਂ ਬਾਈ ਅਸੀਂ ਸੋਸ਼ਲ ਮੀਡੀਆ ਦੀ ਜਿਹੜੀ ਵੀਡੀਓਜ਼ ਦੇਖਦੇ ਆ ਮੈਂ ਪਰਸਨਲੀ ਜਦੋਂ ਤੁਹਾਡੀ ਕੋਈ ਮੋਰੇ ਵੀਡੀਓ ਆਉਂਦੀ ਹੈ ਮੈਨੂੰ ਬੜਾ ਚਾਹ ਹੁੰਦਾ ਕਿਉਂਕਿ ਤੁਹਾਡੇ ਸਮਝਾਉਣ ਦਾ ਢੰਗ ਬਹੁਤ ਜ਼ਬਰਦਸਤ ਹੈ ਤੁਸੀਂ ਐ ਮਤਲਬ ਐ ਲੱਗਦਾ ਕਿ ਫੋਨ ਫੋਨ ਨੂੰ ਨਹੀਂ ਬਾਈ ਸਮਝਾ ਰਹੇ ਫੋਨ 'ਚ ਜਿਵੇਂ ਉਸ ਵਾਰ ਸਾਨੂੰ ਹੀ ਦੇਖ ਰਹੇ ਨੇ ਤੇ ਮੋਟੀਵੇਸ਼ਨਲ ਸਪੀਕਿੰਗ ਦੇ ਵਿੱਚ ਲੋਕਾਂ ਨੂੰ ਕੋਸ਼ਿਸ਼ ਕਰਨੀ ਹੈ ਕਿ ਕਿਸੇ ਕਿਸੇ ਨੂੰ ਕੋਈ ਸਮਝਾ ਸਕੀਏ ਦੇਖੋ ਇਹ ਤੁਸੀਂ ਤਾਂ ਵੈਸੇ ਆਪ ਇਸ ਫੀਲਡ ਵਿੱਚ ਹੈਗੇ ਹੋ ਇਹ ਜੋ ਸਮਾਜ ਸੇਵਾ ਦਾ ਫੀਲਡ ਆ ਮੈਨੂੰ ਲੱਗਦਾ ਟੈਲੈਂਟ ਆਪਣਾ ਇੱਕ ਟਾਈਮ ਤੇ ਨਿਕਲਦਾ ਹੁੰਦਾ ਜਦੋਂ ਕਹਿੰਦੇ ਵੀ ਆਪਣਾ ਉਹ ਬੀਜ ਪੂੰਗਰਦਾ ਹਨ ਪਰਮਾਨੰਦ ਜੀ ਪਹਿਲਾਂ ਬਹੁਤ ਅਸਥਾਨਾਂ ਤੇ ਗੰਗਾ ਦੇ ਕਿਨਾਰੇ ਵਿਚਰਦੇ ਰਹੇ ਇੱਕ ਉਹ ਟਾਈਮ ਆਉਂਦਾ ਜਦੋਂ ਆਪਣੀ ਭਗਤੀ ਦਾ ਉਹ ਭਰ ਜਾਂਦਾ ਕਿ ਲੋ ਘੜਾ ਜਾਂ ਪੁੰਨ ਵੱਧ ਜਾਂਦੇ ਨੇ ਉਦੋਂ ਫਿਰ ਅੱਗੇ ਲੋਕਾਂ ਮੂਹਰੇ ਉਹ ਬੰਦਾ ਪੇਸ਼ ਹੁੰਦਾ ਆ ਪਰਮਨੰਦ ਜੀ ਹੁਣ ਬੱਲੇ ਬੱਲੇ ਜੈ ਜੈਕਾਰ ਤੁਸੀਂ ਜਦੋਂ ਪਹਿਲਾਂ ਸ਼ੈਰ ਸਟੱਡੀ ਕੀਤੀ ਹੋਣੀ ਆ ਤੁਸੀਂ ਵੱਖ-ਵੱਖ ਟੈਲੈਂਟ ਵਿੱਚ ਗਏ ਹੋਵੋਗੇ ਫਿਰ ਇੱਕ ਟਾਈਮ ਆਉਂਦਾ ਜਦੋਂ ਜਿਹੜਾ ਤੁਸੀਂ ਦੁਨੀਆ ਤੇ ਜਿਹਦੇ ਕੰਮ ਵਾਸਤੇ ਆਏ ਭੇਜੇ ਗਏ ਹੋ ਉਹ ਉਦੋਂ ਸਟਾਰਟ ਹੁੰਦਾ ਆ ਮੈਂ ਵੀ ਜਦੋਂ ਚਲੋ ਕਾਲਜ ਟਾਈਮ ਆਪਾਂ ਮੈਂ ਇੱਥੇ ਗਵਰਨਮੈਂਟ ਕਾਲਜ ਪੜਿਆ ਬੀਐਸਸੀ ਕੀਤੀ ਨਾਨ ਮੈਡੀਕਲ ਦੀ ਤੇ ਲਾਈਫ ਪਹਿਲਾਂ ਚਲੋ ਭੰਗੜਾ ਪਾਈ ਜਾਣਾ ਜਾਂ ਚਲੋ ਮਲਬਈ ਕਿੱਦਾ ਇੱਥੇ ਕਾਲਜ ਪਾਇਆ ਬੈਕਗਰਾਉਂਡ ਮੇਰੀ ਸਪੋਰਟਸ ਫੀਲਡ ਦੀ ਆ ਮੈਂ ਐਜ਼ ਅ ਡਿਸਕਸ ਥਰੋਅਰ ਮੈਂ ਨੈਸ਼ਨਲ ਪਲੇਅਰ ਹੈਗਾ ਜਾਂ ਤੇ ਉਹ ਤੋਂ ਬਾਅਦ ਕੀ ਹੋਇਆ ਗੱਤਕਾ ਅਸੀਂ ਚਲੋ ਮੈਂ ਜਦੋਂ ਅਮਰਤ ਛੱਕਾ 2008 ਦੇ ਵਿੱਚ ਗੱਤਕਾ ਖੇਡਦੇ ਸੀਗੇ ਗੱਤਕੇ ਵਿੱਚ ਫਿਰ ਬੋਲਣਾ ਹੁੰਦਾ ਜੋਸ਼ ਆਉਂਦਾ ਆ ਤੇ ਇੱਕ ਇਹ ਆ ਜਦੋਂ ਅਮਰਤ ਛਕਣਾ ਚਲੋ ਜਿਹੜਾ ਪਾਠ ਕਰਨਾ ਆ ਜਿਹੜਾ ਪਾਠ ਆਪਾਂ ਕਰਦੇ ਆ ਕੋਈ ਵੀ ਧਰਮ ਦਾ ਉਹ ਅੰਦਰੋਂ ਤੁਹਾਡਾ ਕੌਨਫੀਡੈਂਸ ਵੀ ਬਤਾ ਦਿੰਦਾ ਆ ਤੁਹਾਡੇ ਮੂੰਹ ਦੇ ਜਿਹੜੇ ਸ਼ਬਦ ਨੇ ਤੁਸੀਂ ਕਲੀਅਰ ਬੋਲਣ ਲੱਗਦੇ ਹੋ ਤੇ ਉਹ ਤੋਂ ਬਾਅਦ ਜਦੋਂ ਗੱਤਕਾਰ ਹੱਡਣਾ ਉਹ ਵੀ ਚੀਜ਼ਾਂ ਕੰਟੀਨਿਊ ਫਿਰ ਜਦੋਂ ਮੈਨੂੰ ਚਲੋ 2011 ਚ ਜੌਬ ਮਿਲ ਗਈ ਸੀ ਅਜੇ ਸਾਇੰਸ ਟੀਚਰ ਮੈਂ ਟੈਸਟ ਦਿੱਤਾ ਸੀਗਾ ਕਲੀਅਰ ਹੋ ਗਿਆ ਸੀਗਾ ਉਹ ਫਿਰ ਬੱਚਿਆਂ ਨਾਲ ਜਦੋਂ ਗੱਲ ਕਰਨੀ ਸੋਸ਼ਲ ਮੀਡੀਆ ਤੋਂ ਪਹਿਲਾਂ ਇਤਾਂ ਮੈਂ ਟਿਕਟੌਕ ਉਤੇ ਵੀਡੀਓ ਚਲੋ ਪਾਉਣ ਲੱਗਿਆ ਸੀ 2000 ਜਦੋਂ ਆ ਕਰੋਨਾ ਆ ਉਸ ਤੋਂ ਪਹਿਲਾਂ ਦੀ ਗੱਲ ਆ ਫਿਰ ਉਹ ਬੰਦ ਹੋ ਗਿਆ ਤੇ ਇਹ ਜਿਹੜਾ ਚਲੋ ਜੇ ਸਾਰਿਆਂ ਨੂੰ ਲੱਗਦਾ ਵੀ ਮੈਂ ਵਧੀਆ ਬੋਲਦਾ ਉਹਦਾ ਕਾਰਨ ਕੋਈ ਇੱਕ ਲੱਗਦਾ ਮੈਨੂੰ ਵੀ ਬੱਚਿਆਂ ਨਾਲ ਅਸੀਂ ਪਹਿਲਾਂ ਤੋਂ ਬੋਲਦੇ ਆ ਮੇਰੇ ਫਰਸਤੇ ਕੋਈ ਨਵੀਂ ਚੀਜ਼ ਨਹੀਂ ਹੈਗੀ ਪ੍ਰੇਅਰ ਦੇ ਵਿੱਚ ਡੀਲਿੰਗ ਕਰਨੀ ਬੱਚਿਆਂ ਨਾਲ ਸੈਮੀਨਾਰਸ ਲਾਉਣੇ ਟੀਚਰਾਂ ਨਾਲ ਫਿਰ ਮੇਰੀ ਡਿਊਟੀ ਪੰਜਾਬ ਸਰਕਾਰ ਨੇ ਇੱਕ ਪ੍ਰੋਜੈਕਟ ਵਿੱਚ ਚਲਾਈ ਸੀਗੀ ਐਜੂਕੇਸ਼ਨ ਡਿਪਾਰਟਮੈਂਟ ਨੇ 2017 ਦੇ ਅਕਤੂਬਰ ਦੇ ਵਿੱਚ ਸ਼ਾਇਦ ਉਹਦਾ ਨਾਂ ਅਸੀਂ ਪੜੋ ਪੰਜਾਬ ਪੜਾਓ ਪੰਜਾਬ ਉਹਦੇ ਵਿੱਚ ਮੈਨੂੰ ਬਲਾਕ ਦੇ ਵਿੱਚੋਂ ਮਾਚੀਵਾੜਾ ਸਾਹਿਬ ਤੋਂ ਐਜ਼ ਅ ਸਾਇੰਸ ਟ੍ਰੇਨਰ ਉਹਨੂੰ ਬਲਾਕ ਮੈਂਟਰ ਕਹਿੰਦੇ ਸੀਗੇ ਤੇ ਉਹ ਮੈਂ ਵਿਜ਼ਿਟ ਕਰਨੇ ਹੁੰਦੇ ਸੀਗੇ ਸਕੂਲ 50 ਕ ਸਕੂਲ ਹੁੰਦੇ ਸੀਗੇ ਪੰਜਾਬ ਦੇ ਵਿੱਚ ਅਸੀਂ ਸੀਗੇ ਸਾਇੰਸ ਦੇ ਹਰੇਕ ਜ਼ਿਲ੍ਹੇ ਵਿੱਚੋਂ ਥੋੜੇ-ਥੋੜੇ ਬੰਦੇ ਮਤਲਬ ਐਵੇਂ ਹੀ ਟੀਚਰ ਨਾਲ ਗੱਲਾਂ ਕਰਨੀਆਂ ਬੱਚਿਆਂ ਨਾਲ ਗੱਲਾਂ ਕਰਨੀਆਂ ਬਾਕੀ ਮੈਂ ਇਹ ਤਾਂ ਚਲੋ ਆਮ ਦੁਨੀਆਵੀ ਗੱਲਾਂ ਨੇ ਮੇਨ ਰੀਜ਼ਨ ਪਰਮਾਤਮਾ ਆਈਆਂ ਪਰਮਾਤਮਾ ਦਾ ਨਾਮ ਆ ਕਈ ਵੱਡੇ-ਵੱਡੇ ਬੰਦੇ ਵੀ ਡਿੱਗ ਜਾਂਦੇ ਨੇ ਇਹ ਪ੍ਰਮਾਤਮਾ ਦੇ ਨਾਮ ਕਰਕੇ ਯਾਰ ਆਪਾਂ ਤਾਂ ਚਲੋ ਵੈਸੇ ਹੀ ਗੱਲਾਂ ਕਰਦੇ ਰਹਿੰਦੇ ਨੇ ਵੀ ਇਹ ਕਿਵੇਂ ਕੀਤਾ ਉਹ ਕਿਵੇਂ ਕੀਤਾ ਮੇਨ ਰੀਜ਼ਨ ਨਾਮ ਹੈ ਹਣਾ ਉਹ ਰਾਮ ਰਾਮ ਅੱਲਾ ਵਾਹਿਗੁਰੂ ਰਾਧਾ ਰਾਦੇ ਸਾਰਾ ਤੇ ਇਹ ਹੈਗਾ ਦੇਖੋ ਵੀ ਕਈ ਅਨਪੜ ਬੰਦੇ ਉਹ ਵੀ ਮਰਾਜ ਕਰ ਜਾਂਦੇ ਨੇ ਹਾਂਜੀ ਹੁਣ ਦੇਖੋ ਦੋ ਕਿਡਨੀਆਂ ਫੇਲ ਉਹ ਉਹ ਨਹੀਂ ਦੱਸਦੇ ਹੈਗੇ ਵੀ ਮੈਂ ਇਹ ਖਾਦਾ ਉਹ ਪੀਤਾ ਮੈਂ ਐਵੇਂ ਉਹ ਕਹਿੰਦੇ ਬਸ ਨਾਮ ਰਾਧਾ ਰਾਣੀ ਬਸ ਉਹਨਾਂ ਨੇ ਹੋਰ ਗੱਲ ਮੈਂ ਆਪਾਂ ਵੀ ਇਹੀ ਆ ਦੇਖੋ ਬਹੁਤ ਮਹਾਂਪੁਰਖ ਹੋਏ ਨੇ ਅਤਰ ਸਿੰਘ ਜੀ ਆਨੰਦ ਸਿੰਘ ਜੀ ਨਾਨਕ ਸਰ ਸਾਹਿਬ ਵਾਲੇ ਆਨੰਦ ਸਿੰਘ ਨਾਨਕ ਸਰ ਸਾਹਿਬ ਵਾਲੇ ਕਹਿੰਦੇ ਹੁੰਦੇ ਸੀਗੇ ਵੀ ਵੀ ਨਾਮ ਜਪੋ ਨਾਮ ਜਪੋ ਤੇ ਨਾਮ ਜਪੋ ਬੱਸ ਗੱਲ ਮੁਕੀ ਹੈਨਾ ਮੈਂ ਆ ਪਿੱਛੇ ਦੇ ਕੱਲ ਪਰਸੋਂ ਰਾੜਾ ਸਾਹਿਬ ਗਿਆ ਬਾਬਾਈ ਦੀ ਵਰਸੀ ਸੀਗੀ ਈਸ਼ਰ ਸਿੰਘ ਜੀ ਦੀ ਮਤਲਬ ਇੰਨੀ ਜ਼ਿਆਦਾ ਸੰਗਤ ਵਰਸੀ ਤੇ ਹਰ ਸਾਲ ਮਤਲਬ ਇਹ ਸੰਗਤ ਵੱਧਦੀ ਆ ਮੈਂ ਮਰਮਾ ਸੋਚ ਰਾ ਸੀ ਮੈਂ ਕਿਹਾ ਵੀ ਕਿੱਡਾ ਇਹ ਨਾਮ ਜੜਾ ਆ ਉਹ ਉਹਦਾ ਜਿਹੜਾ ਹੈਗਾ ਅਸਰ ਕਿਵੇਂ ਵੱਧ ਰਿਹਾ ਆ ਦੇਖੋ ਉਹਨਾਂ ਦੀ ਹਿਸਟਰੀ ਚਲੋ ਹਨਾ ਧਾਰਮਿਕ ਫੀਲਡ ਹੈਗਾ ਇਹ ਉਹਨਾਂ ਨੇ ਨਾਮ ਵੀ ਕਿੱਡੀ ਬੱਲੇ ਬੱਲੇ ਹੋ ਰਹੀ ਆ ਇਹ ਚੀਜ਼ ਆ ਵੀ ਆਪਾਂ ਨਾ ਵੀ ਇਹ ਕਿਉਂ ਇੱਥੇ ਆਏ ਆ ਸਾਰੇ ਧਰਮ ਕਹਿੰਦੇ ਨੇ ਵੀ ਨਾਮ ਜਪਣ ਆਏ ਆ ਇਹ ਆਪਾਂ ਨੂੰ ਜਿਹੜਾ ਮਨੁੱਖਾ ਜਨਮ ਮਿਲਿਆ ਆ ਇਹ ਆਪਾਂ ਲਾਸਟ ਸਟੇਜ ਤੇ ਪਹੁੰਚੇ ਆ ਵੀ ਜਿਹਨੂੰ ਇਹ ਮਨੁੱਖਾ ਜਨਮ ਮਿਲਿਆ ਬੜੇ ਕਰਮਾਂ ਨਾਲ ਮਿਲਿਆ ਪੁਰਾਣੀਆਂ ਭਗਤੀਆਂ ਨੇ ਸੇਵਾ ਸਿਮਰਨ ਨਾਲ ਵੀ ਇਹ ਚਾਪਾ ਪਾਸ ਹੋਣਾ ਕੰਪਾਰਟਮੈਂਟ ਨਹੀਂ ਹੋਣੀ ਚਾਹੀਦੀ। ਭਾਈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵਾਕਈ ਅੱਜ ਦੇ ਜਮਾਨੇ ਦੇ ਵਿੱਚ ਜੋ ਵੀ ਹਾਲਾਤ ਚੱਲ ਰਹੇ ਨੇ ਦਿਨ ਬਰ ਦਿਨ ਮਾਡਰਨ ਹੋ ਰਹੇ ਆਪਾਂ। ਹਾਂਜੀ। ਇੱਕ ਤਾਂ ਤੁਸੀਂ ਗੁਰਬਾਣੀ ਨਾਲ ਜੁੜੇ ਹੋ। ਤੁਸੀਂ ਨਿਆਂਗ ਸਿੰਘ ਦਾ ਵੀ ਰੂਪ ਧਾਰਨ ਮਤਲਬ ਕਰਦੇ ਹੋ ਪਾਣੇ ਹੋ। ਇੱਕ ਪਾਸੇ ਤੁਸੀਂ ਸਾਇੰਸ ਟੀਚਰ ਹੋ। ਫਿਰ ਕਿਤੇ ਨਾ ਕਿਤੇ ਵਿਗਿਆਨ ਨਾਲ ਤੇ ਬਾਣੀ ਨਾਲ ਤੇ ਕਿਤੇ ਧਾਰਮਿਕ ਹੋਣ ਵਾਲੀਆਂ ਚੀਜ਼ਾਂ ਬੱਚੇ ਸਵਾਲ ਨਹੀਂ ਪੁੱਛ ਲੈਂਦੇ ਕਦੀ ਕਿ ਇਹ ਕਿਉਂ? ਇਹ ਕਿਦਾਂ ਇਹ ਕਿਦਾਂ ਹੋ ਗਿਆ? ਇਦਾਂ ਦੇਵੇਂ ਤੁਸੀਂ ਆਪਾਂ ਇੱਕ ਸਵਾਲ ਪੁੱਛਦੇ ਹਾਂ ਤੁਹਾਡੇ ਕੋਲੇ ਦੇ ਰਿਗਾਰਡਿੰਗ ਕਿ ਅੰਧ ਵਿਸ਼ਵਾਸ ਦੇ ਵਿੱਚ ਜਾਂ ਸੁਪਰਸਟੀਸ਼ੀਅਸ ਆਪਾਂ ਵਰਡ ਕਹਦੇ ਨੇ ਇੰਗਲਿਸ਼ ਦੇ ਵਿੱਚ ਕਿ ਬੰਦਾ ਜਿਹੜਾ ਇਹ ਚ ਫਸ ਜਾਂਦਾ ਜਿਹਨੂੰ ਆਪਾਂ ਲੱਕੀ ਚਾਮ ਵੀ ਕਹਿੰਦੇ ਨੇ ਕਿ ਮੇਰੇ ਲਈ ਇਹ ਸ਼ਰਟ ਲੱਕੀ ਹੈ ਮੈਂ ਜਦੋਂ ਇਹਨੂੰ ਪਾ ਕੇ ਪੌਡਕਾਸਟ ਕਰਦਾ ਤਾਂ ਬਹੁਤ ਵਧੀਆ ਹੁੰਦਾ ਹਾਂਜੀ ਇਹ ਤੁਹਾਡੇ ਨਾਲ ਠੀਕ ਚੀਜ਼ ਹੈ ਕਿ ਐਦਾਂ ਕੁਝ ਵੀ ਨਹੀਂ ਹੁੰਦਾ ਦੇਖੋ ਮੈਂ ਤਾਂ ਉੱਥੇ ਹੀ ਮੁੜ ਕੇ ਆਉਣਾ ਇਹ ਸਾਇੰਸ ਟੀਚਰ ਧਾਰਮਿਕ ਫੀਲਡ ਜਿਹੜਾ ਨਾ ਧਰਮ ਵੀ ਆਪਾਂ ਜੇ ਪਰਮਾਤਮਾ ਦੀ ਸਾਰੀ ਗੱਲ ਮੰਨਦੇ ਆਂ ਪਰਮਾਤਮਾ ਥੋਟੇ ਮੂਰੇ ਜਿਹੜੀ ਜਿਹੜਾ ਵੀ ਸੀਨ ਹੁੰਦਾ ਹੈ ਦੁਨੀਆ ਦਾ ਉਹ ਸੀਨ ਚੇਂਜ ਕਰ ਦਿੰਦਾ ਤੁਹਾਡੇ ਅਕੋਰਡਿੰਗ ਜਾਨੀ ਕਿ ਮੈਨੂੰ ਇਨਾਂ 'ਕੋ ਵਿਸ਼ਵਾਸ ਆ ਜੇ ਤੁਸੀਂ ਪਰਮਾਤਮਾ ਦੀ ਹਰ ਗੱਲ ਮੰਨਦੇ ਹੋ ਜੋ ਉਹ ਉਹਨਾਂ ਨੇ ਕਿਹਾ ਪੀਰ ਪੈਗੰਬਰਾਂ ਨੇ ਮਹਾਂਪੁਰਖਾਂ ਨੇ ਗੁਰੂ ਸਾਹਿਬਾਨ ਨੇ ਜੋ ਵੀ ਉਹ ਤੁਹਾਨੂੰ ਪਤਾ ਹੀ ਆ ਵੀ ਕਿਸੇ ਨੂੰ ਮਾਰਾ ਨਹੀਂ ਦੇਖਣਾ ਨਾਮ ਜਪਣਾ ਭਲਾ ਕਰਨਾ ਫਿਰ ਸਪੋਜ਼ ਕਰੋ ਵੀ ਤੁਹਾਡੇ ਨਾਲ ਕੁਝ ਮਾਰਾ ਹੋਣਾ ਹੁੰਦਾ ਪਰਮਾਤਮਾ ਭਗਤਾਂ ਦੀ ਰੱਖਦਾ ਆ ਹੈਨਾ ਤੇ ਸਾਇੰਸ ਮਾਰ ਨੇ ਵੀ ਚਲੋ ਬਹੁਤ ਐਗਜ਼ਾਮਪਲ ਉਹੀ ਪਾਤਾਲਾ ਪਾਤਾਲਾ ਲਖਾਗਾ ਸਾਗਾਸ ਬਹੁਤ ਸਾਇੰਟਿਸਟ ਜਿਹੜੇ ਹੈਗੇ ਨੇ ਗੁਰਸਿੱਖ ਵੀ ਹੈਗੇ ਨੇ ਚੰਦਰਯਾਨ ਲੌਂਚ ਕੀਤਾ ਬਾਅਦ ਚ ਇੱਕ ਗੁਰਸਿੱਖ ਦੀ ਵੀਡੀਓ ਬਹੁਤ ਵਾਇਰਲ ਹੁੰਦੀ ਰਹੀ ਵੀ ਉੱਥੇ ਕੰਮ ਕਰਦੇ ਨੇ ਇੱਕ ਜਸਵਿੰਦਰ ਸਿੰਘ ਜੀ ਹੈਗੇ ਨੇ ਪਟਿਆਲੇ ਤੋਂ ਨੈਸ਼ਨਲ ਬਾਇਓਰਡੀ ਨੇ ਮੈਂ ਤੁਹਾਨੂੰ ਦੱਸਾਂ ਬਾਅਦ ਚ ਉਹਨਾਂ ਦੀ ਤੁਸੀਂ ਇੰਟਰਵਿਊ ਕਰਿਓ ਬੜੇ ਉਹ ਨਾਲੇ ਤਾਂ ਸਾਇੰਸ ਦੇ ਟੀਚਰ ਨੇ ਨਾਲੇ ਮਤਲਬ ਧਾਰਮਿਕ ਮੇਰੇ ਤੋਂ ਵੀ ਜ਼ਿਆਦਾ ਨੇ ਤੇ ਮਤਲਬ ਇਹ ਤਾਂ ਪਰਮਾਤਮਾ ਦੀ ਕ੍ਰिएशन ਆ ਸਾਇੰਸ ਤੇ ਜਿਵੇਂ ਜਿਵੇਂ ਮੈਂ ਤਾਂ ਇਹ ਟੌਪਿਕ ਤੇ ਐਂਟੇ ਮੈਂ ਤੁਹਾਨੂੰ ਕਰਕੇ ਦੱਸਦਾ ਜੇ ਤੁਸੀਂ ਸਾਇੰਸ ਦੀ ਰਿਸਰਚ ਕਰਦੇ ਹੋ ਨਾ ਅੰਤ ਨੂੰ ਤੁਸੀਂ ਪਰਮਾਤਮਾ ਨਾਲ ਹੀ ਪਿਆਰ ਪਾਵਾਂਗੇ ਕਿਉਂਕਿ ਜਦੋਂ ਰਿਸਰਚਾਂ ਹੁੰਦੀਆਂ ਨੇ ਬੰਦਾ ਦੇਖਦਾ ਵੀ ਹਾਏ ਰੱਬਾ ਵੀ ਤੇਰੀ ਕੁਦਰਤ ਤੂੰ ਕੀ ਕੁਛ ਬਣਾ ਕੇ ਰੱਖਤਾ ਹੈਨਾ ਜੀ ਵੀ ਇਹ ਕਿੰਨਾ ਜ਼ਿਆਦਾ ਵੀ ਤੇਰਾ ਹੈਗਾ ਪ੍ਰਭਾਵ ਵੀ ਵੀ ਵਾਹ ਵਾਹ ਉਥੋਂ ਦਾ ਵਾਹਿਗੁਰੂ ਰਾधे राधे ਹੈਨਾ ਉਥੋਂ ਨਿਕਲਦੀ ਹੈ ਗੱਲ ਤੇ ਇਹ ਆ ਵੀ ਜੇ ਮੈਂ ਉਹੀ ਗੱਲ ਕਹਿਣਾ ਵੀ ਪਰਮਾਤਮਾ ਦਾ ਨਾਮ ਭਗਤੀ ਕਿਉਂਕਿ ਹੈੱਡ ਆਫ ਦਾ ਡਿਪਾਰਟਮੈਂਟ ਪਰਮਾਤਮਾ ਆ। ਬਿਲਕੁਲ। ਠੀਕ ਹੈ ਜੀ। ਦੁਨੀਆ ਬਣਾਈ ਤਾਂ ਹੈ ਕਿਸ ਨੇ। ਹਾਂ। ਹੁਣ ਸਕੂਲ ਦੇ ਵਿੱਚ ਕੋਈ ਬੱਚਾ ਮੇਰਾ ਬਹੁਤ ਆਦਰ ਸਤਕਾਰ ਰਿਸਪੈਕਟ ਕਰਦਾ ਹੋਵੇ। ਫਿਰ ਭਾਜੀ ਵੀ ਮੈਂ ਜੇ ਘਰੇ ਆਉਣਾ ਜੇ ਮੰਨ ਲਓ ਉਥੇ ਕੋਈ ਔਕੜ ਆ ਗਈ ਮੈਂ ਉਹਦੇ ਨਾਲ ਖੜੂੰਗਾ। ਐਵੇਂ ਹੀ ਪਰਮਾਤਮਾ ਆ। ਪਰਮਾਤਮਾ ਕਹਿੰਦੇ ਭਗਤਾਂ ਦੀ ਰੱਖਦਾ ਆ। ਜੇ ਤੁਸੀਂ ਪਰਮਾਤਮਾ ਦੀ ਬਹੁਤ ਵਧੀਆ ਗੱਲ ਮੰਨਦੇ ਹੋ ਉਹਦੇ ਉੱਤੇ ਤੁਸੀਂ ਉਹਨੂੰ ਪਿਆਰ ਕਰਦੇ ਹੋ ਠੀਕ ਆ? ਪਰ ਪਰਮਾਤਮਾ ਗੁਰਮਾਣੀ ਤਾਂ ਇਹ ਵੀ ਕਹਿੰਦੀ ਵੀ ਹਨਾ ਵੀ ਪਰਮਾਤਮਾ ਤੁਹਾਡਾ ਸੇਵਕ ਬਣ ਜਾਂਦਾ ਆ ਜਿਵੇਂ ਪਰਮਾਨੰਦ ਜੀ ਕਹਿੰਦੇ ਹੁੰਦੇ ਨੇ ਵੀ ਤੂੰ ਨਾਮ ਜਪ ਕੇ ਉਹ ਕਹਿੰਦੇ ਹੁੰਦੇ ਦੀ ਵੀ ਕਰਮ ਦੀ ਫਿਲਾਸਫੀ ਆ ਕਿ ਵੀ ਜੋ ਤੁਸੀਂ ਐਕਸ਼ਨ ਐਂਡ ਰੈਕਸ਼ਨ ਆਪੋਜ਼ਿਟ ਇਨ ਨੇਚਰ ਨਿਊਟਨ ਦਾ ਲਾਅ ਵੀ ਆ ਫਿਰ ਪਰਮਾਨੰਦ ਜੀ ਨੂੰ ਬੰਦੇ ਕਹਿੰਦੇ ਵੀ ਮਹਾਰਾਜ ਵੀ ਇਹ ਜਿਹੜੀ ਕਰਮ ਦੀ ਫਿਲਾਸਫੀ ਆ ਵੀ ਸਾਰਿਆਂ ਤੇ ਹੁੰਦੀ ਆ ਉਹ ਕਹਿੰਦੇ ਨਹੀਂ ਕੱਟੀ ਵੀ ਜਾਂਦੀ ਆ ਕਹਿੰਦੇ ਜੇ ਤੁਸੀਂ ਪਰਮਾਤਮਾ ਦੀ ਗੱਲ ਮੰਨਦੇ ਹੋ ਵੀ ਉਹ ਹੈਡ ਠੀਕ ਆ ਵੀ ਉਹਨੇ ਤੇਰੇ ਕਰਮ ਇੱਥੇ ਨਾਸ਼ ਕਰ ਦੇਣੇ ਬਹੁਤ ਐਗਜ਼ਾਮਪਲ ਆਉਂਦੀਆਂ ਨੇ ਕਈ ਭਗਤਾਂ ਦੇ ਗੁਰੂ ਸਾਹਿਬਾਨਾਂ ਦੇ ਟਾਈਮ ਵੀ ਸਾਖੀਆਂ ਆਉਂਦੀਆਂ ਨੇ ਵੀ ਸੁਪਨੇ ਕਈਆਂ ਨੂੰ ਆਉਂਦੇ ਸੁਪਨਿਆਂ ਵਿੱਚ ਕਈਆਂ ਦੇ ਕੋਈ ਮਰਦਾ ਜਮਾ ਦਾ ਮਹਾਰਾਜ ਕਹਿੰਦੇ ਸੁਪਨਿਆਂ ਦੇ ਤੇਰੇ ਸਾਰੇ ਕੱਟ ਤੇ ਕਿਉਂਕਿ ਇਹਨਾਂ ਕੋ ਪਾਵਰਾਂ ਹੁੰਦੀਆਂ ਨੇ ਮਹਾਪੁਰਖ ਹੋਗੇ ਗੁਰੂ ਸਾਹਿਬਾਨ ਹੋਗੇ ਕਿਉਂਕਿ ਇਹ ਪਰਮਾਤਮਾ ਦੇ ਜਿਹੜਾ ਪਰਮਾਤਮਾ ਦਾ ਉਹੀ ਸਾਰਾ ਕੁਝ ਇਹਨਾਂ ਦਾ ਭਾਈ ਅੱਜ ਦੇ ਜਮਾਨੇ ਦੇ ਵਿੱਚ ਜੇ ਆਪਾਂ ਲੱਭਣਾ ਹੋਵੇ ਕੀ ਆਪਣੇ ਕੋਲ ਉਹ ਖਾਂ ਹੈਗੀਆਂ ਜਿਸ ਦੇ ਨਾਲ ਆਪਾਂ ਕੋਈ ਮਹਾਪੁਰਖ ਦੀ ਪਛਾਣ ਕਰ ਸਕੀ ਕੀ ਕੀ ਮਹਾਪੁਰਖ ਹੈ ਆਪਣੇ ਜਿੱਦਾਂ ਈਜ਼ੀ ਲੈਂਗੁਏਜ ਆਪਾਂ ਗੁਰੂ ਕਿਵੇਂ ਚੁਣ ਸਕਦੇ ਹਾਂ ਅੱਜ ਦੇ ਜ਼ਮਾਨੇ ਦੇ ਵਿੱਚ ਗੁਰੂ ਕਿੰਨੂੰ ਧਾਰੀਏ ਬਹੁਤ ਜਾਣਿਆ ਦਾ ਕੁਐਸਚਨ ਨੇ ਇਹ ਕਹਿੰਦੇ ਹੁੰਦੇ ਨੇ ਜਦੋਂ ਆਪਾਂ ਗੱਲ ਕਰਦੇ ਹੁੰਨੇ ਆ ਵੀ ਬਾਬਾ ਬੰਦਨ ਸਿੰਘ ਜੀ ਹੋਏ ਨੇ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਹੋਏ ਨੇ ਵੀ ਹੁਣ ਕੋਈ ਹੈਗਾ ਆ ਹਾਂ ਸੱਚੇ ਮਤਲਬ ਇਹ ਦੇਖੋ ਇਹ ਆ ਪ੍ਰਮਾਤਮਾ ਲਿਭਾਉਂਦਾ ਆ ਆਪ ਆਪਾਂ ਨਾ ਦੇਖੋ ਇਹ ਗੱਲ ਆ ਮੈਂ ਮੈਂ ਮੰਨਦਾ ਹੁੰਨਾ ਵੀ ਇਹ ਕਈ ਵਾਰ ਸਾਡੇ ਵਰਗੇ ਕਹਿ ਦਿੰਦੇ ਨੇ ਦਿਕਾ ਗੁਰੂ ਗੋਗਨ ਸਾਹਿਬ ਜੀ ਇੱਥੇ ਨੇ ਦਸਾਂ ਪਤਸ਼ਾਹੀਆਂ ਦੇ ਉਹ ਸਰੂਪ ਨੇ ਤੇ ਕਈ ਵਾਰ ਅਸੀਂ ਫਿਰ ਜੇ ਉਹ ਗੁਰਦੁਆਰਾ ਸਾਹਿਬ ਵਿੱਚ ਇਹ ਅੰਦਰ ਆਪਾਂ ਜਾਣਾ ਸੋਚ ਕੇ ਵੀ ਮੂਰੇ ਦਸ ਗੁਰੂ ਸਹਿਬਾਨ ਵਿਰਾਜਮਾਨ ਨੇ ਬੈਠੇ ਨੇ ਤਖਤ ਸਹਿਬਾਨ ਤੇ ਅੱਜ ਦਾ ਅੱਜ ਦਾ ਮਹਾਪੁਰਖ ਕਿਵੇਂ ਲੱਭਣਾ ਚਾਹੀਦਾ ਆ ਬਾਬਾ ਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ ਨਾਂ ਸਰਸਾਹ ਵਾਲੇ ਜਦੋਂ ਤੁਹਾਡੇ ਪੁੰਨ ਵਧਦੇ ਨੇ ਪੁੰਨ ਬਦਾਉਣ ਦੇ ਬਹੁਤ ਆਪਣੇ ਕੋ ਤਰੀਕੇ ਨੇ ਤੁਸੀਂ ਸੇਵਾ ਕਰੋ ਤੁਹਾਡੇ ਪੁੰਨ ਵੱਧਦੇ ਨੇ ਤੁਸੀਂ ਭਗਤੀ ਕਰੋ ਪੁੰਨ ਵੱਧਦੇ ਨੇ ਤੁਸੀਂ ਕਿਸੇ ਦੀਆਂ ਅਸੀਸਾਂ ਲੈਣੇ ਹੋ ਪੁੰਨ ਵੱਧਦੇ ਨੇ ਜਦੋਂ ਤੁਹਾਡੇ ਬਹੁਤ ਪੁੰਨ ਵੱਧਦੇ ਨੇ ਫਿਰ ਮਹਾਪੁਰਖ ਦੇ ਦਰਸ਼ਨ ਹੁੰਦੇ ਨੇ ਮਤਲਬ ਅੱਖ ਸਾਫ ਹੁੰਦੀ ਹੈ ਅੱਖ ਸਾਫ ਹੁੰਦੀ ਹੈ ਜਾਂ ਤੁਸੀਂ ਯਾਦ ਕਰੋ ਜੇ ਪਰਮਾਨੰਦ ਜੀ ਦੀ ਵੀਡੀਓ ਸੁਣੀ ਹੋ ਤੁਸੀਂ ਕਿਉਂਕਿ ਬਹੁਤ ਗੱਲਾਂ ਕਰਦਾ ਉਹਨਾਂ ਦੀਆਂ ਮੈਨੂੰ ਵਧੀਆ ਲੱਗਦਾ ਮੈਨੂੰ ਬੜਾ ਵਧੀਆ ਲੱਗ ਰਿਹਾ ਜੀ ਪਰਮਾਨੰਦ ਜੀ ਇਹ ਕਹਿੰਦੇ ਹੁੰਦੇ ਨੇ ਇੱਕ ਉਹਨਾਂ ਦੀ ਵੀਡੀਓ ਸੁਣੀ ਸੀ ਮੈਂ ਉਹ ਕਹਿੰਦੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਨਾਮ ਜਪੋ ਚੰਗੇ ਕੰਮ ਕਰੋ ਮਹਾਪੁਰਖ ਤੁਹਾਨੂੰ ਅਸ਼ੀਰਵਾਦ ਦੇ ਆਪ ਆਉਣਗੇ ਕਰੇ ਆਣਗੇ ਇਹ ਗੱਲ ਸੱਚੀ ਆ ਜਿ세 ਗੁਰਦਾਨ ਸਿੰਘ ਜੀ ਕਹਿੰਨੇ ਆਪ ਗਏ ਨੇ ਆਪ ਗਏ ਨੇ ਨਾ ਕਾਰਨ ਕੀ ਸੀਗਾ ਤੁਸੀਂ ਸਾਖੀਆਂ ਬਹੁਤ ਸੁਣੀਆਂ ਹੋਣੀਆਂ ਮੈਂ ਐਗਜ਼ਾਮਪਲ ਦਿੰਦਾ ਮਾਛੀਵਾੜਾ ਸਾਹਿਬ ਮਾਛੀਵਾੜਾ ਸਾਹਿਬ ਜਦੋਂ ਚਮਕੌਰ ਸਾਹਿਬ ਦੀ ਜੰਗ ਹੋਈ ਆ ਚਮਕੌਰ ਸਾਹਿਬ ਦੀ ਜੰਗ ਹੋਣ ਤੋਂ ਬਾਅਦ ਗੁਰੂ ਸਾਹਿਬ ਮਾਛੀਵਾੜਾ ਸਾਹਿਬ ਗਏ ਨੇ ਜਿਹੜਾ ਮਾਛੀਵਾੜਾ ਸਾਹਿਬ ਦਾ ਏਰੀਆ ਆ ਉਹ ਜਿਹੜਾ ਆ ਨਹਿਰ ਵਾਲਾ ਏਰੀਆ ਉਤੋਂ ਪਰਲੇ ਪਾਸੇ ਆ ਫੇਰ ਗੁਰੂ ਸਾਹਿਬ ਕਟਾਣਾ ਸਾਹਿਬ ਦਨ ਮਹਾਰਾਜ ਗਏ ਨੇ ਦਮਦਮਾ ਸਾਹਿਬ ਮਾਛੀਵਾੜਾ ਸਾਹਿਬ ਇੱਕ ਕਾਲਜ ਦਾ ਬੜਾ ਮਸ਼ਹੂਰ ਹੁਣ ਗੌਰਮਣੇ ਕਾਲਜ ਬਣ ਗਿਆ ਮਾਤਾ ਹਰਦੇਈ ਦੇ ਨਾਮ ਤੇ ਆ ਮਾਤਾ ਹਰਦੇਈ ਜੀ ਤੇ ਉਥੇ ਇੱਕ ਤੁਹਾਨੂੰ ਪਤਾ ਉਹ ਵੀ ਹੈਗਾ ਭਾਈ ਗਨੀ ਖਾਨ ਦਾ ਨਵੀ ਖਾਨ ਜੀ ਦੋ ਘਰ ਨੇ ਜਿਹੜੀ ਮਾਤਾ ਹਰਦੇਈ ਜੀ ਆ ਉਹਨਾਂ ਦੀ ਹਿਸਟਰੀ ਇਹ ਆਉਂਦੀ ਆ ਵੀ ਗੁਰੂ ਹਰਗੋਬਿੰਦ ਸਾਹਿਬ ਜਿਹੜੇ 6ਵੇਂ ਪਾਤਸ਼ਾਹ ਹੋਏ ਨੇ ਵੀ ਉਹਨਾਂ ਮੂਰੇ ਅਰਦਾਸ ਬੇਨਤੀ ਕੀਤੀ ਸੀ ਵੀ ਮਹਾਰਾਜ ਤੁਹਾਡੀ ਮੈਂ ਸੇਵਾ ਕਰਨੀ ਚਾਹੁੰਨੀ ਆ ਤੁਹਾਡੇ ਲਈ ਮੈਂ ਵਸਤਰ ਭੇਂਟ ਕਰਨਾ ਚਾਹੁੰਦੀ ਆ ਮਹਾਰਾਜ ਕਹਿੰਦੇ ਅਸੀਂ 10ਵੇਂ ਜਾਮੇ ਚਾਹਾਂਗੇ ਹੁਣ ਦੇਖੋ ਅਗਲੀ ਗੱਲ 6ਵੇਂ ਗੁਰੂ ਸਾਹਿਬਾਨ ਦੇ ਪੋਤੇ 10ਵੇਂ ਗੁਰੂ ਸਾਹਿਬ 10ਵੇਂ ਗੁਰੂ ਸਾਹਿਬ ਚਮਕੌਰ ਸਾਹਿਬ ਤੋਂ ਬਾਅਦ ਉੱਥੇ ਜਾਂਦੇ ਨੇ ਤੇ ਜਦੋਂ ਭਾਈ ਗਨੀਖਾ ਨਵੀਖਾ ਜੀ ਤੇ ਘਰੇ ਉੱਥੇ ਸਟੇ ਕਰਦੇ ਨੇ ਗੁਰੂ ਸਾਹਿਬ ਆਪੇ ਕਹਿੰਦੇ ਨੇ ਵੀ ਭਾਈ ਇੱਥੇ ਮਾਤਾ ਹਰਦੇਈ ਜੀ ਨੇ ਵੀ ਉਹਨਾਂ ਕੋਲੋਂ ਸਾਡਾ ਚੋਲਾ ਲੈ ਕੇ ਆਵੋ। ਹਮਮ ਇਟ ਮੀਨਸ ਕੀ ਹੋਇਆ ਵੀ ਗੁਰੂ ਸਾਹਿਬ ਉੱਥੋਂ ਸਿਰਫ ਤੇ ਸਿਰਫ ਭਗਤਾਂ ਦੀ ਅਰਦਾਸ ਕਰਕੇ ਆਏ ਨੇ। ਸਮਝੇ ਹੁਣ ਆਜੋ ਇੱਥੇ ਤੁਸੀਂ ਕਹੇ ਵੀ ਅੱਜ ਦੇ ਜਮਾਨੇ 'ਚ ਮਹਾਪੁਰਖ ਮਹਾਪੁਰਖ ਕੋਈ ਲਿਬਾਸ ਦਾ ਨਾਮ ਨਹੀਂ ਅੰਦਰਲੀ ਹੈਗੀ ਆਊਟਪੁੱਟ ਆ ਆਪਣਾ ਆਪਾ ਕਿੰਨੇ ਅੰਦਰੋਂ ਜੁੜੇ ਹੋਇਆ ਉਹ ਕਿਸੇ ਪਹਿਰਾ ਵਿੱਚ ਹੋ ਸਕਦਾ ਆ। ਮਹਾਪੁਰਖ ਜੇ ਲੱਭਣਾ ਹੋਵੇ ਤੁਸੀਂ ਇੱਥੇ ਨਾਮ ਜਪੋ ਚੰਗੇ ਕੰਮ ਕਰੋ ਉਹ ਆਪਣੇ ਆਪ ਹੀ ਕੋਈ ਇਹੋ ਜਿਹਾ ਪਰਮਾਤਮਾ ਉਹਨੂੰ ਧਾਰਮਿਕ ਲੈਣ ਚ ਖੇਡ ਸ਼ਬਦ ਵਰਤਦੇ ਸ਼ਬਦ ਉਹ ਇਹੋ ਜਿਹੀ ਪਰਮਾਤਮਾ ਖੇਡ ਉਹ ਰਚਦਾ ਆ ਤੁਸੀਂ ਕਿਤੇ ਜਾਣਿਓ ਕੁਝ ਕਰਦੇ ਹੋ ਪਰਮਾਤਮਾ ਵੱਡੇ ਵੱਡੇ ਮਹਾਪੁਰਖ ਮਿਲ ਜਾਂਦੇ ਨੇ ਇਹ ਐਕਸਪੀਰੀਅੰਸ ਕਰਕੇ ਆਪੇ ਪਤਾ ਚੱਲ ਜਾਂਦਾ ਕਈ ਵਾਰ ਤੁਹਾਨੂੰ ਕੋਈ ਰਾਸਤੇ 'ਚ ਕੋਈ ਲਿਫਟ ਮੰਗ ਲੈਂਦਾ ਆ ਕਈ ਵਾਰ ਕਈ ਵਾਰ ਮੈਂ ਦੇਖਿਆ ਵੱਡੇ ਵੱਡੇ ਮਹਾਪੁਰਖ ਐ ਦਰਸ਼ਕ ਬਾਬਾ ਨਾ ਰਤਨ ਸਿੰਘ ਜੀ ਹੋਏ ਨੇ ਆਤਰ ਸਰ ਸਾਹਿਬ ਦਰਾਹੇ ਦੇ ਕੋਲ ਪਿਛੜ ਦੋ ਕੁ ਸਾਲ ਪਹਿਲਾਂ ਉਹ ਚੜਾਈ ਕਰਕੇ ਗਏ ਨੇ ਕਈ ਵਾਰ ਮੈਂ ਸੋਚਣਾ ਵੀ ਜਾ ਕੇ ਇਹ ਦਰਸ਼ਨ ਕਰੀਏ ਉਹ ਪ੍ਰਾਣੇ ਸੀਗੇ ਬਹੁਤ ਜ਼ਿਆਦਾ ਤੇ ਜਦੋਂ ਫਿਰ ਮੈਂ ਸਕੂਲ ਜਾਣਾ ਹੁੰਦਾ ਸਮਰਾਲੇ ਤੋਂ ਗੱਡੀ ਨਹਿਰ ਤੱਕ ਫਿਰ ਅੱਗੇ ਨਹਿਰਲਾ ਰਸਤਾ ਜਾ ਕਈ ਵਾਰ ਫਿਰ ਉਹ ਬਾਬਾ ਜੀ ਆਨੰਦਪੁਰ ਸਾਹਿਬ ਬਹੁਤ ਜਾਂਦੇ ਹੁੰਦੇ ਸੀਗੇ ਕਈ ਵਾਰ ਰਸਤੇ 'ਚ ਗੱਡੀ ਉਹਨਾਂ ਨੇ ਨੰਗਣੀ ਮੇਰੇ ਕੋਲੋਂ ਮੈਂ ਉੱਥੇ ਹੱਥ ਜੋੜ ਦੇਣਾ ਸੇ ਸਮਝ ਰਹੇ ਹੋ ਮੈਂ ਕੀ ਕਹਿਣਾ ਜੀ 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 ਵੀ ਏ ਇਹ ਨਾ ਜਿਹੜਾ ਪਰ ਮਹਾਪੁਰਖ ਨੇ ਸੰਤ ਨੇ ਇਹ ਨਾਮ ਦੇ ਜਿਵੇਂ ਕਹਿੰਦੇ ਵਪਾਰੀ ਨੇ ਨਾਮ ਦੀ ਖਿੱਚ ਪੈਂਦੀ ਹੈ ਨਾਮ ਦੀ ਅਟਰੈਕਸ਼ਨ ਇਹਨਾਂ ਨੂੰ ਤੁਸੀਂ ਜਿੱਥੇ ਜਪੋਗੇ ਕੋਈ ਨਾ ਕੋਈ ਤੁਸੀਂ ਕਿਸੇ ਵਿਆਹ ਸ਼ਾਦੀ ਤੇ ਜਾ ਸਕਦੇ ਹੋ ਉੱਥੇ ਤੁਸੀਂ ਸੇਵਾ ਕਰਦੇ ਹੋ ਤੁਹਾਡੇ ਕੋ ਮਿਰੇ ਹੀ ਜਾਂਦੇ ਨੇ ਕਈ ਵਾਰ ਕੋਈ ਉੱਥੇ ਤੁਹਾਡੇ ਕੋ ਆ ਜਾਂਦੇ ਨੇ ਜਾਂ ਤਾਂ ਇਹਨਾਂ ਨੂੰ ਕੋਈ ਹੁਕਮ ਹੁੰਦਾ ਪਰਮਾਤਮਾ ਵੱਲੋਂ ਜਾਂ ਕਹ ਲਓ ਨਾਮ ਜਿਹੜਾ ਪਰਮਾਤਮਾ ਦਾ ਉਹੀ ਇਹ ਤਾਂ ਮਹਾਰਾਜ ਜਾਣਦੇ ਨੇ ਹਣਾ ਹੁਣ ਮੈਂ ਕਾ ਮੈਨੂੰ ਪਤਾ ਨਹੀਂ ਇਹ ਕੁਝ ਗੱਲਾਂ ਨਹੀਂ ਪਤਾ ਹੁੰਦੀਆਂ ਸਾਨੂੰ ਨਹੀਂ ਪਤਾ ਮਤਲਬ ਇੱਕ ਦੋਸਤ ਵੀ ਤੁਹਾਡੀ ਜ਼ਿੰਦਗੀ ਚ ਗੁਰੂ ਬਣ ਕੇ ਆ ਸਕਦਾ ਜਿਹੜਾ ਤੁਹਾਡੇ ਔਖੇ ਟਾਈਮ ਖੜ ਗਿਆ ਕੋਈ ਮੇਰੇ ਸਾਹਮਣੇ ਗੁਰੂ ਹੀ ਆ ਭਾਜੀ ਹਾਂ ਕਈ ਵਾਰ ਆਪਾਂ ਕਈ ਵਾਰ ਸੁਣਦੇ ਹੁੰਨੇ ਆ ਸਾਖੀਆਂ ਆਉਂਦੀਆਂ ਨੇ ਇਹ ਕਈ ਬੰਦੇ ਕਹਿੰਦੇ ਵੀ ਮਹਾਰਾਜ ਵੀ ਤੁਹਾਡੇ ਲਈ ਚੱਲੇ ਸੀਗੇ ਵੀ ਰਸਤੇ ਚ ਔਕੜ ਆ ਗਈ ਫਿਰ ਕਹਿੰਦੇ ਹੁੰਦੇ ਨੇ ਵੀ ਭਾਈ ਰਸਤੇ ਚ ਜਿਹੜਾ ਤੈਨੂੰ ਸਮਝਾਉਣ ਆਇਆ ਸੀਗਾ ਉਹ ਮੈਂ ਹੀ ਆਇਆ ਸੀਗਾ ਹਨਾ ਇਹ ਪਰਮਾਤਮਾ ਸਾਰਿਆਂ ਵਿੱਚ ਆਪਾਂ ਜਿਵੇਂ ਕਿਸ ਨੂੰ ਫਤਿਹ ਬੁਲਾਉਂਦੇ ਆ ਰਾਮ ਰਾਮ ਕਹਿੰਨੇ ਆ ਪੁਰਾਣੇ ਮਹਾ ਮਸਕੀਨ ਜੀ ਉਹ ਇਹ ਦੱਸਦੇ ਹੁੰਦੇ ਸੀਗੇ ਕਹਿੰਦੇ ਵੀ ਇਹ ਤਾਂ ਕਹਿੰਦੇ ਹੁੰਦੇ ਸੀ ਮੰਨ ਲਓ ਕਿਸੇ ਵਿੱਚ ਕੋਈ ਵਿਰੋਧ ਆ ਆਪਣਾ ਆਪਸ ਵਿੱਚ ਕੋਈ ਵਿਰੋਧ ਆ ਮੈਂ ਤੁਹਾਨੂੰ ਰਾਮ ਰਾਮ ਕਿਹਾ ਤੁਸੀਂ ਕਿਹਾ ਉਥੇ ਜਦ ਪਰਮਾਤਮਾ ਦਾ ਨਾਮ ਹੀ ਆ ਗਿਆ ਆਪਣਾ ਉਥੇ ਜਿਹੜੀ ਦੁਸ਼ਮਣੀ ਖਤਮ ਹੋ ਗਈ ਹੈ ਨਾ ਫਤਿਹ ਵੀ ਫਤਿਹ ਦਾ ਵੀ ਇਹੀ ਨਾਲੇ ਵਾਹਿਗੁਰੂ ਨਿਕਲ ਗਿਆ ਨਾਲੇ ਉਹ ਨਾਮ ਚੱਪਿਆ ਗਿਆ ਨਾਲੇ ਦੁਸ਼ਮਣੀ ਪਿਆਰ ਚ ਬਦਲ ਗਈ ਤੇ ਇਹ ਚੀਜ਼ਾਂ ਵਧੀਆ ਸੀਗੀਆਂ ਗੁੱਡ ਮਾਰਨਿੰਗ ਕਹਣੀ ਚਲੋ ਗਲਤ ਨਹੀਂ ਪਰ ਉਹ ਚੀਜ਼ ਦਾ ਨਾਮ ਵੀ ਜਪਿਆ ਜਾਂਦਾ ਸੀਗਾ ਨਾਲੇ ਦੁਸ਼ਮਣੀ ਖਤਮ ਹੋ ਕੇ ਪਿਆਰ ਪੈਦਾ ਹੋ ਜਾਂਦਾ ਸੀਗਾ ਭਾਈ ਤੁਸੀਂ ਸਕੂਲ ਦੇ ਵਿੱਚ ਟੀਚਰ ਹੋ ਐਸ ਅ ਟੀਚਰ ਵੀ ਤੁਸੀਂ ਪੜ੍ਹਾਉਂਦੇ ਹੋ ਇੱਕ ਅਸਲ ਟੀਚਰ ਦੀ ਡਿਫੀਨੇਸ਼ਨ ਕੀ ਹੈ ਟੀਚਰ ਕਿਨੂੰ ਕਿਹਾ ਜਾਂਦਾ ਤੁਹਾਡੇ ਹਿਸਾਬ ਨਾਲ ਟੀਚਰ ਤਾਂ ਦੇਖੋ ਜਿਹੜਾ ਗੁਰੂ ਹੈ ਜਿਹੜਾ ਟੀਚਰ ਹੈ ਹੈਨਾ ਦੇਖੋ ਟੀਚਰ ਤਾਂ ਇਹ ਚੀਜ਼ ਆ ਵੀ ਹਰੇਕ ਦੀ ਇਹ ਤਾਂ ਇਹ ਅਨਸਰ ਹਰੇਕ ਟੀਚਰ ਆਪਣੇ ਤਰੀਕੇ ਨਾਲ ਚਲੋ ਦਊਗਾ ਟੀਚਰ ਦਾ ਤਾਂ ਇਹੀ ਆ ਵੀ ਜਿਹੜੀਆਂ ਉਸ ਬੰਦੇ ਨੇ ਇਹ ਟੀਚਰ ਜਿਹੜਾ ਰਤਬਾ ਹੈ ਜਿਹੜਾ ਅਹੁਦਾ ਹੈ ਬਹੁਤ ਵੱਡਾ ਹੈ ਸਤਕਾਰ ਦਿੰਦੇ ਨੇ ਮਾਸਟਰ ਜੀ ਕਹਿੰਦੇ ਨੇ ਲੋਕ ਲੋਕ ਮੱਥੇ ਟੇਕਦੇ ਨੇ ਸਾਨੂੰ ਮੈਂ ਕਈ ਵਾਰ ਮੈਨੂੰ ਪਤਾ ਤੇ ਪਿੰਡ ਦੇ ਵਿੱਚ ਦੇਖੋ ਚਾਹੇ ਪਿੰਡ ਵਿੱਚ ਡਿਸਪੈਂਸਰੀਸ ਨੇ ਡਾਕਟਰਸ ਨੇ ਗਰੰਤੀ ਸਿੰਘ ਨੇ ਹੋਰ ਲੋਕ ਨੇ ਪਰ ਬੜਾ ਸਤਕਾਰ ਮਿਲਦਾ ਕੁਝ ਕਹਿ ਦਈਏ ਵੀ ਆਹ ਚੀਜ਼ ਚਾਹੀਦੀ ਆ ਜਦ ਪਿੰਡੋਂ ਹਾਜ਼ਰ ਹੋ ਜਾਂਦੀ ਆ ਤੇ ਬੱਚਿਆਂ ਨੇ ਪੈਰੀ ਹੱਥ ਲਾਉਣੇ ਕੋਈ ਵੀ ਜੋਬ ਆ ਦੇਖੋ ਸਪੋਜ਼ ਕਰੋ ਕੋਈ ਆਪਾਂ ਲਾਲਨ ਨੇ ਵੀ ਪੰਜਾਬ ਦੇ ਸੀਐਮ ਨੇ ਠੀਕ ਆ ਤੇ ਤੁਸੀਂ ਦੇਖੋ ਵੀ ਇੰਨੇ ਲੋਕ ਉਹਨਾਂ ਦੇ ਪੈਰੀਂ ਹੱਥ ਨਹੀਂ ਲਾਉਂਦੇ ਹੁਣ ਜਿੰਨੇ ਅਧਿਆਪਕਾਂ ਦੇ ਲਾਉਂਦੇ ਨੇ ਹਨਾ ਵੀ ਇਹ ਕਿੱਡੀ ਵਿਸ਼ਾਲ ਚੀਜ਼ ਆ ਲੋਕ ਗੁਰੂ ਸਹਿਬਾਨ ਵੀ ਹੋਏ ਨੇ ਮਹਾਂਪੁਰਖ ਪਰ ਗੁਰੂ ਦਾ ਦਰਜਾ ਇਹੋ ਜਿਹਾ ਵਧੀਆ ਅਧਿਆਪਕ ਹੋਣਾ ਚਾਹੀਦਾ ਜਿਹੜਾ ਚਲੋ ਆਪਣਾ ਐਕਸਪੀਰੀਅੰਸ ਬੱਚਿਆਂ ਤੇ ਔਕੜ ਨਾ ਆਵੇ ਉਹਨਾਂ ਨੂੰ ਸੱਚਾ ਗਿਆਨ ਦਵੇ ਹਨਾ ਵੀ ਪਰਮਾਤਮਾ ਨਾਲ ਜੁੜੇ ਤੇ ਇਹੀ ਆ ਵੀ ਚਲੋ ਕੁਝ ਉਹ ਬੱਚਿਆਂ ਦਾ ਬਣੇ ਤੇ ਪੂਰਾ ਵੀ ਆਪਣੇ ਬੱਚੇ ਸਮਝੇ ਬੱਚਿਆਂ ਨੂੰ ਕੋਈ ਵਿਤਕਰਾ ਨਾ ਕਰੇ ਮੈਂ ਤਾਂ ਚਲੋ ਇਹ ਕੋਸ਼ਿਸ਼ ਉਹੀ ਕਰਦਾ ਵੀ ਜੰਨਾ ਚਲੋ ਵਧੀਆ ਹੋ ਸਕੇ ਮੇਰੇ ਤੋਂ ਵਧੀਆ ਟੀਚਰ ਬਹੁਤ ਬੈਠੇ ਨੇ ਇਹ ਜੀ ਗੱਲ ਨਹੀਂ ਹੈਗੀ ਕੁਝ ਕਿ ਮੈਂ ਵੀ ਸੋਚ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਨਾ ਮੈਂ ਚਲੋ ਤੁਸੀਂ ਕੌਸਟਨ ਕੀਤਾ ਤਾਂ ਆਪਾਂ ਗੱਲ ਸ਼ੇਅਰ ਕਰਦੇ ਆ ਮੇਰੀ 2016 ਚ ਮੈਰਿਜ ਸੀਗੀ ਤੇ ਮੈਂ ਮਤਲਬ ਉਹ ਨਾ ਵਧੀਆ ਟੀਚਰ ਬਣਨ ਦੀ ਕੋਸ਼ਿਸ਼ ਕਰਦਾ ਰਹਿਣਾ ਵੀ ਮੈਂ ਨਹੀਂ ਕਹਦਾ ਮੈਂ ਹੁਣੇ ਵਧੀਆ ਜਾਂ ਜਦੋਂ ਮੈਂ ਅਮਰਤਸਰ ਗਿਆ 2008 ਦੇ ਵਿੱਚ ਇਥੇ ਲੁਧਿਆਣੇ ਕਈ ਮੇਰੇ ਦੋਸਤ ਅਖੰਡ ਕੀਰਤਨੀਏ ਸਿੰਘ ਬਣ ਗਏ ਸਗੇ ਤੁਸੀਂ ਜਾਣਦੇ ਹੋਵੋਗੇ ਉਹਨਾਂ ਬਾਰੇ ਅਖੰਡ ਕੀਰਤਨੀਏ ਉਹ ਰਾਤ ਨੂੰ ਮੜਾ ਨਾਮ ਸਿਮਰਨ ਕਰਦੇ ਨੇ ਤੇ ਮੈਂ ਇੱਕ ਦੋਸਤ ਦੀ ਮੈਰਿਜ ਅਟੈਂਡ ਕੀਤੀ ਸੀ ਉਹ अर्ਲੀ ਮਾਰਨਿੰਗ ਅਮਰਤ ਵੇਲੇ ਹੋਈ ਸੀ ਬਗੜਦਾਰ ਮੌਲ ਟਾਊਨਸ ਉੱਥੇ ਜਦੋਂ ਮੈਰਿਜ ਮੈਂ ਦੇਖੀ ਮੈਂ ਬਹੁਤ ਮਤਲਬ ਇਮਪ੍ਰੈਸ ਹੋਇਆ ਮੈਂ ਕਿਹਾ अर्ਲੀ ਮਾਰਨਿੰਗ ਸੰਗਤ ਸਾਰੀ ਬੈਠੀ ਆ ਕੋਈ ਖਰਚਾ ਨਹੀਂ ਕੁਝ ਨਹੀਂ ਹੈਨਾ ਵੀ ਕਿੰਨੀ ਸਿੰਪਲ ਸੋਬਰ ਸਿੰਪਲ ਹਾਂਜੀ ਫਿਰ ਮੈਂ ਵੀ ਮੈਂ ਕਿਹਾ ਵੀ ਮੈਂ ਓਮੀ ਕਰਾਉਣੀ ਹੈ ਮੈਰੇ ਚ ਤੇ ਚਲੋ ਮੈਂ ਓਮੀ ਚਲੋ ਸਾਰਾ ਰਿਸ਼ਤਾ ਹੋ ਜਾ ਮੈਂ ਇਹੀ ਡਿਮਾਂਡ ਰੱਖੀ ਵੀ ਈਮੀ ਕਰਾਉਣਾ ਚਲੋ ਹੋ ਜਾ ਵਿਆਹ ਓਮੀ ਸਾਰਾ ਹੁਣ ਗੱਲ ਆ ਗਈ ਸੀ ਸਰਵਾਲੇ ਦੀ ਵੀ ਸਰਵਾਲਾ ਕੌਣ ਬਣਾਉਣਾ ਹੈਗਾ ਜਾ ਹੁਣ ਮੋਸਟਲੀ ਆਪਾਂ ਕੀ ਹੁੰਦਾ ਵੀ ਆਪਾਂ ਆਪਣੀ ਰਿਸ਼ਤੇਦਾਰੀ ਵਿੱਚੋਂ ਸਰਵਾਲਾ ਬਣਾਉਂਦੇ ਆ ਹਨਾ ਤੇ ਉੱਥੇ ਕੀ ਹੋਇਆ ਹੁਣ ਮੇਰੇ ਦਿਮਾਗ 'ਚ ਮੈਨੂੰ ਕਿਸੇ ਨੇ ਨਹੀਂ ਕਿਹਾ ਮੇਰੇ ਦਿਮਾਗ 'ਚ ਆਪਣੇ ਆਪ ਗੱਲ ਲਾਈ ਮੈਂ ਕਿਹਾ ਕਿ ਵਿਆਹ ਦਾ ਜਿਹੜਾ ਟਾਈਮ ਹੁੰਦਾ ਵੀ ਪੁਰਾਣੇ ਰੀਤੀ ਰਵਾਜਾਂ ਬੜੇ ਲੋਕ ਦਾਨਪੁਨ ਕਰਦੇ ਸੀ ਜਦੋਂ ਕਿਸੇ ਦੇ ਬੱਚਾ ਹੁੰਦਾ ਲੋਕ ਉਦੋਂ ਭੇਟਾਵਾਂ ਦਿੰਦੇ ਨੇ ਜੀ ਮੈਂ ਕਿਹਾ ਵੀ ਸਰਵਾਲਾ ਕੌਣ ਚੱਕੀਏ ਹੈ ਤੇ ਉਹ ਗੱਤਕਾ ਟੀਮ ਜਿਹੜੀ ਮੈਂ ਛੁਰੂ ਤੋਂ ਖੇਡਦਾ ਰਿਹਾ ਚਲੋ ਸਕੂਲੇ ਮੈਂ ਸਿਖਾਉਣ ਲੱਗ ਗਿਆ ਸੀ ਤੇ ਉਹ ਮੇਰਾ ਇੱਕ ਸਟੂਡੈਂਟ ਹੈਗਾ ਹੁਣ ਤਾਂ ਉਹ ਵਿਗੜ ਕਰ ਗਿਆ ਤੇ ਕਾਫਟ ਤਾਂ ਚਲੋ ਆਪਾਂ ਨਹੀਂ ਮੰਨਦੇ ਅਮਰਤਾਰੀਆਂ ਪਰ ਮੈਂ ਵੈਸੇ ਦੱਸਦਾ ਮੇਰੀ ਕਾਫਟ ਹੋਰ ਉਹਦੀ ਕਾਫਟ ਹੋਰ ਮੈਂ ਉਹਨੂੰ ਸਰਵਾਲਾ ਬਣਾਇਆ ਅੱਛਾ ਜੀ ਉਹ ਰੀਜ਼ਨ ਪਤਾ ਕੀ ਸੀ ਉਹ ਮੈਂ ਕਿਹਾ ਵੀ ਵੀ ਵਿਆਹਾਂ ਸ਼ਾਦੀਆਂ ਚ ਲੋਕ ਇੱਕ ਦੂਜੇ ਨੂੰ ਸਮਾਨ ਬਹੁਤ ਦਿੰਦੇ ਨੇ ਹੈਨਾ ਸਰਵਲਿਆਂ ਨੂੰ ਮੁੰਡੇ ਨੂੰ ਕੁੜੀ ਨੂੰ ਰਿਸ਼ਤੇਦਾਰਾਂ ਨੂੰ ਮੈਂ ਕਿਹਾ ਜੇ ਵੀ ਇਹ ਗਰੀਬ ਪਰਿਵਾਰ ਦਾ ਮੈਂ ਕਿਹਾ ਜੇ ਮੈਂ ਇਹਨੂੰ ਬਣਾ ਲਵਾਂ ਉਦੋਂ ਮੇਰੇ ਕੋਲ ਪਾਵਰ ਸੀਗੀ ਜਿਹੜਾ ਪਰੌਣਾ ਕੁਝ ਵੀ ਕਰ ਸਕਦਾ ਜੀ ਜੀ ਹੈਡ ਆਫ ਦੋ ਫੈਮਿਲੀ ਪਰੌਣੇ ਦਾ ਮਗਰ ਦੁਨੀਆ ਫਰਤੀ ਹੁੰਦੀ ਆ ਮੈਂ ਕਿਹਾ ਵੀ ਮੈਂ ਵੀ ਜਸ਼ਨ ਬਣਾਉਣਾ ਮੈਂ ਤਾਂ ਸਰ ਕਿਸੇ ਨੂੰ ਦੱਸਿਆ ਵੀ ਨਹੀਂ ਮੈਂ ਤਾਂ ਬਿਠਾ ਲਿਆ ਹੈਨਾ ਮੈਨੂੰ ਦੱਸਦਾ ਤੇ ਉਹਦੇ ਉਹਨੂੰ ਵੀ ਬਾਣਾ ਪਾ ਕੇ ਬਿਠਾਇਆ ਮੈਂ ਵੀ ਜੋ ਸਕਾਫਟੀਮ ਪਾਇਆ ਆਪਣਾ ਤੇ ਉਹਨੂੰ ਵੀ ਚਲੋ ਉਹ ਜੋ ਵੀ ਦਿੱਤਾ ਹਨਾ ਜੋ ਵੀ ਚਲੋ ਵਧੀਆ ਹੋ ਗਿਆ ਉਹਦਾ ਵੀ ਯਾਨੀ ਕਿ ਮੈਨੂੰ ਪਤਾ ਕੀ ਸੀ ਤੇ ਮੈਂ ਕਿਹਾ ਵੀ ਚਲੋ ਬਹੁਤ ਅਮਰਤਾਰੀ ਸਿੰਘ ਵਿਆਹ ਸ਼ਾਦੀਆਂ ਦੇ ਸ਼ਰਾਬ ਵੀ ਚਲਾਉਂਦੇ ਨੇ ਮੈਂ ਸੱਚ ਬੋਲਦਾ ਇਹ ਚਲੋ ਚਲੋ ਅਮਰਤਾਰੀ ਫੇਰ ਨਹੀਂ ਚਲਾਉਣੀ ਚਾਹੀਦੀ ਮੇਰਾ ਮੇਰਾ ਇਹ ਸੇਕਾ ਮੈਂ ਕਿਹਾ ਲੋਕਾਂ ਨੂੰ ਮੈਂ ਮੈਸੇਜ ਇਹ ਦੇ ਰਿਹਾ ਵੀ ਐਵੇਂ ਕਰੋ ਮੈਰਿਜ ਐਵੇਂ ਕਰਵਾਵੋ ਜਿਹੜੇ ਸਿੱਖ ਨੇ ਹਨਾ ਸਿੰਘ ਨੇ ਵੀ ਜਿਵੇਂ ਸਾਡਾ ਹੈਗਾ ਮੈਂ ਕਹਿੰਦੇ ਮੈਂ ਦੂਜੇ ਤਰੀਕੇ ਨਾਲ ਕਰਾ ਲਈ ਵੀ ਮੇਰੇ ਮੇਰੇ ਸਟੂਡੈਂਟ ਨੇ ਉਹਨਾਂ ਨੇ ਕਿਹਾ ਸਰ ਸਾਨੂੰ ਕੁਝ ਹੋਰ ਕਹਿੰਦੇ ਨੇ ਆਪ ਕੁਝ ਹੋਰ ਕਰਗੇ ਹਾਂ ਨਾ ਐਗਜ਼ਾਮਪਲ ਤੁਸੀਂ ਸੈੱਟ ਕੀਤਾ ਹਾਂ ਇਹ ਪੁਆਇੰਟ ਮੈਂ ਕਿਹਾ ਵੀ ਇਹ ਗੱਲ ਆ ਤੇ ਕੋਸ਼ਿਸ਼ ਜਾਨੀ ਕਿਵੇਂ ਮੈਂ ਤਰੀਕਾ ਜੇ ਮੈਂ ਕਿਹਾ ਕੁਝ ਨਾ ਕੁਝ ਮੈਂ ਮਤਲਬ ਕਰਦੇ ਰਹਿੰਨੇ ਆ ਬੱਚੇ ਕਈ ਵਾਰ ਗੱਤਕਾ ਖੇਡਣ ਜਾਂਦੇ ਸਕੂਲ ਦੇ ਮੇਰੇ ਕਈ ਵਾਰ ਮੈਂ ਘਰੇ ਉਹਨਾਂ ਨੂੰ ਰੱਖ ਲੈਣਾ ਕਈ ਵਾਰ ਆਉਂਦੇ ਨੇ ਬੜਾ ਪਿਆਰ ਯਾਨੀ ਕਿ ਮੇਰੇ ਵਿਆਹ ਦੇ ਉੱਤੇ ਯਾਨੀ ਕਿ ਜਿਹੜੇ ਮੇਰੇ ਰਿਸ਼ਤੇਦਾਰ ਨੇ ਉਹ ਮੇਰੀ ਬਰਾਤ ਵਿੱਚ ਪਿੱਛੇ ਸਕੇ ਮੇਰੇ ਸਟੂਡੈਂਟ ਮੂਰੇ ਸਕੇ ਵਾਹ ਜੀ ਵਾਹ ਇਹ ਅਸਲ ਜੇ ਇੱਕ ਟੀਚਰ ਹੋਣਾ ਚਾਹੀਦਾ ਜਿਹੜਾ ਵਾਕਈ ਪਰਿਵਾਰ ਬਣਾਵੇ ਆਪਣੇ ਬੱਚਿਆਂ ਨੂੰ ਮੈਂ ਮੈਂ ਨਹੀਂ ਕਹਿੰਦਾ ਮੈਂ ਅਸਲ ਹਾਂ ਮੈਂ ਇੱਕ ਕੋਸ਼ਿਸ਼ ਕਰ ਰਿਹਾ ਹਾਂ ਮੇਰੇ ਤੋਂ ਵਧੀਆ ਬਹੁਤ ਬੈਠੇ ਨੇ ਦੇਖੋ ਕੋਈ ਸੇ ਪਤਾ ਕੀ ਗੱਲ ਆ ਬਹੁਤ ਦੁਨੀਆ ਇਹੋ ਜਿਹੜੀ ਮੂਰੇ ਨਹੀਂ ਆਉਂਦੀ ਹੈਗੀ ਬਹੁਤ ਦੁਨੀਆ ਨਾਮ ਸਿਮਰਨ ਭਗਤੀ ਗੁਰਸਿੱਖ ਬਹੁਤ ਬੈਠੇ ਨੇ ਬਹੁਤ ਜੁੜੇ ਹੋਏ ਨੇ ਨਹੀਂ ਉਹ ਅਸੀਂ ਹੁਣ ਸੋਸ਼ਲ ਮੀਡੀਆ ਕਰਕੇ ਚਲੋ ਗੱਲਾਂ ਅਸੀਂ ਸ਼ੇਅਰ ਕਰ ਲੈਣੇ ਆ ਬਹੁਤ ਅੱਗੇ-ਅੱਗੇ ਬੈਠੇ ਨੇ ਪਰਵਾਹ ਨਹੀਂ ਲੋਕਾਂ ਦੀ ਬਸ ਪਰਮਾਤਮਾ ਦਾ ਨਾਮ ਬਹੁਤ ਟੀਚਰ ਵਧੀਆ ਨੇ ਦਰਬਾਰ ਸਾਹਿਬ ਦਰਬਾਰ ਸਾਹਿਬ ਵੀ ਹਰੇਕ ਸਥਾਨ ਤੇ ਪਰਮਾਤਮਾ ਦੇ ਚਮਤਕਾਰ ਹੁੰਦੇ ਰਹਿੰਦੇ ਨੇ ਪਰ ਜਿਹੜਾ ਕੋਈ ਦਰਬਾਰ ਸਾਹਿਬ ਤੋਂ ਕੋਈ ਵੀਡੀਓ ਆਉਂਦੇ ਵੀ ਉਥੇ ਚਮਤਕਾਰ ਵਰਤਿਆ ਮੈਂ ਸੋਚਦਾ ਹੁੰਦਾ ਵੀ 100 ਦੇ ਵਿੱਚੋਂ 1% ਲੋਕ ਦੱਸਦੇ ਨੇ 99% ਲੋਕ ਸ਼ੋਅ ਨਹੀਂ ਕਰਦੇ ਹੈਗੇ ਇੱਥੇ ਤਾਂ ਚੱਪੇ-ਚੱਪੇ ਤੇ ਕਰਾਮਾਤਾਂ ਵਰਤਦੀਆਂ ਨੇ ਇਹ ਆ ਚਲੋ ਟੀਚਰ ਮੈਂ ਉਹ ਹੀ ਸੋਚ ਰਾ ਹਾਂ ਵੀ ਲੋਕ ਪੈਰੀ ਹੱਥ ਵੀ ਸਾਡੇ ਲਾਉਂਦੇ ਨੇ ਵੀ ਸਾਨੂੰ ਕੁਝ ਨਾ ਕੁਝ ਵੀ ਜਿੰਨੇ ਜੋ ਕੀ ਹੈ ਗਿਆ ਕਰੀਏ ਬਾਕੀ ਪਰਮਾਤਮਾ ਜਿਹੜਾ ਨਾ ਪਰਮਾਤਮਾ ਆਪਾਂ ਉਹਦਾ ਮਤਲਬ ਨਾਮ ਹੀ ਪਰਮਾਤਮਾ ਕਈ ਵਾਰ ਸੋਚ ਲੈਣੇ ਆ ਉਹ ਹੈ ਕੀ ਆ ਉਹ ਕਣ ਕਣ ਚ ਵਰਤਦਾ ਹੈ ਨਾ ਵੀ ਮੈਂ ਕਹਿੰਦਾ ਸੋਚ ਰਹਾ ਹੁੰਨਾ ਵੀ ਥੋੜਾ ਜਿਹਾ ਵੀ ਯਾਰ ਵੀ ਮੇਰੇ ਮੂਹਰੇ ਵੀ ਪਰਮਾਤਮਾ ਉੱਤੇ ਵੀ ਥੱਲੇ ਵੀ ਹੈ ਨਾ ਕਈ ਹੁਣ ਦੇਖੋ ਗੱਲ ਇਹ ਆ ਮੈਂ ਹੁਣ ਚਲੋ ਗੱਤ ਕੇ ਨਾਲ ਵੀ ਜੁੜਿਆ ਹੋਇਆ ਸਾਰੀਆਂ ਸੰਪਰਦਾਵਾਂ ਟਕਸਾਲਾਂ ਸਤਿਕਾਰ ਕਰਦੇ ਆਪਾਂ ਤੁਸੀਂ ਦੇਖੋ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੇਮਕੁੰਡ ਸਾਹਿਬ ਤਪੱਸਿਆ ਕਰਦੇ ਸੀਗੇ ਤੇ ਹਿਫਟਰੀ ਇਹ ਹੈ ਕਿ ਆ ਵੀ ਚਲੋ ਉੱਥੇ ਜਦੋਂ ਤਪੱਸਿਆ ਕਰਦੇ ਸੀ ਜਦੋਂ ਤਪੱਸਿਆ ਬਹੁਤ ਹੋ ਗਈ ਫਿਰ ਪਰਮਾਤਮਾ ਜੀ ਪ੍ਰਗਟ ਹੋਏ ਪਰਮਾਤਮਾ ਜੀ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਦੁਨੀਆ ਤੇ ਜਾਵੋ ਉਹਦਾ ਰੀਜ਼ਨ ਇਹ ਸੀ ਕਹਿੰਦੇ ਵੀ ਮੈਂ ਸਾਰਾ ਕੁਝ ਬਣਾਇਆ ਲੋਕ ਕਹਿੰਦੇ ਮੈਨੂੰ ਭੁੱਲ ਗਏ ਹਿਫਟਰੀ ਇਹ ਆ ਹੇਮਕੁੰਨ ਸਾਹਿਬ ਦੀ ਕਹਿੰਦੇ ਸਾਰਾ ਕੁਝ ਮੈਂ ਬਣਾਇਆ ਦੇਵਤੇ ਮੈਂ ਬਣਾਏ ਜਿਵੇਂ ਰਾਮ ਪਰਮਨੰਦ ਜੀ ਕਹਿੰਦੇ ਹਨਾ ਕਹਿੰਦੇ ਦੇਵਤੇ ਮੈਂ ਬਣਾਏ ਕਹਿੰਦੇ ਲੋਕ ਦੇਵਤਾਂ ਨੂੰ ਪੂਜੀ ਜਾਂਦੇ ਨੇ ਕਹਿੰਦੇ ਲੋਕ ਮੜੀਆਂ ਨੂੰ ਪੂਜੀ ਜਾਂਦੇ ਨੇ ਦਰਖਤਾਂ ਨੂੰ ਪੂਜੀ ਜਾਂ ਕਹਿੰਦੇ ਮੈਨੂੰ ਕੋਈ ਨਹੀਂ ਯਾਦ ਕਰਦਾ ਉਹ ਗੱਲ ਸੱਚ ਅੱਜ ਵੀ ਆ ਅੱਜ ਮੈਂ ਕੀ ਕਹਣਾ ਮੈਂ ਕਿਸੇ ਸੰਪਰਦਾ ਦਾ ਮੈਂ ਕਿਸੇ ਮਹਾਂਪੁਰਖ ਦਾ ਮੈਂ ਕਿਸੇ ਦਾ ਉਹ ਪਾਜੀ ਕਈ ਵਾਰ ਸੋਚ ਕੇ ਹੁੰਦਾ ਵੀ ਯਾਰ ਪ੍ਰਮਾਤਮਾ ਨੂੰ ਪ੍ਰਮਾਤਮਾ ਨੂੰ ਅਸੀਂ ਯਾਦ ਨਹੀਂ ਕਰਦੇ ਵੀ ਅਸੀਂ ਪ੍ਰਮਾਤਮਾ ਦੇ ਆ ਕਿੰਨੀ ਡੂੰਗੀ ਗੱਲ ਆ ਬਾਈ ਮੈਂ ਨਾ ਕਈ ਵਾਰ ਮੈਨੂੰ ਹੁੰਦਾ ਵੀ ਮੈਨੂੰ ਕਈ ਅੱਗੇ ਇੱਕ ਇੱਕ ਸਵਾਲ ਇੱਕ ਸਿੰਘਾਂ ਨੂੰ ਸਾਨੂੰ ਪੁੱਛਦੇ ਹੁੰਦੇ ਨੇ ਤੁਸੀਂ ਕਿੰਨਾ ਦਾ ਅਮਰਤ ਛਕਿਆ ਹਾਂ ਇਹ ਸਵਾਲ ਤੇ ਆਣਾ ਹੀ ਸੀ ਹੈਨਾ ਕੀ ਤੁਸੀਂ ਅੰਮ੍ਰਿਤ ਛਕਿਆ ਇਹਦੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਇਹਨੂੰ ਜਿੰਨੇ ਵੀ ਅੰਮ੍ਰਿਤ ਛਕਣਾ ਰੂਲਸ ਹੁੰਦੇ ਨੇ ਮਰਿਆਦਾ ਬਹੁਤ ਹੁੰਦੀ ਹੈ ਹਾਂਜੀ ਕੀ ਭਾਜੀ ਪਹਿਲਾਂ ਅੰਮ੍ਰਿਤ ਛਕਣਾ ਜ਼ਰੂਰੀ ਹੈ ਕਿ ਪਹਿਲਾਂ ਇੱਕ ਅੱਛੇ ਇਨਸਾਨ ਅੰਦਰੋਂ ਬਣਨਾ ਜ਼ਰੂਰੀ ਹੈ ਫਿਰ ਅੰਮ੍ਰਿਤ ਛਕਣਾ ਜ਼ਰੂਰੀ ਹੈ ਦੇਖੋ ਇਹ ਕੋਸ਼ਿਸ਼ ਤਾਂ ਚਲੋ ਇੰਨੀ ਥੋੜੀ ਜਿਹੀ ਸੋਚੀ ਤਾਂ ਹੋਣੀ ਚਾਹੀਦੀ ਆ ਪਰ ਮਸਕੀਨ ਜੀ ਇਹ ਗੱਲ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਵੀ ਵਧੀਆ ਕੀਨੇ ਬਣਾਉਣਾ ਤੁਹਾਨੂੰ ਜੇ ਤੁਸੀਂ ਪਹਿਲਾਂ ਵਧੀਆ ਬਣ ਗਏ ਇਟ ਮੀਨਸ ਤੁਸੀਂ ਗੁਰੂ ਤੋਂ ਵੱਡੇ ਹੋ ਕੇ ਕਹਿੰਦੇ ਨਹੀਂ ਬਾਹਵ ਮਹਾਂਪੁਰਖੇ ਇਹ ਕਹਿੰਦੇ ਹੁੰਦੇ ਨੇ ਵੀ ਜਦੋਂ ਤੁਸੀਂ ਮਹਾਪੁਰਖ ਕੋ ਜਾਨਣੇ ਹੋ ਗੁਰੂ ਸਾਹਿਬਾਂ ਕੋ ਜਾਨਣੇ ਜਮੇ ਜੀਰੋ ਬਣ ਕੇ ਜਾਣਾ ਨਾ ਲੈ ਕੇ ਬਣ ਕੇ ਵੀ ਬਾਬਾ ਜੀ ਮੈਰੀ ਹੋ ਗਈ ਬਸ ਮੈਨੂੰ ਸੰਭੋ ਉਥੇ ਫਿਰ ਰੱਬ ਕਿਰਪਾ ਕਰਦਾ ਰੱਬ ਕਹਿੰਦਾ ਆ ਜਾ ਜੇ ਉਥੇ ਜਾ ਕੇ ਕਵਸਚਨ ਕਰੀ ਗਏ ਵੀ ਨਹੀਂ ਜੀ ਐਵੇਂ ਨਹੀਂ ਹੋ ਮੈਨੀ ਫਿਰ ਬਹੁਤ ਚਾਹ ਪਰੇ ਠੀਕ ਆ ਇਹ ਮਹਾਂਪੁਰਖ ਪੁਰਾਣੇ ਦੱਸਦੇ ਹੁੰਦੇ ਸੀ ਕਹਿੰਦੇ ਜੇ ਉਹਨੇ ਕਹਤਾ ਦਿਨ ਹੈਗਾ ਠੀਕ ਆ ਮੰਨ ਲਓ ਰਾਤ ਆ ਤੁਸੀਂ ਦਿਨੇ ਕਹਿਣਾ ਆ ਫਿਰ ਉਹ ਫਿਰ ਕਿਰਪਾ ਕਰਦੇ ਨੇ ਰੱਬ ਹਨਾ ਜਦੋਂ ਅੰਮ੍ਰਿਤ ਛਕਣਾ ਜਾਂ ਥੋੜੀ ਚਲੋ ਸੋਚੀ ਇੰਨਾ ਕ ਆਪਾਂ ਨੂੰ ਹੋਵੇ ਵੀ ਆਪਾਂ ਕੁਝ ਪੜਨ ਵੱਡੇ ਹੋ ਗਏ ਹਨਾ ਪਰ ਇਹ ਗੱਲ ਆ ਵੀ ਆਪਾਂ ਪਰਮਾਤਮਾ ਨੂੰ ਜੀਰੋ ਹੋ ਕੇ ਹੱਥ ਫਰਾਉਣਾ ਗੁਰੂ ਸਾਹਿਬ ਨੂੰ ਬਈ ਲੈਕ ਵੈਜ ਨਾਨ ਵੈਜ ਵਾਲੀ ਵੀ ਗੱਲ ਅਸੀਂ ਪੁੱਛਣੀ ਤੁਹਾਨੂੰ ਕਿ ਅੰਮ੍ਰਿਤ ਛਕ ਕੇ ਵੈਜ ਮਤਲਬ ਨਾਨ ਵੈਜ ਖਾਣਾ ਚਾਹੀਦਾ ਹੈ ਕਿ ਨਹੀਂ ਦੇਖੋ ਮੇਨ ਰੀਜ਼ਨ ਆ ਜੇ ਤੁਸੀਂ ਸਿੱਧਾ ਪੁੱਛਦੇ ਹੋ ਤੁਸੀਂ ਕਰਨਾ ਗੁਰੂ ਸਾਹਿਬ ਨੂੰ ਖੁਸ਼ ਠੀਕ ਆ ਕੀ ਸਿਵੇਜ ਖਾਣਾ ਨਾਨਵਜ ਖਾਣਾ ਜਾਂ ਕੁਛ ਨਹੀਂ ਖਾਣਾ ਇਹ ਭਾਈ ਬੰਦਾ ਦੇਖੇ ਵੀ ਗੁਰੂ ਤੁਹਾਡਾ ਕਿੱਥੋਂ ਗੁਰੂ ਸਾਹਿਬ ਨੂੰ ਖੁਸ਼ ਕਿਵੇਂ ਹੋਣਗੇ ਠੀਕ ਆ ਇਹ ਬੜਾ ਬੜਾ ਕੁਐਸਚਨ ਆ ਅੱਜ ਯੂਥ ਦੇ ਦਿਮਾਗ ਦੇ ਵਿੱਚ ਵੀ ਕੀ ਨਾਨਵਜ ਖਾਣ ਨਾਲ ਭਗਵਾਨ ਨੂੰ ਗਲਤ ਤਾਂ ਨਹੀਂ ਲੱਗਦਾ ਦੇਖੋ ਗੱਲ ਇਹ ਆ ਭਗਵਾਨ ਨੇ ਸਾਰਾ ਕੁਝ ਬਣਾਇਆ ਹਨਾ ਤੇ ਜਦੋਂ ਫਿਰ ਉਹੀ ਗੱਲ ਆ ਹਿਸਟਰੀ ਇਹੀ ਕਹਿੰਦੀ ਆ ਵੀ ਜਦੋਂ ਦੁਨੀਆ ਦੇ ਉੱਤੇ ਚੀਕ ਚਿਹੜਾ ਪਿਆ ਦੋਹੀਆਂ ਨੇ ਅਰਦਾਸ ਕੀਤੀ ਤੇ ਉਦੋਂ-ਉਦੋਂ ਪੀਰ ਪੈਗੰਬਰ ਆਏ ਨੇ ਦੋਹੀਆਂ ਦੀ ਅਰਦਾਸ ਜਿਹੜੀ ਆ ਉਹ ਕੱਲੀ ਫਿਰ ਆਪਣੀ ਬਾਡੀ ਵਾਲੀ ਤਾਂ ਨਹੀਂ ਹੈਗੀ ਉਹ ਚ ਵਿੱਚ ਸਾਰੇ ਐਨੀਮਲਸ ਵੀ ਆ ਜਾਂਦੇ ਨੇ ਅਰਦਾਸਾਂ ਜਿਹੜੀ ਅਰਦਾਸ ਹਜ਼ੂਰ ਸਾਹਿਬ ਉਹ ਖਰਗੋਸ਼ ਨੇ ਕੀਤੀ ਸੀਗੀ ਸ਼ਾਹੇ ਨੇ ਰੈਬਿਟ ਨੇ ਅਰਦਾਸ ਉਹਦੀ ਵੀ ਸੀਗੀ ਮਹਾਰਾਜ ਆਏ ਨੇ ਤੇ ਇੱਕ ਕਰਮ ਕਰਮ ਦੀ ਫਿਲਾਸਫੀ ਐ ਐਕਸ਼ਨ ਐਂਡ ਰਿਐਕਸ਼ਨ ਆਪੋਜ਼ਿਟ ਨੇਚਰ ਹੁਣ ਮੈਂ ਥੋੜੀ ਇਹ ਗੱਲ ਤੁਹਾਨੂੰ ਮੈਂ ਖੋਲ ਦਿੰਦਾ ਇਹ ਗੱਲ ਇਹ ਆ ਆਪਾਂ ਕੋਈ ਚੀਜ਼ ਖਾਣੇ ਕਰਦੇ ਵਾਸਤੇ ਬਿਕੋਜ਼ ਆਫ એનર્ਜੀ ਬਿਲਕੁਲ ਠੀਕ ਹੈ ਜੀ એનર્ਜੀ ਆਪਾਂ ਲੈਣੀ ਆ ਤੇ એનર્ਜੀ ਆਪਾਂ ਨੂੰ ਦਿੰਦੀਆਂ ਨੇ ਵੈਸੇ ਪੰਜ ਚੀਜ਼ਾਂ ਪ੍ਰੋਟੀਨ ਫੈਟਸ ਕਾਰਬੋਹਾਈਡਰੇਟਸ ਵਿਟਾਮਿਨਸ ਤੇ ਮਿਨਰਲਸ ਠੀਕ ਹੈ ਜੀ ਉਹ ਹੁਣ ਆਪਣੀ ਆਪਸ਼ਨ ਆ ਵੀ ਆਪਾਂ ਲੈਣੇ ਕਿੱਥੋਂ ਨੇ ਵੈਜ ਐਂਡ ਨਾਨ ਵੈਜ ਹੁਣ ਦੇਖੋ ਤੁਸੀਂ ਆ ਮਾਈਕ ਲਾਇਆ ਮੂਰੇ ਤੁਸੀਂ ਮਾਈਕ ਬਹੁਤ ਪਹਿਲਾਂ ਸਿਲੈਕਟ ਕੀਤੇ ਹੋਣ ਨੇ ਇਹ ਤੁਹਾਨੂੰ ਵਧੀਆ ਫੈਸਿਲਿਟੀ ਦਿੰਦਾ ਹੁਣ ਇਹ ਤੁਸੀਂ ਲੈ ਲਿਆ ਠੀਕ ਹੈ ਜੀ ਜਿਹੜਾ ਹੁਣ ਮੂਰੇ ਦੋਨੇ ਚੀਜ਼ਾਂ ਪਈਆਂ ਨੇ ਐਨੀਮਲ ਵੀ ਆ ਮੂਰੇ ਵੈਜ ਵੀ ਪਿਆ ਆ ਹੁਣ ਮੈਂ ਇਹ ਦੇਖਣਾ ਆ ਵੀ ਮੈਨੂੰ એનર્ਜੀ ਵੱਧ ਕਿੱਥੋਂ ਮਿਲੂਗੀ ਮੈਂ ਸੋਚ ਰਹਾ ਆ ਮੈਂ ਜਿਹੜੇ ਹੁਣ ਐਨੀਮਲਸ ਨੇ ਕੁਸ਼ਕਤਾ ਐਨੀਮਲਸ ਉਹਨੇ ਜਿਹੜੇ ਪਲਾਂਟਸ ਖਾਂਦੇ ਨੇ ਕੁਸ਼ਕ ਐਨੀਮਲਸ ਉਹਨੇ ਜਿਹੜੇ ਐਨੀਮਲ ਖਾਂਦੇ ਨੇ ਹੁਣ ਤੁਸੀਂ ਇਹ ਦੇਖੋ ਜਿਹੜੇ ਐਨੀਮਲ ਐਨੀਮਲ ਖਾਂਦੇ ਨੇ ਉਹ ਅੱਗੇ ਦਾ ਪਲਾਂਟਸ ਹੀ ਖਾਂਦੇ ਨੇ ਹਾਂ ਬਿਲਕੁਲ 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 ਹੁਣ એનર્ਜੀ ਘਮ ਰਹੀ ਆ ਬਿਲਕੁਲ એનર્ਜੀ ਘਮ ਰਹੀ ਆ ਤੇ ਇਕ ਇਸ ਨੇਚਰ ਦਾ ਰੂਲ ਆ ਸਾਇੰਸ ਦਾ એનર્ਜੀ ਦਾ ਉਹ ਇਹ ਆ ਸਪੋਜ਼ ਕਰੋ ਵੀ 100% એનર્ਜੀ ਪਲਾਂਟਸ ਕੋਲ ਆ ਜਦੋਂ ਉਹ ਐਨੀਮਲ ਖਾਂਦਾ ਆ 90 ਉੜ ਜਾਂਦੀ ਆ 10 ਉਹਨੂੰ ਮਿਲਦੀ ਆ ਉਹ ਉੜਦੀ ਕਿਵੇਂ ਬਿਕੋਜ਼ ਹੀਟ ਦੀ ਫਾਰਮ ਦੇ ਵਿੱਚ ਛੁੜ ਗਈ ਐਕਟੀਵਿਟੀਜ਼ ਹੋ ਗਈਆਂ ਹਾਂ ਹੈਨਾ ਤੇ ਉਹ ਜੇ ਐਨੀਮਲ ਨੂੰ ਫੇਰ ਅੱਗੇ ਤਨ ਆਪਾਂ ਖਾਂਦੇ ਆ ਆਪਾਂ ਉਹਨੂੰ ਫੇਰ ਔਰ ਜਾਣੀ ਆ ਆਪਾਂ ਨੂੰ ਮਿਲਦੀ 1% ਇਹ ਇਹ ਨੜ ਤੇ ਸਰਚ ਕਰ ਸਕਦਾ ਕੋਈ ਵੀ ਬਿਲਕੁਲ ਲੋਜੀਕਲ ਗੱਲ ਹੈ ਹੈਨਾ ਹੁਣ ਮੈਂ ਸਿੱਧਾ ਜੇ ਪਲਾਂਟਸ ਖਾਂਵਾ ਮੈਨੂੰ ਸਿੱਧੀ ਨਰਦੀ ਮਲਦੋਗੀ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਂ ਇਹ ਵੀਡੀਓ ਇੱਕ ਪੋਸਟ ਕੀਤੀ ਚਲੋ ਵਧੀਆ ਸ਼ੇਅਰ ਹੋਈ ਕੋਸ਼ਿਕ ਬੰਦਿਆਂ ਨੂੰ ਇਹ ਕੋਸ਼ਿਕ ਬੰਦਿਆਂ ਨੇ ਕਮੈਂਟਸ ਆਏ ਵੀ ਆਪਾਂ ਪਲਾਂਟਸ ਸਿੱਧੇ ਖਾ ਲਾਂਗੇ ਪਲਾਂਟਸ ਦਾ ਮਤਲਬ ਇਹ ਆ ਵੀ ਦੇਖੋ ਜਿਹੜੀ ਚੀਜ਼ ਉਗਦੀ ਆ ਉਹ ਸਾਰੇ ਪਲਾਂਟਸ ਆ ਵੈਜੀਟੇਬਲਸ ਤਾ ਸਮਝਦਾਰ ਹਾਂ ਬਿਲਕੁਲ ਹੈਨਾ ਫਰੂਟਸ ਨੇ ਵੈਜੀਟੇਬਲਸ ਨੇ ਉਹ ਕਹਿੰਦੇ ਵੀ ਅਸੀਂ ਦਰਖਤ ਕਿਵੇਂ ਖਾ ਲਾਂਗੇ ਉਹਨਾਂ ਲੱਗੇ ਕਿ ਖਾ ਕਿਵੇਂ ਖਾਣੀ ਸਿੱਧੀ ਹਾਂ ਤਾਂ ਪਤਾ ਪਤਾ ਉਹੀ ਗੱਲ ਆ ਵੀ ਆਪਾਂ ਹੁਣ ਪੜ੍ਹਨਾ ਵੀ ਛੱਡ ਤਾ ਕਿਤਾਬਾਂ ਤੇ ਬਹੁਤ ਪੁਰਾਣੇ ਮੈਂ ਚਲੋ ਮੈਂ ਉਹੀ ਪਹਿਲਾਂ ਗੱਲ ਮੁਕਾਤਵਾ ਵੀ ਦੇਖੋ ਠੀਕ ਆ ਜੇ ਮੈਂ ਸਿੱਧੇ ਪਲਾਂਟਸ ਖਾ ਲਵਾਂ ਮੈਂ ਵੈਜ ਮੈਨੂੰ ਸਿੱਧੀ એનર્ਜੀ ਮਿਲੂਗੀ ਹੁਣ ਅਗਲੀ ਗੱਲ ਆ ਜੋ ਤੇ ਗੱਲ ਇਹ ਹੈਗੀ ਆ ਵੀ ਫਿਰ ਅੱਗੇ ਕਰਮ ਨੇ ਆਪਣੇ ਹੁਣ ਮੈਂ ਖਾਣਾ ਹੋਵਾਂ ਨਾਨ-ਵੈਜ ਮੇਰੇ ਸਾਹਮਣੇ ਕਿਸੇ ਤੇ ਅਤਿਆਚਾਰ ਹੁੰਦਾ ਰਹੇ ਠੀਕ ਆ ਜੇ ਮੈਂ ਉਹ ਨਾ ਰੋਕਾਂ ਫਿਰ ਮੈਂ ਗੁਰੂ ਸਾਹਿਬ ਦੇ ਨਜ਼ਰਾਂ ਚ ਗਿਰ ਜੂਗਾ ਜੇ ਮੈਂ ਖਾਣਾ ਹੋਵਾਂ ਮੂੰਗੀ ਮੰਸਰੀ ਮੈਂ ਵੈਜ ਹੋਵਾਂ ਮੈਂ ਜੇ ਮੈਂ ਉਹਨੂੰ ਰੋਕਤਾ ਫੇਰ ਮਾ ਗੁਰੂ ਸਾਹਿਬ ਦੇ ਨਦਰਾਂ ਚ ਵਧੀਆ ਠੀਕ ਆ ਬਾਕੀ ਹਿਫਟਰੀ ਜਿਹੜੀ ਆ ਹਿਫਟਰੀ ਦੇ ਵਿੱਚ ਤੁਸੀਂ ਦੇਖੋ ਚਾਹੇ ਕੋਈ ਵੀ ਮਹਾਪੁਰਖਾ ਚਾਹੇ ਸਿੱਖ ਯੋਧੇ ਸੂਰਮੇ ਨੇ ਉਹਨਾਂ ਦੀ ਜਨਨਕ ਮੈਂ ਸੋਚ ਰਾਂ ਕੰਮਾਂ ਦੀ ਗੱਲ ਹੁੰਦੀ ਆ ਵੀ ਦੇਖੋ ਜਿਵੇਂ ਹੁਣ ਸਾਡੇ ਸਿੰਘ ਸੂਰਮੇ ਗੱਲ ਕਰਦੇ ਹੁੰਦੇ ਨੇ ਵੀ ਹਰੀ ਸਿੰਘ ਨਲੂਏ ਦੀ ਜੀ ਮਹਾਰਾਜਾ ਰਣਜੀਤ ਸਿੰਘ ਦੀ ਦਿੱਗਾ ਜੀ ਕਦੇ ਨਹੀਂ ਆਪਾਂ ਗੱਲ ਕਰਦੇ ਖਾਨ ਬਣਦੀ ਆਪਾਂ ਗੱਲ ਕੀ ਕਰਦੇ ਆ ਵੀ ਉਹਨਾਂ ਨੇ ਰਾਜ ਕੀਤਾ ਉਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਸੰਤ ਅਤਰ ਸਿੰਘ ਜੀ ਹੀਸਰ ਸਿੰਘ ਜੀ ਹੋਗੇ ਮੇਨ ਗੱਲ ਆ ਵੀ ਤੁਸੀਂ ਲੋਕਾਂ ਲਈ ਦੁਨੀਆ ਲਈ ਪੰਥ ਲਈ ਕੌਮ ਲਈ ਹਨ ਕੀ ਕਰਕੇ ਚੱਲੇ ਹੋ ਇਹਦੀ ਗੱਲ ਹੋਣੀ ਆ ਮੂਸੇਵਾਲਾ ਮੂਸੇਵਾਲੇ ਨੇ ਦਸਤਾਰ ਨੂੰ ਪ੍ਰਮੋਟ ਕੀਤਾ ਉਹਨੇ ਮੋਟੀਵੇਸ਼ਨਲ એનਰਜੈਟਿਕ ਗਾਣੇ ਗਾਏ ਠੀਕ ਹੈ ਜੀ ਮਨ ਮੈਨੂੰ ਦੱਸੋ ਕੀ ਹੁੰਦਾ ਸੀ ਕਹਿੰਦੇ ਪੁੱਛਿਆ ਕਦੇ ਨਹੀਂ ਹੁੰਦਾ ਹੈਨਾ ਨਹੀਂ ਕੰਮਾਂ ਦੀ ਗੱਲ ਹੁੰਦੀ ਤੁਸੀਂ ਕਰਕੇ ਕੀ ਚੱਲੇ ਹੋ ਆਉਟਪੁੱਟ ਬਕਰ ਸਿੰਘ ਕੀ ਹਾਂ ਦਾ ਦੱਸੋ ਪਤਾ ਨਹੀਂ ਠੀਕ ਹੈ ਜੀ ਹਰੀ ਸਿੰਘ ਲਲੂਏ ਹੁਣੇ ਹੁਣ ਸੰਤ ਜਰਨੈਲ ਸਿੰਘ ਜੀ ਠੀਕ ਆ ਉਹ ਉਹਨਾਂ ਨੇ ਜੋਸ਼ ਭਰੇ ਆ ਉਹ ਕੀ ਗੱਲ ਹੁੰਦੀ ਆ ਵੀ ਉਹ ਇੰਨੇ ਪਾਠ ਕਰਦੇ ਸੀਗੇ ਬਾਣੀ ਪੜ੍ਹਦੇ ਸੀਗੇ ਤੁਸੀਂ ਜੀ ਤੁਸੀਂ ਜੀ ਦੀ ਮਰਜ਼ੀ ਗੱਲ ਕਰ ਲਓ ਸਪੋਰਟਸਮੈਨ ਕੋਈ ਵੀ ਨੀਰਤ ਸ਼ਰਮਾ ਕੱਲ ਜਿੱਤੇ ਨੀਰਤ ਛੋਪੜਾ ਨੀਰਤ ਛੋਪੜਾ ਸੌਰੀ ਹੈਨਾ ਕੋਈ ਵੀ ਆ ਤੁਹਾਡੇ ਕੰਮਾਂ ਦੀ ਗੱਲ ਹੋਣੀ ਆ ਵੀ ਇਹ ਨਹੀਂ ਤੁਸੀਂ ਕੰਮ ਕੀ ਕਰਕੇ ਚੱਲੇ ਹੋ ਤੇ ਕੰਮ ਹੁਣ ਕੰਮ ਕਿਹੜੇ ਕਰਦੇ ਨੇ ਕੰਮ ਉਹ ਕਰਦੇ ਨੇ ਵੀ ਜਿਸਨਾ ਪਰਮਾਤਮਾ ਖੁਸ਼ ਹੋਵੇ ਫਿਰ ਹੁਣ ਭਾਜੀ ਇਹ ਇਹ ਗੱਲ ਸਮਝ ਆ ਲਈ ਹੋਗਾ ਵੀ ਪਰਮਾਤਮਾ ਉਹੀ ਕੰਮਾਂ ਤੇ ਖੁਸ਼ ਹੋਊਗਾ ਜੇ ਆਪਾਂ ਪਰਮਾਤਮਾ ਦੇ ਬੰਦਿਆਂ ਨੂੰ ਦੁਖੀ ਨਾ ਕਰੀਏ ਤੇ ਕਿਸੇ ਦੀ ਦੁਰ ਅਸੀਸ ਨਾ ਲਈਏ ਰਾਤ ਨੂੰ ਸੋਲਾ ਸਬ ਦਾ ਪਾਠ ਕਰਦੇ ਹੁੰਨੇ ਆ ਇੱਕ ਹੁਣ ਬਾਣੀ ਸਾਰੇ ਆਂਸਰ ਦਿੰਦੀ ਹੈ ਉੱਥੇ ਲਿਖਿਆ ਹੁੰਦਾ ਦੇਹੋ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ ਸਾਹਿਬ ਮਤਲਬ ਪਰਮਾਤਮਾ ਨਾਲ ਮੇਲ ਇੱਥੇ ਮੈਂ ਇੱਕ ਦਿਨ ਇੱਕ ਦਿਨ ਸੋਚਣ ਲੱਗ ਗਿਆ ਮੈਂ ਕਿਹਾ ਅਸੀਂ ਇੱਕ ਬੰਦਾ ਇਕੱਲਾ ਹਾਰਡਵਰਕ ਕਰ ਰਿਹਾ ਆ ਕੋਈ ਕਿਸੇ ਵੀ ਫੀਲਡ ਵਿੱਚ ਆ ਭਗਤੀ ਕਰਦਾ ਕੋਈ ਕਿਸੇ ਪਾਸੇ ਕਰਦਾ ਇੱਕ ਪਾਸੇ ਗੁਰੂ ਸਾਹਿਬ ਕਹਿੰਦੇ ਦੇਹੋ ਸਜਣ ਆਸੀ ਸੜੀਆਂ ਹੁਣ ਇਹ ਗੱਲ ਇਹ ਹੈ ਕਿ ਇਹ ਜੇ ਮੰਨ ਲਓ ਮੈਂ 20 ਸਾਲ ਬੈਠਾ ਭਗਤੀ ਕਰਾਂ 20 ਸਾਲਾਂ ਦਾ ਜੇ ਮੈਨੂੰ ਸ਼ਾਰਟ ਸ਼ਾਰਟ ਟਰਮ ਵਿੱਚ ਇੰਨਾ ਮਿਲ ਜਵੇ ਪਾਵਰ ਉਹ ਕਿੱਥੋਂ ਜੇ ਕੋਈ ਉੱਚ ਕੋਟੀ ਦਾ ਮਹਾਪੁਰਖ ਮੈਨੂੰ ਅਸ਼ੀਰਵਾਦ ਦੇ ਦੇਵੇ ਉਹ ਆਪਣੀ ਆਪਣੀ ਪੌਕਟੋਂ ਮੈਨੂੰ ਦੇ ਦੂਗਾ ਸਮਝਦੇ ਨਾ ਤੁਸੀਂ ਜੀ ਜੀ ਇਹ ਗੱਲ ਆ ਵੀ ਉਹ ਅਸੀਸਾਂ ਇਹ ਤਾਂ ਹੀ ਪੁਰਾਣੇ ਕਹਿੰਦੇ ਹੁੰਦੇ ਨੇ ਬੰਦੇ ਵੀ ਕਿਸੇ ਦੀ ਦੂਰ ਅਸੀਸ ਨਾ ਲਓ ਕਿਸੇ ਗਰੀਬ ਦੀ ਕਿਸੇ ਭਗਤ ਦੀ ਵੀ ਅਸੀਸਾਂ ਲਵੋ ਇਹ ਗੱਲ ਆ ਵੀ ਉਹ ਅਸੀਸਾਂ ਕਿਵੇਂ ਮਿਲਣਗੀਆਂ ਆਪਾਂ ਨੂੰ ਵੀ ਕਿਸੇ ਦੀ ਆਤਮਾ ਨੂੰ ਦੁਖੀ ਨਾ ਕਰੀਏ ਆਤਮਾ ਹੁਣ ਐਨੀਮਲਸ ਦੇ ਵਿੱਚ ਵੀ ਆ ਤੇ ਆਪਣੇ ਵਿੱਚ ਵੀ ਆ ਭਾਈ ਮੇਰਾ ਪਰਸਨਲ ਐਕਸਪੀਰੀਅੰਸ ਤਾਂ ਨਹੀਂ ਹੈਗਾ ਪਰ ਮੈਂ ਅਕਸਰ ਸੁਣਿਆ ਖਬਰਾਂ 'ਚ ਵੀ ਦੇਖਿਆ ਕਿ ਨਿਆਂਗ ਬਾਣੇ ਦੇ ਵਿੱਚ ਜਿਹੜੇ ਵੀ ਵੀਰ ਹੁੰਦੇ ਨੇ ਤੁਸੀਂ ਵੀ ਹੁੰਨੇ ਹੋ। ਉਹ ਐਗਰੈਸ਼ਨ ਬਹੁਤ ਹੁੰਦਾ ਉਹਨਾਂ 'ਚ ਪਰ ਤੁਹਾਨੂੰ ਮੈਂ ਕਦੀ ਗੁੱਸੇ 'ਚ ਨਹੀਂ ਦੇਖਿਆ ਕਦੀ ਮੈਂ ਤੁਹਾਨੂੰ ਗੁੱਸੇ ਵਾਲੀ ਕੋਈ ਵੀਡੀਓ ਪਾਈ ਨਹੀਂ ਦੇਖਿਆ। ਅਗਰ ਤੁਸੀਂ ਕੋਈ ਵੀ ਕਦੀ ਵੀ ਆਪਣਾ ਪੁਆਇੰਟ ਰੱਖਦੇ ਵੀ ਹੋ ਬੜੇ ਨਿਮਰਤਾ ਨਾਲ ਬੜੇ ਪਿਆਰ ਨਾਲ ਰੱਖਦੇ ਹੋ ਉਹਦਾ ਕੀ ਕਾਰਨ ਹੈ? ਦੇਖੋ ਤੁਹਾਨੂੰ ਬਹੁਤ ਸੰਗਤ ਪਿਆਰ ਕਰਦੀ ਹੈ ਮੈਂ ਇਹ ਵੀ ਗੱਲ ਕਰੀ ਇਹ ਕਰ ਦਵਾਂ। ਇਹ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਹੈਗੀਆਂ ਹਨਾ। ਹਰੇਕ ਫੀਲਡ ਦੇ ਵਿੱਚ ਹਰੇਕ ਡਿਪਾਰਟਮੈਂਟ ਵਿੱਚ ਵ ਤੇ ਦਾ ਮਤਲਬ ਇਹ ਨਹੀਂ ਵਧੀਆ ਬੰਦੇ ਨਹੀਂ ਹੈਗੇ ਤੁਸੀਂ ਸੇਵਾ ਕਰਦੇ ਹੋ ਪਰਮਾਤਮਾ ਦੀ ਖੁਸ਼ੀ ਲੈਣ ਵਾਸਤੇ ਪਰਮਾਨੰਦ ਜੀ ਤੁਹਾਡੇ ਤੇ ਖੁਸ਼ ਤਾਂ ਹੋਏ ਨੇ ਕਿਉਂਕਿ ਤੁਸੀਂ ਸੱਚ ਦੇ ਰਸਤੇ ਚੱਲ ਰਹੇ ਹੋ ਬਹੁਤ ਸੇਵਾ ਵਾਲੇ ਫੀਲਡ 'ਚ ਇਹ ਜਿਹੇ ਵੀ ਨੇ ਜਿਹੜੇ ਚਲੋ ਆਪਣਾ ਹੋਰ ਮੁੱਦੇ ਨੂੰ ਲੈ ਕੇ ਕਰਦੇ ਨੇ ਹਨਾ ਤੇ ਜਿਹੜੇ ਸਿੰਘ ਨੇ ਉਹਨਾਂ ਦੀ ਹਿਸਟਰੀ ਚੈੱਕ ਕਰੋ ਕੋਈ ਵੀ ਆ ਬਹੁਤ ਉਹਨਾਂ ਦੀ ਦੇਣ ਆਪਾਂ ਨੂੰ ਹੈਗੀ ਆਪਾਂ ਤਾਂ ਅਜ ਜਿਉਂਨੇ ਆ ਜੰਗਲਾਂ 'ਚ ਰਹਿੰਦੇ ਰਹੇ ਨੇ ਜਿਵੇਂ ਦੇਖੋ ਕੋਈ ਵੀ ਦਰਖਤ ਹੈਗਾ ਯਾ ਉਹਨੂੰ ਅਗਾਉਂਦਾ ਕੋਈ ਆ ਪਾਣੀ ਪਾਉਂਦਾ ਹੋਰ ਆ ਹੁਣ ਪ੍ਰਾਣੇ ਸਿੰਘ ਸੂਰਮਿਆਂ ਨੇ ਜੰਗਲਾਂ 'ਚ ਰਹਿ ਕੇ ਇੰਨਾ ਕੁਛ ਕੀਤਾ ਜਿਹੜੇ ਹੁਣ ਮੈਂ ਆ ਸਾਡੇ ਵਰ ਅਸੀਂ ਤਾਂ ਕਲੀ ਸ਼ਾਂ ਲੈ ਰਹੇ ਆ ਕੋਈ ਜੋਰ ਨਹੀਂ ਲਾ ਰਹੇ ਉਹਨਾਂ ਕਰਕੇ ਅਸੀਂ ਜਿਉਂਨੇ ਆ ਜਿਹੜੇ ਨਹਿنگ ਸਿੰਘਾਂ ਜੇ ਤੁਸੀਂ ਕਹਿੰਦੇ ਅਗਰੈਸਿਵ ਦੇਖੋ ਬਹੁਤ ਇਹ ਜਿੰਨ ਹੈਂਗ ਸਿੰਘ ਨੇ ਜਿਹੜੇ ਬਹੁਤ ਵਧੀਆ ਮੈਂ ਉਹੀ ਕਹਿਣਾ ਵੀ ਹਰੇਕ ਜਥੇਬੰਦੀਆਂ ਵਿੱਚ ਵਧੀਆ-ਵਧੀਆ ਬੈਠੇ ਨੇ ਤੇ ਜਿਵੇਂ ਹਰੇਕ ਫੀਲਡ 'ਚ ਕੋਈ ਨਹੀਂ ਕੋਈ ਹੋ ਵੀ ਸਕਦਾ ਜਿਹੜਾ ਨਹੀਂ ਠੀਕ ਹੈਗਾ ਨਾ ਜੇ ਕੋਈ ਸਿੰਗਲ ਮੰਨ ਲਓ ਕੋਈ ਲੁਧਿਆਣੇ ਡਾਕਟਰਸ ਸਪੋਜ਼ ਕਰੋ ਵੀ 1000 ਡਾਕਟਰਸ ਹੈਗੇ ਨੇ ਉਹਦੇ ਵਿੱਚ ਜੇ ਪੰਜ ਗਲਤ ਨੇ 10 ਗਲਤ ਨੇ ਆਪਾਂ ਨਹੀਂ ਕਹਿ ਸਕਦੇ ਸਾਰੇ ਗਲਤ ਨੇ ਤੁਸੀਂ ਸੇਵਾ ਵਾਲੇ ਫੀਲਡ 'ਚ ਵਧੀਆਂ ਹੋ ਜਿਹੜਾ ਅਗਰੈਸਿਵ ਹੈਗਾ ਆ ਤੇ ਕੁਛ ਇੱਕ ਦੇਖੋ ਅਗਰੈਸਿਵ ਤਾਂ ਚਲੋ ਨਹੀਂ ਹੋਣਾ ਚਾਹੀਦਾ ਕੁਛ ਕਿਹਾ ਇੱਕ ਹੁੰਦਾ ਬੀਰ ਰਸ ਇੱਕ ਹੁੰਦਾ ਗੁੱਸਾ ਗੁੱਸਾ ਹੋਰ ਚੀਜ਼ ਆ ਹੰਕਾਰ ਹੋਰ ਚੀਜ਼ਾਂ ਵੀਰ ਰਸ ਹੋਰ ਚੀਜ਼ਾਂ ਵੀਰ ਰਸ ਕੀ ਆ ਵੀ ਜਦੋਂ ਜਾਣਾ ਜੰਗ ਦੇ ਮੈਦਾਨ ਦੇ ਵਿੱਚ ਉਦੋਂ ਗੁਰੂ ਗੋਬਿੰਦ ਸਿੰਘ ਜੀ ਉਹ ਵੀ ਮਤਲਬ ਚਮਕੌਰ ਸਾਹਿਬ ਦੀ ਐਗਜ਼ਾਮਪਲ ਵੀ ਹਨਾ ਸਵਾ ਸਵਾ ਲੱਖਾਂ ਨਾਲ ਜੋਦੇ ਉਹ ਵੀਰ ਰਸ ਹੈਗਾ ਆ ਭਾਈ ਕਨਈਆ ਜੀ ਸੇਵਾ ਕਰਦੇ ਪਏ ਨੇ ਉਹ ਵੀ ਗੁਰੂ ਸਾਹਿਬ ਦੇ ਸਿੰਘ ਨੇ ਹਨਾ ਇਹ ਗੱਲ ਆ ਬਹੁਤ ਵਧੀਆ ਮੈਂ ਇਹ ਵੀ ਗੱਲ ਚਲੋ ਕਲੀਅਰ ਕਰ ਦਵਾ ਇਹ ਵੀਡੀਓ ਬਹੁਤ ਸੁਣਨੀ ਸਾਰਿਆਂ ਨੇ ਜਿਹੜਾ ਨੇ ਹਿੰਗ ਸਿੰਘ ਨੇ ਇਹ ਕਈ ਵਾਰ ਇਹ ਕਲੀਅਰ ਨਹੀਂ ਹੈਗਾ ਲੋਕਾਂ ਨੂੰ ਵੀ ਉਹ ਸ਼ੱਕਦੇ ਨੇ ਹਨਾ ਜੋ ਵੀ ਉਹਨੂੰ ਕਹਿੰਦੇ ਨੇ ਉਹ ਜਿਹੜੇ ਸਕਦੇ ਨੇ ਉਹ ਕੰਪਲਸਰੀ ਨਹੀਂ ਹੈਗਾ ਸਕਣਾ ਕਿਸੇ ਨੂੰ ਉਹਨਾਂ ਦੇ ਫੀਲਡ ਦੇ ਵਿੱਚ ਬਹੁਤ ਜਥੇਦਾਰ ਦਲਾਂ ਪੰਥਾਂ ਦੇ ਇਹ ਜਿਹੇ ਨੇ ਜਿਹੜੇ ਆਪ ਨਹੀਂ ਸਕਦੇ ਸੇਵਾ ਦਰ ਸਕਦੇ ਨੇ ਮੇਰਾ ਸਾਰਿਆਂ ਨਾਲ ਪਿਆਰ ਹੈਗਾ ਆ ਤੇ ਮਤਲਬ ਮੈਨੂੰ ਨਹੀਂ ਕਦੇ ਕਿਸੇ ਨੇ ਕਿਹਾ ਵੀ ਤੂੰ ਖਾ ਕੁਛ ਹਨਾ ਤੇ ਇਹ ਗੱਲ ਆ ਵੀ ਕਿੰਤੂ ਪਰੰਤੂ ਨਹੀਂ ਆਪਾਂ ਨੂੰ ਕਰਨਾ ਇਹ ਮੁੱਦੇ ਕੋਈ ਵੱਡੇ ਮੁੱਦੇ ਨਹੀਂ ਹੈਗੇ ਕਿੰਤੂ ਪਰੰਤੂ ਨਹੀਂ ਕਰਨਾ ਹਜ਼ੂਰ ਸਾਹਿਬ ਹਜ਼ੂਰ ਸਾਹਿਬ ਦੇਖੋ ਸਾਡਾ ਤਾਂ ਮਨ ਲੱਗਦਾ ਹੀ ਆ ਜਾ ਕੇ ਬਹੁਤ ਹਿੰਦੂ ਫੈਮਲੀਆਂ ਕਲੀਨ ਸ਼ਿਪ ਮੇਰੇ ਦੋਸਤ ਨੇ ਮੈਂ ਤਾਂ ਸ਼ਾਇਦ ਤਿੰਨ ਤਿੰਨ ਚਾਰ ਚਾਰ ਸਾਲ ਬਾਅਦ ਸ਼ਾਇਦ ਜਾਣਾ ਹੋਮਾ ਕਲੀਨ ਸ਼ਿਪ ਮੇਰੇ ਦੋਸਤ ਇਹ ਜਿਹਨੇ ਜਿਹਨਾਂ ਦੀ ਟਿਕਟਾਂ ਹਰ ਸਾਲ ਦੋ ਦੋ ਵਾਰ ਬੁੱਕ ਹੁੰਦੀਆਂ ਨੇ ਉੱਥੇ ਦੀਆਂ ਵੇਵਜ਼ ਪਤਾ ਨਹੀਂ ਕੀ ਨੇ ਗੁਰੂ ਸਾਹਿਬ ਇੰਨੀ ਉੱਥੇ ਸ਼ਕਤੀ ਪਾਵਰ ਹੈਗੀ ਆ ਬਹੁਤ ਹਿੰਦੂ ਧਰਮ ਵਾਲੇ ਮੁਸਲਮਾਨ ਧਰਮ ਵਾਲੇ ਉੱਥੇ ਆਉਂਦੇ ਨੇ ਵੀ ਕਿੰਨ ਤੋਂ ਪਰੰਤੂ ਕਿਸੇ ਧਰਮ ਤੇ ਨਹੀਂ ਕਰਨਾ ਚਾਹੀਦਾ ਮੈਂ ਉਹੀ ਜਿਹੜੀ ਪਹਿਲਾਂ ਗੱਲ ਕੀਤੀ ਵੇਦ ਕਤੇਬ ਕਹੋ ਮਦ ਝੂਠੇ ਝੂਠਾ ਜੋ ਨਾ ਵਿਚਾਰੇ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਪੁਰਾਣੇ ਦੀਵਾਨ ਸੁਣ ਲੋ ਕਿਸੇ ਵੀ ਪੁਰਾਣੇ ਪੀਰ ਪੈਗੰਬਰ ਨੂੰ ਮਤਲਬ ਸਤਕਾਰ ਨਾਲ ਭਗਵਾਨ ਸ਼੍ਰੀ ਰਾਮਚੰਦਰ ਜੀ ਠੀਕ ਆ ਮਤਲਬ ਕਈ ਬੰਦੇ ਉਲਟ ਬੋਲਣਗੇ ਮੈਂ ਮੈਂ ਨਹੀਂ ਬੋਲਣਾ ਮੈਂ ਇੱਥੇ ਵੀ ਨਹੀਂ ਮੂੰਹ ਚ ਬੋਲਣਾ ਕੀ ਉਹ ਬਰਾਮ ਜੀ ਨੂੰ ਬੋਲਦੇ ਨੇ ਹਨਾ ਮੈਂ ਪੁਰਾਣੇ ਦੀਵਾਨ ਸੁਣਨੇ ਰਾੜਾ ਸਾਹਿਬ ਵਾਲੇ ਸੰਤਾਂ ਦੇ ਭਗਵਾਨ ਸ਼੍ਰੀ ਰਾਮਚੰਦਰ ਸੰਤ ਲੂਲੋਂ ਵਾਲੇ ਹੋਏ ਨੇ ਹਰਦੇਵ ਸਿੰਘ ਜੀ ਉਹ ਵੀ ਉੱਚ ਕੋਟੀ ਦੇ ਨੇ ਸਿੱਖ ਪੰਥ ਦੇ ਕਦੇ ਨਹੀਂ ਮਤਲਬ ਐਵੇਂ ਕਿਉਂਕਿ ਦੇਖੋ ਇਹ ਗੱਲ ਆ ਸਕੂਲ ਦੇ ਪ੍ਰਿੰਸੀਪਲ ਟੀਚਰ ਚੇਂਜ ਹੁੰਦੇ ਨੇ ਜਿਵੇਂ ਜਿਵੇਂ ਸਮਾ ਨਮਾ ਆ ਜਾਂ ਸੀਐਮ ਚੇਂਜ ਹੁੰਦੇ ਨੇ ਪੀਐਮ ਚੇਂਜ ਹੁੰਦੇ ਨੇ ਉਵੇਂ ਹੀ ਪ੍ਰਮਾਤਮਾ ਵੱਲੋਂ ਭੇਜੇ ਹੋਏ ਇਹ ਵੀ ਪੀਰ ਪੰਗਰ ਜੀ ਪਹਿਲਾਂ ਉਹ ਆਏ ਸੀ ਫਿਰ ਗੁਰਨਾਨਕ ਦੇਵ ਜੀ ਠੀਕ ਹੈ ਵੀ ਇਹ ਚੀਜ਼ ਆ ਵੀ ਕਿੰਨਾ ਸੋਣਾ ਸਮਝਾਣੇ ਬੜੀ ਤੁਸੀਂ ਮੈਂ ਪਰਸਨਲੀ ਬਹੁਤ ਸੈਟੀਸਫਾਈਡ ਹਾਂ ਮੈਂ ਜਦੋਂ ਪੋਡਕਾਸਟ ਕਰਦਾ ਮੈਂ ਕੈਮਰੇ ਭੁੱਲ ਜਾਂਦਾ ਕਿਉਂਕਿ ਮੈਨੂੰ ਹੁੰਦਾ ਕਿ ਗੈਸਟ ਕੋਲ ਮੈਂ ਸਿਰਫ ਇੱਕ ਪੋਡਕਾਸਟ ਇਸ ਲਈ ਨਾ ਕਰਾਂ ਕਿ ਲੋਕਾਂ ਨੂੰ ਵਧੀਆ ਲੱਗੇ ਕਈ ਵਾਰ ਐਦਾਂ ਵੀ ਹੁੰਦਾ ਕੋਈ ਪੋਡਕਾਸਟ ਮੈਨੂੰ ਬਹੁਤ ਵਧੀਆ ਲੱਗਦਾ ਪਰ ਲੋਕਾਂ ਨੂੰ ਪਸੰਦ ਨਹੀਂ ਆਉਂਦਾ ਕੁਝ ਪੌਡਕਾਸਟ ਮੈਨੂੰ ਨਹੀਂ ਵਧੀਆ ਲੱਗਦੇ ਉਹ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਕਿਉਂਕਿ ਪੌਡਕਾਸਟਿੰਗ ਦਾ ਮਤਲਬ ਹੀ ਭਾਜੀ ਇਹੀ ਹੈ ਕਿ ਜੋ ਅੰਦਰੋਂ ਬਾਹਰ ਇਹ ਇੰਟਰਵਿਊ ਨਹੀਂ ਹੈ ਹਾਂ ਨਹੀਂ ਨਹੀਂ ਮੈਨੂੰ ਬੜਾ ਵਧੀਆ ਲੱਗਿਆ ਯਾ ਜਿਵੇਂ ਤੁਸੀਂ ਮੈਨੂੰ ਪਹਿਲਾਂ ਕਿਹਾ ਸੀ ਭਾਜੀ ਆਪਾਂ ਆਮ ਗੱਲਾਂ ਕਰਦੇ ਹਾਂ ਨਹੀਂ ਆਮ ਗੱਲਾਂ ਨੇ ਪਰਿਵਾਰ ਵਾਂਗੂ ਹੀ ਨੇ ਤੇ ਮੈਂ ਉਹੀ ਗੱਲ ਕਰਦਾ ਵੀ ਮੈਂ ਜਦੋਂ ਔਨਲਾਈਨ 'ਚ ਆਇਆ ਅਮਰਤ ਛੱਕਿਆ ਇਹ ਬਹੁਤ ਸੰਤ ਜਰਨੈਲ ਸਿੰਘ ਜੀ ਨੂੰ ਮੈਂ ਦੇਖੋ ਸਾਰੇ ਮਹਾਂਪੁਰਖਾਂ ਦੀ ਗੱਲ ਕਰ ਰਹੇ ਹਾਂ ਰਿੰਗਲ ਸਿੰਘਾਂ ਦੀ ਵੀ ਰਾੜੇ ਵਾਲਿਆਂ ਦੀ ਵੀ ਚਲੋ ਜਰਨੈਲ ਸਿੰਘ ਮਹਾਂਪੁਰਖਾਂ ਦੀ ਵੀ ਬਹੁਤ ਦੁਨੀਆ ਚਲੋ ਉਹਨਾਂ ਨੂੰ ਮੁੰਡਿਆਂ ਨੇ ਟੈਟੂ ਬਣਾਏ ਹੁੰਦੇ ਨੇ ਲਾਈਕ ਕਰਦੇ ਨੇ ਪਰ ਮੈਂ ਅਕਸਰ ਗੱਲ ਕਰਦਾ ਹੁੰਦਾ ਵੀ ਜਿਹੜਾ ਬੰਦਾ ਜਿਵੇਂ ਤੁਸੀਂ ਸੇਵਾ ਵਾਲੇ ਫੀਲਡ ਚੋਂ ਤੁਹਾਨੂੰ ਉਹੀ ਬੰਦੇ ਪਸੰਦ ਆਉਣਗੇ ਜਿਹੜੇ ਤੁਹਾਡੀ ਗੱਲ ਮੰਨਦੇ ਨੇ ਸੇਵਾ ਉਹ ਮੈਂ ਕਰਦੇ ਨੇ ਜੋੜਨ ਦੀ ਜਿਹੜੀ ਗੱਲ ਕਰਦੇ ਨੇ ਜਿਹੜੇ ਸੰਤ ਜਰਨੈਲ ਸਿੰਘ ਜੀ ਹੋਏ ਨੇ ਉਹਨਾਂ ਦਾ ਕੰਮ ਕੀ ਸੀ ਦੇਖੋ ਆ ਪੜ੍ਹਦੇ ਆ ਸੁਣਦੇ ਆ ਵੀ ਇੰਨੇ ਪਾਠ ਕਰਨ ਦੇ ਦਿਨ ਦੇ ਵਿੱਚ ਤੇ ਉਹਨਾਂ ਦੀ ਜਿਹੜੀ ਡਿਊਟੀ ਸੀਗੀ ਤਕਸਾਲ ਹੁੰਦੀ ਆ ਪਾਠ ਕਰਨਾ ਸਿਖਾਉਣਾ ਕਿ ਉਹਨਾਂ ਤਾਂ ਬਹੁਤ ਬੀਜ਼ੀ ਸੀਗੇ ਤੇ ਉਹਨਾਂ ਨੂੰ ਉਹੋ ਜਿਹੇ ਸਿੰਘ ਜਾਂ ਸਿੱਖ ਜਾਂ ਬੰਦੇ ਪਸੰਦ ਹੋਣਗੇ ਜਿਹੜੇ ਉਹਨਾਂ ਦੀ ਗੱਲ ਕਰਨਗੇ ਮੈਂ ਗੱਲ ਕਰਦਾ ਹੁੰਦਾ ਵੀ ਬਾਣੀ ਕਹਿੰਦੀ ਆ ਵੀ ਨਾਮ ਰਹੇਉ ਸਾਧੂ ਰਹੇਉ ਰਹੇਉ ਗੁਰਗੋਬਿੰਦ ਵੀ ਇੱਥੇ ਦੁਨੀਆ ਤੇ ਕੌਣ ਰਹਿੰਦਾ ਆ ਇਹ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਨੇ ਨਾਮ ਰਹਿੰਦਾ ਨਾਮ ਰਹੇਉ ਸਾਧੂ ਰਹੇਉ ਰਹੇਉ ਗੁਰਗੋਬਿੰਦ ਠੀਕ ਆ ਜੀ ਸਾਧੂ ਮਹਾਂਪੁਰਖ ਪਰਮਾਤਮਾ ਰਹਿੰਦਾ ਆ ਵੀ ਇਹਦਾ ਮਤਲਬ ਮਹਾਪੁਰਖ ਕਿਤੇ ਗਏ ਨਹੀਂ ਮੈਂ ਫਿਰ ਗੱਲ ਕਰਦਾ ਹੁਣ ਨਾ ਵੀ ਜੇ ਤੁਹਾਡੇ ਮੂਰੇ ਸੰਤ ਜਰਨੈਲ ਸਿੰਘ ਜੀ ਆ ਜਾਣ ਉਹ ਕੀ ਕਹਿਣਗੇ ਉਹ ਪਹਿਲਾ ਲਬਜ ਇਹ ਹੀ ਬੋਲਣਗੇ ਵੀ ਨਿਤਨੇਮ ਕੀਤਾ ਮਤਲਬ ਜਿਹੜੀ ਰੋਟੀਨ ਆ ਡਿਲੀ ਹਣ ਦਿਨ ਦੀ ਜਿਵੇਂ ਤੁਹਾਡੇ ਹੈਗਾ ਠੀਕ ਹੈ ਇਹ ਗੱਲ ਆ ਵੀ ਵੀ ਮਹਾਪੁਰਖਾਂ ਦੀ ਜਾਂ ਗੁਰੂਆਂ ਦੀ ਆਪਾਂ ਮੰਨਦੇ ਹੈ ਨਹੀਂ ਉਹ ਸੀ ਕਹਿੰਨੇ ਵੀ ਪ੍ਰਾਊਡ ਟੂ ਬੀ ਅ ਸਿੱਖ ਇਹ ਗੱਲ ਹੋਰ ਵੀ ਇਹ ਹੀ ਆ ਵੀ ਸਾਰੇ ਧਰਮ ਇੱਕੋ ਜਿਹੇ ਨੇ ਵੀ ਪਤਾ ਨਹੀਂ ਕਦੋਂ ਪਟਾਕਾ ਪਾ ਜਾਣਾ ਬਾਡੀ ਦਾ ਵੀ ਆਪਾਂ ਹਣਾ ਕਈ ਰਾਹਤ ਤੇ ਐਕਸੀਡੈਂਟ ਹੋ ਜਾਂਦੇ ਨੇ ਕੁਝ ਨਹੀਂ ਪਤਾ ਵੀ ਵਧੀਆ ਸਾਰਿਆਂ ਨਾਲ ਰਲ ਮਿਲ ਕੇ ਚੱਲੀਏ ਸਤਿਕਾਰ ਕਰੀਏ ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦਾ ਇਹ ਤਾਂ ਮੈਂ ਗੱਲ ਕਰ ਲਈ ਹੁਣ ਇੱਧਰ ਲਈ ਮੈਂ ਉੱਧਰ ਲਈ ਵੀ ਕਰ ਦਵਾਂ ਪਰਮਾਨੰਦ ਜੀ ਸਿਰ ਤੇ ਜੀ ਮੈਨੂੰ ਜੀ ਮਿਲੇ ਉਹਨਾਂ ਨੂੰ ਪ੍ਰੇਮਾਨੰਦ ਜੀ ਨਹੀਂ ਪ੍ਰੇਮਾਨੰਦ ਜੀ ਅੱਜ ਹਾਜ਼ਰ ਨਹੀਂ ਮਿਲਿਆ ਮੈਨੂੰ ਮਿਲਣਾ ਚਾਹੁੰਗੇ ਬਈ ਹਾਂ ਹਾਂ ਮੈਂ ਮਿਲਣਾ ਤਾਂ ਚਾਹੁੰਦਾ ਮੈਂ ਕਦੋਂ ਕਦੋਂ ਜਾਓਗੇ ਬਈ ਮੈਂ ਚਲੋ ਪਲਾਨ ਬਣੇ ਛੇਤੀ ਜੋ ਕੋਈ ਛੁੱਟੀ ਹੋਵੇ ਹਨਾ ਬਈ ਬਹੁਤ ਖੁਸ਼ ਹੋਣਗੇ ਤੁਹਾਨੂੰ ਦੇਖ ਕੇ ਨਹੀਂ ਚਲੋ ਮੈਨੂੰ ਵੀ ਬਹੁਤ ਹੈਗਾ ਤੇ ਜਿਵੇਂ ਨਾ ਉਹਨਾਂ ਦੇ ਸਿਰ ਤੇ ਵੀ ਜਟਾਵਾਂ ਨੇ ਜੂੜਾ ਦਾੜੀ ਹਨਾ ਤੇ ਦੇਖੋ ਜਿਵੇਂ ਹੁਣ ਸਾਨੂੰ ਹੁੰਦਾ ਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਬੀ ਹੋਗੀ ਬੜਾ ਦਿਲ ਨੂੰ ਠੇਸ ਪਹੁੰਚਦੀ ਆ ਹਨਾ ਤੇ ਮੈਨੂੰ ਇਹ ਵੀ ਹੁੰਦਾ ਹੁੰਦਾ ਆ ਵੀ ਮੇਰਾ ਮਨ ਨਹੀਂ ਮੰਨਦਾ ਵੀ ਰਾਮਚੰਦਰ ਜੀ ਹੁਣੇ ਕ੍ਰਿਸ਼ਨ ਜੀ ਹੁਣੇ ਦਾੜੀਆਂ ਕੇਸ ਕਟਾਉਂਦੇ ਹੋਣਗੇ ਜਦੋਂ ਕੋਈ ਨਾਟਕ ਸੀਰੀਅਲ ਆਉਂਦਾ ਰਾਮਚੰਦਰ ਜੀ ਦਾ ਕ੍ਰਿਸ਼ਨ ਜੀ ਦਾ ਦਾੜੀਆਂ ਕੱਟੀਆਂ ਹੁੰਦੀਆਂ ਨੇ ਵਾਲ ਕੇਸ ਖੁੱਲੇ ਹੁੰਦੇ ਨੇ ਮੈਂ ਅੰਦਰ ਨਹੀਂ ਮੇਰਾ ਮੰਨਦਾ ਵੀ ਉਹ ਪਰਮਾਤਮਾ ਜਾਂ ਪਰਮਾਤਮਾ ਦੇ ਸੇਵਕ ਜਾਂ ਮਹਾਂਪੁਰਖ ਜਿਹੜੀਆਂ ਰੂਹਾਂ ਇਹ ਨੇ ਉਹ ਪਰਮਾਤਮਾ ਦੇ ਦਿੱਤੇ ਹੋਏ ਕਿ ਮੈਂ ਆਮ ਬੰਦਾ ਕਟਾ ਸਕਦਾ ਆ ਪਤਾ ਛੋਟੇ ਜਿਹਾਂ ਛੋਟੇ ਬਾਗ ਦੀ ਮੂੜੀਆਂ ਵੀ ਪ੍ਰੇਮਾਨੰਦ ਜੀ ਉਹ ਇੱਕ ਮਹਾਂਪੁਰਖ ਨੇ ਉਹਨਾਂ ਨੇ ਵੀ ਪਰਮਾਤਮਾ ਦਾ ਦਿੱਤਾ ਹੋਇਆ ਸਰੂਪ ਸਾਂਭਿਆ ਹੋਇਆ ਵੀ ਪਹਿਲਾਂ ਤਾਂ ਚਲੋ ਉਹ ਗੱਲ ਅਲੱਗ ਤਾਂ ਵੀ ਪਹਿਲਾਂ ਕੈਂਚੀਆਂ ਨਹੀਂ ਸੀਗੀਆਂ ਜੰਗਲਾਂ ਵਿੱਚ ਜਦੋਂ ਬਨਵਾਸ ਗਏ ਨੇ रामਚੰਦਰ ਜੀ ਹੁਣੀ ਉੱਥੇ ਕਿਹੜਾ ਦਾੜੀ ਕੇਸ ਕੱਟਦੇ ਹੁਣ ਉੱਥੇ ਕਿਹੜਾ ਕੋਈ ਹੋਣਾ ਹੈ ਨਾ ਪਰ ਉਹ ਤੋਂ ਉੱਤੇ ਵਾਲੀ ਗੱਲ ਇਹ ਆ ਵੀ ਨਹੀਂ ਉਹਨਾਂ ਨੇ ਕਟਾਏ ਹੋਣੇ ਹੈ ਕਿ ਵੀ ਜਿਹੜਾ ਜਿਹੜੇ ਸੀਰੀਅਸ ਦੇ ਵਿੱਚ ਨਾਟਕਾਂ ਦੇ ਵਿੱਚ श्री रामਚੰਦਰ ਜੀ ਕ੍ਰਿਸ਼ਨ ਜੀ ਨੂੰ ਇੱਥੋਂ ਦਾੜੀ ਕੱਟ ਕੇ ਪੇਸ਼ ਕਰਦ ਨੇ ਉਹ ਵੈਸੇ ਮੈਂ ਮੰਨਦਾ ਵੀ ਬਹੁਤ ਵੱਡੀ ਗੱਦਵੀ ਆ ਉਹ ਬਾਈ ਤੁਸੀਂ ਕਿੰਨਾ ਸੋਹਣਾ ਸਵਾਲ ਰੱਖ ਰਹੇ ਹੋ ਔਰ ਮੇਰੇ ਮੈਨੂੰ ਪਰਸਨਲੀ ਅੱਜ ਤੁਹਾਡੇ ਨਾਲ ਮਿਲ ਕੇ ਗੱਲਬਾਤ ਕਰਕੇ ਬੜਾ ਵਧੀਆ ਲੱਗ ਰਿਹਾ ਕਿਉਂਕਿ ਤੁਸੀਂ ਨਾ ਤੁਹਾਡੇ ਗੱਲ ਕਰਨ ਦਾ ਤਰੀਕਾ ਵੇ ਆਫ ਟਾਕਿੰਗ ਉਹਦੇ ਚੋਂ ਪਤਾ ਲੱਗ ਰਿਹਾ ਕਿ ਤੁਸੀਂ ਸਿਰਫ ਪੌਡਕਾਸਟ ਤੇ ਹੀ ਇਕਤਾ ਦੀ ਗੱਲ ਨਹੀਂ ਕਰ ਰਹੇ ਤੁਹਾਡੇ ਅੰਦਰ ਵੀ ਇਕਤਾ ਭਰੀ ਹੋਈ ਹੈ ਨਹੀਂ ਤੁਸੀਂ ਮੰਨਦੇ ਹੋ ਇਹ ਗੱਲ ਮੈਂ ਮੈਂ ਗਲਤ ਹੋ ਸਕਦਾ ਮੈਂ ਕਿਉਂਕਿ ਤੁਸੀਂ ਮੈਂ 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 ਇਹ ਹੀ ਪੁੱਛਣਾ ਚਾਹੁੰਦਾ ਸੀਗਾ ਭਾਜੀ ਇਹ ਅਗਲਾ ਸਵਾਲ ਕਿ ਜਦੋਂ ਵੀ ਕਿਸੇ ਵੀ ਧਰਮ ਦੀ ਬੇਦਬਦੀ ਹੋਂਦੀ ਉਹ ਗਲਤ ਹੈ ਫਿਰ ਜਦੋਂ ਇੱਕ ਧਰਮ ਦੀ ਬੇਦਬਦੀ ਹੁੰਦੀ ਹੈ ਦੂਜਾ ਧਰਮ ਕਿਉਂ ਉਡੀਕਦਾ ਰਹਿੰਦਾ ਉਹਦੀ ਸਪੋਰਟ ਕਿਉਂ ਨਹੀਂ ਕਰਦਾ ਜਾ ਕੇ ਸਪੋਜ਼ ਸਿੱਖ ਧਰਮ ਦੀ ਬੇਦਬਦੀ ਹੁੰਦੀ ਤਾਂ ਸਾਰੇ ਧਰਮਾਂ ਨੂੰ ਅੱਗੇ ਜਾਣਾ ਚਾਹੀਦਾ ਔਰ ਜੇ Hindu ਧਰਮ ਦੀ ਬੇਦਬਦੀ ਹੁੰਦੀ ਜਿਵੇਂ ਤੁਸੀਂ ਗੱਲ ਰੱਖ ਰਹੇ ਹੋ ਉਵੇਂ ਹਰ ਧਰਮ ਦੇ ਵੀਰ ਨੂੰ ਵੀ ਗੱਲ ਰੱਖਣੀ ਚਾਹੀਦੀ ਸਪੋਜ਼ ਜਦੋਂ ਵੀ ਕਿਤੇ ਬੇਦਬਦੀ ਹੁੰਦੀ ਸਭ ਤੋਂ ਪਹਿਲਾਂ ਜਿਹੜੇ ਨਿਹੰਗ ਸਾਹਿਬ ਨੇ ਸਾਡੇ ਵੀਰ ਨੇ ਉਹ ਜਾਂਦੇ ਨੇ ਹਨਾ ਉੱਥੇ ਵੀ ਜੋ ਵੀ ਵਿਰੋ ਜਦੋਂ ਹਿੰਦੂ ਧਰਮ ਦੇ ਵਿੱਚ ਬੇਦਬੀ ਹੁੰਦੀ ਹੈ ਜਾਂ ਮੁਸਲਮਾਨ ਧਰਮ ਦੇ ਵਿੱਚ ਬੇਦਬੀ ਹੁੰਦੀ ਹੈ ਉਦੋਂ ਵੀ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਇਹ ਕੁਝ ਕਿਤਾਬਾਂ ਨੂੰ ਨਿਊਜ਼ ਕਈ ਕਈ ਵਾਰ ਸਾਰੀਆਂ ਖਬਰਾਂ ਆਪਾਂ ਨੂੰ ਆਉਂਦੀਆਂ ਨਹੀਂ ਕਈ ਵਾਰ ਜਦੋਂ ਰਿਪੋਰਟਰ ਕਵਰੇਜ ਕਰਨ ਜਾਂਦੇ ਹੁੰਦੇ ਨੇ ਉਦੋਂ ਕਈ ਵਾਰ ਕੋਈ ਬੰਦੇ ਇਕੱਠੇ ਨਹੀਂ ਹੋਏ ਹੁੰਦੇ ਪਰ ਮੋਸਟਲੀ ਇਹ ਕਈ ਵਾਰ ਆਪਾਂ ਦੇਖਦੇ ਹਾਂ ਕਿਤੇ ਕੁਰਾਨ ਸ਼ਰੀਫ ਦੀ ਬੇਦਬੀ ਹੋਈ ਜਾਂ ਉਥੇ ਕਈ ਧਰਮ ਇਕੱਠੇ ਮਤਲਬ ਮਕਦੀ ਗੱਲੇ ਜਿਹੜੇ ਵਧੀਆ ਬੰਦੇ ਨੇ ਉਹ ਕਿਸੇ ਵੀ ਧਰਮ ਦੇ ਨੇ ਉਹ ਇਕੱਠੇ ਹੋ ਜਾਂਦੇ ਨੇ ਹੁਣ ਆਪਾਂ ਚਾਹੇ ਅਲੱਗ ਧਰਮ ਦੇ ਆ ਠੀਕ ਆ ਆਪਾਂ ਇਕੱਠੇ ਬੈਠੇ ਆ ਐਵੇਂ ਹਰੇਕ ਫੀਲਡ ਦੇ ਵਿੱਚ ਕਿਤੇ ਵੀ ਕੋਈ ਕੋਈ ਬਿਰਵੀ ਦਾ ਕੇਸ ਹੈਗਾ ਤੇ ਤੇ ਕੋਈ ਸੇਵਾ ਦਾ ਕੇਸ ਹੈਗਾ ਜਾਂ ਉਥੇ ਜਿਹੜੇ ਵਧੀਆ ਬੰਦੇ ਨੇ ਧਰਮ ਤੁਸੀਂ ਡਿਫਰੈਂਟ ਛੱਡੋ ਧਰਮ ਦੀ ਗੱਲ ਛੱਡੋ ਹਨਾ ਉਹਨਾਂ ਨੇ ਇਕੱਠੇ ਹੋਣੀ ਹੋਣਾ ਆ ਤੇ ਇਹ ਗੱਲ ਆ ਉਹੀ ਵੀ ਵੀ ਮੈਂ ਜਦੋਂ ਉਹਨਾਂ ਨੂੰ ਦੇਖਦਾ ਹੁੰਦਾ ਹੁੰਨਾ ਵੀ ਵੀ ਮੈਂ ਨਹੀਂ ਮੰਨ ਸਕਦਾ ਵੀ ਉਹ ਬਹੁਤ ਵੱਡਾ ਕਿਉਂਕਿ ਦੁਨੀਆ ਦੇ ਵਿੱਚ ਜਿਹੜਾ ਪਾਪ ਜੇ ਆਪਾਂ ਕਹਿੰਨਾ ਕੀ ਕੁਝ ਵਰਤ ਰਿਹਾ ਤੁਸੀਂ ਦੇਖੋ ਵੀ ਮੌਸਮ ਚੇਂਜ ਹੋ ਗਿਆ ਮੀਂਹ ਜਿਹੜਾ ਟਾਈਮ ਪੈਂਦਾ ਸੀ ਨਹੀਂ ਹੁਣ ਦੇਖੋ ਥੋੜੇ ਜਿਹਾ ਮੀਂਹ ਪੈਣ ਤੇ ਹੜ ਆ ਜਾਂਦੇ ਨੇ ਇਹ ਤਾਂ ਹੈਗਾ ਜੇ ਤੁਸੀਂ ਰਿਸਰਚ ਕਰਨੀ ਹੈ ਇਹਦੀ ਤੁਸੀਂ ਲੱਗੇ ਰਹੋ 2-3 ਘੰਟੇ ਪਰ ਪ੍ਰੇਮਾਨੰਦ ਜੀ ਇਹ ਗੱਲ ਕਹਿੰਦੇ ਹੁੰਦੇ ਨੇ ਵੀ ਇਹ ਕੁਝ ਤਾਂ ਹੋ ਰਿਹਾ ਵੀ ਆਪਣਾ ਨਾਮ ਆਪਾਂ ਨਹੀਂ ਜਪਦੇ ਗਲਤ ਕੰਮ ਕਰਦੇ ਆ ਤਾਂ ਹੋ ਰਿਹਾ ਉਹ ਕਹਿੰਦੇ ਹੁੰਦੇ ਨੇ ਵੀ ਦੁਨੀਆ ਦੇ ਉੱਤੇ ਜਿਹੜਾ ਦੁਨੀਆ ਦਾ ਸਿਸਟਮ ਆ ਨੇਚਰ ਦਾ ਉਹ ਚੇਂਜ ਉਦੋਂ ਹੋ ਜਾਂਦਾ ਜਦੋਂ ਆਪਾਂ ਗਲਤ ਟਰੈਕ ਤੇ ਚਲੇ ਜਾਂਦੇ ਆ ਤੇ ਮੈਂ ਉਹੀ ਗੱਲ ਕਹਿਣਾ ਭਾਈ ਗਲੋਬਲਾਈਜੇਸ਼ਨ ਨਾਲ ਨਹੀਂ ਹੋ ਰਿਹਾ ਸਾਰਾ ਕੁਝ ਪੇੜ ਕੱਟੇ ਜਾ ਰਹੇ ਨੇ ਦੁਨੀਆ ਦੇ ਵਿੱਚ ਫੋਟੋਆਂ ਦੇ ਵਿੱਚ ਉਹ ਰੋੜਾ ਇਹ ਤਾਂ ਹੋ ਗਿਆ ਵੀ ਨਾਰਮਲ ਰੀਜ਼ਨ ਹਾਂ ਠੀਕ ਆ ਬਿਕੋਜ਼ ਆਫ ਟਰੀਜ਼ ਕੱਟੇ ਜਾਂਦੇ ਨੇ ਗਲੋਬਲ ਵਾਰਮਿੰਗ ਹੋ ਰਹੀ ਆ ਓਜ਼ੋਨ ਲੇਅਰ ਉਹ ਘਟ ਰਹੀ ਆ ਰੇਜ਼ ਆ ਰਹੀਆਂ ਨੇ ਆਈਸ ਉਹ ਮੈਲਟ ਹੋ ਰਹੀ ਆ ਇਹ ਤਾਂ ਰੀਜ਼ਨ ਡੈਫੀਨਿਟਲੀ ਗਲੋਬਲ ਵਾਰਮਿੰਗ ਗਲੋਬਲ ਵਾਰਮਿੰਗ ਮੰਨ ਲਓ ਤਾਂ ਵੱਡਾ ਰੀਜ਼ਨ ਆ ਜਿਹਦੇ ਕਰਕੇ ਕੁਝ ਹੋ ਰਿਹਾ ਠੀਕ ਆ ਤੁਹਾਡੀ ਗੱਲ ਗਲੋਬਲ ਵਾਰਮਿੰਗ ਹੈਗਾ ਹੀ ਆ ਪਰ ਦੂਜੇ ਪਾਸੇ ਇਦੋਂ ਅੱਗੇ ਲੰਘ ਜਾ ਹੋਰ ਚਲੋ ਇਹ ਇਹ ਚੀਜ਼ਾਂ ਮਤਲਬ ਆਪਾਂ ਨੂੰ ਟਰੀਜ਼ ਲਾਉਣੇ ਚਾਹੀਦੇ ਨੇ ਸਾਰਾ ਕੁਝ ਕਰਨਾ ਚਾਹੀਦਾ ਜੇ ਤੁਸੀਂ ਹੈੱਡ ਆਫ ਦਾ ਡਿਪਾਰਟਮੈਂਟ ਨੂੰ ਦੁਖੀ ਕਰਤਾ ਉਹਨੇ ਮੈਂਟਲ ਆਉਣਾ ਹਰ ਉਸ ਖਰਾਬ ਕਰਨ ਨੂੰ ਪਰਮਾਤਮਾ ਨੂੰ ਦੁਖੀ ਹਾਂ ਸਮਝਣਾ ਮੇਰੀ ਗੱਲ ਦੇਖੋ ਟਰੀਜ਼ ਲਾ ਕੇ ਸਾਰਾ ਕੁਝ ਕਰਕੇ ਆਪਾਂ ਸੈੱਟ ਕਰ ਲਈਏ ਕਈ ਵਾਰ ਇਹੋ ਜਿਹੀ ਕੁਦਰਤੀ ਕਰੋਪੀਆਂ ਵੀ ਹੁੰਦੀਆਂ ਨੇ ਇੱਕ ਤਾਂ ਹੁੰਦਾ ਨੇਚਰਲ ਜਿਵੇਂ ਆਪਣੇ ਕਰਕੇ ਸਾਰਾ ਕੁਝ ਹੋਇਆ ਇੱਕ ਕੁਦਰਤੀ ਵੀ ਹੁੰਦਾ ਆ ਠੀਕ ਹੈ ਕਈ ਵਾਰ ਅਰਥਕ ਕੋਇਕ ਆ ਗਿਆ ਜਾਂ ਕੋਈ ਹੋਰ ਆ ਗਿਆ ਕਈ ਵਾਰ ਮੈਨਮੈਂਟ ਵੀ ਹੁੰਦੇ ਨੇ ਕਈ ਵਾਰ ਨੇਚਰਲ ਵੀ ਹੁੰਦੇ ਨੇ ਉਹ ਪਰਮਾਤਮਾ ਕਈ ਵਾਰ ਤੁਸੀਂ ਦੇਖੋ ਵੀ ਵੱਡੇ ਵੱਡੇ ਹੜ ਆ ਜਾਂਦੇ ਨੇ ਕਈ ਵਾਰ ਤੁਸੀਂ ਦੇਖਿਆ ਹੋਣਾ ਵੀ ਕੋਈ ਮੰਦਰ ਸੇਫ ਰਹਿ ਗਿਆ ਕਈ ਵਾਰ ਅਰਥਕ ਕੋਇਕ ਦੇ ਵਿੱਚ ਕੋਈ ਛੋਟਾ ਜਿਹਾ ਬੱਚਾ ਉਹ ਤੇ ਫਰਹਿ ਗਿਆ ਤੇ ਫਰਹਿ ਗਿਆ ਠੀਕ ਹੈ ਬੜੀ ਵਾਰੀ ਇਹ ਇਹ ਗੱਲ ਅੱਗੇ ਆਉਤੋਂ ਵੀ ਜੇ ਤੁਸੀਂ ਪਰਮਾਤਮਾ ਦੇ ਗੱਲ ਮੰਨਦੇ ਹੋ ਫਿਰ ਨੇਚਰ ਤੁਹਾਡੇ ਅੰਡਰ ਆ ਪਰਮਾਤਮਾ ਨੂੰ ਮੰਨਣਾ ਕੀ ਹੈ ਜੀ ਤੁਹਾਡੇ ਹਿਸਾਬ ਨਾਲ ਪਰਮਾਤਮਾ ਨੂੰ ਮੰਨਣਾ ਇਹ ਆ ਵੀ ਜਿਹੜੇ ਵੀ ਜਿਹੜੇ ਆਪਣੇ ਜਿਹੜੇ ਪਰਮਾਤਮਾ ਦੇ ਪਿਆਰਿਆਂ ਦੇ ਪੀਰ ਪੈਗੰਬਰਾਂ ਦੇ ਆਪਾਂ ਨੂੰ ਦਿੱਤੇ ਹੋਏ ਮੈਸੇਜ ਨੇ ਪਰਮਾਤਮਾ ਵੱਲੋਂ ਆਏ ਹੋਏ ਉਹਨਾਂ ਦੇ ਅਕੋਰਡਿੰਗ ਆਪਾਂ ਲਾਈਫ ਨੂੰ ਜਿਉਣਾ ਉਹ ਕਿਹੜੇ ਮੈਸੇਜ ਨੇ ਬਾਈ ਉਹ ਮੈਸੇਜ ਦਿੱਤੇ ਹੋਏ ਨੇ ਹਰ ਧਰਮ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਮੈਸੇਜ ਇਹੀ ਨੇ ਚਾਰ ਪੰਜ ਬੇਸਿਕ ਜਿਹੇ ਮੈਸੇਜ ਬਾਈ ਬੇਸਿਕ ਮੈਸੇਜ ਸਭ ਤੋਂ ਬੇਸਿਕ ਮੈਸੇਜ ਇਹੀ ਆ ਵੀ ਪਰਮਾਤਮਾ ਦੀ ਸਾਰਿਆਂ ਵਿੱਚ ਜੋਤ ਆ ਉਹਦਾ ਪਰਮਾਤਮਾ ਦਾ 파ਟ ਸਾਰਿਆਂ ਵਿੱਚ ਵੀ ਆਪਾਂ ਉਹਨੂੰ ਮੰਨ ਕੇ ਉਸ ਅਕੋਰਡਿੰਗ ਚੱਲਣਾ ਆ ਠੀਕ ਆ ਜੇ ਜਿਵੇਂ ਤੁਹਾਡੇ ਚ ਮੈਂ ਮੰਨਾਂ ਵੀ ਵਾਹਿਗੁਰੂ ਆ ਇਹ ਵੀ ਮੈਂ ਨਾ ਤੁਹਾਡੇ ਚ ਮੈਂ ਮੰਨਾਂ ਕਿ ਤੁਹਾਡੇ ਚ ਸਾਡੇ ਉੱਪਰ ਪ੍ਰਭੂ ਰਾਮ ਨੇ ਆ ਸਾਰੇ ਕਿਤੇ ਰੱਬ ਹੈ ਹਾਂ ਹਾਂ ਹਨਾ ਕਿੰਨੀ ਵਧੀਆ ਗੱਲ ਆ ਦੇਖੋ ਤੇ ਇਹ ਆ ਜੇ ਫਿਰ ਜਿਹੜੀ ਡੇਲੀ ਰੁਟੀਨ ਦੇ 파ਟ ਨੇ ਨਿਤਨੇਮ ਹੈਗਾ ਆ ਸੇਵਾ ਹਾਂ ਸੇਵਾ ਦੇਖੋ ਭਾਈ ਕਨਈਆ ਜੀ ਮਤਲਬ ਹਰੇਕ ਨੂੰ ਪਰਮ ਹੁਣ ਦੇਖੋ ਇਹਦਾ ਆਨਸਰ ਇੱਕੋ ਲਾਈਨ ਚ ਆਪਾਂ ਮੋਕਾ ਦਿੰਨੇ ਆ ਜਦੋਂ ਹਿਸਟਰੀ ਇਹ ਕਹਿੰਦੀ ਆ ਵੀ ਜਦੋਂ ਜੰਗ ਲੱਗੀ ਹੋਈ ਸੀਗੀ ਜੰਗ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਹਾਰਾਜ ਦਾ ਦਰਬਾਰ ਲੱਗਿਆ ਹੋਇਆ ਤੇ ਸਿੰਘਾਂ ਨੇ ਸ਼ਿਕਾਇਤ ਕੀਤੀ ਵੀ ਮਹਾਰਾਜ ਵੀ ਭਾਈ ਕਨਈਆ ਜੀ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ ਨੇ ਚਲੋ ਮੈਂ ਉੱਥੇ ਇਹ ਗੱਲ ਦੱਸ ਦਿੰਦਾ ਪਹਿਲਾਂ ਤਾਂ ਜਿਹੜੇ ਸਿੰਘਾਂ ਨੇ ਸ਼ਿਕਾਇਤ ਕੀਤੀ ਨਾ ਤਾਂ ਮੇਰੇ ਵਰਗਾ ਉਹਨਾਂ ਦੇ ਬਰਾਬਰ ਆ ਹਨਾ ਕੋਈ ਅਸੀਂ ਤਾਂ ਗੱਲਾਂ ਵਾਲੀ ਆ ਤੇ ਜਿਹਨੇ ਸ਼ਿਕਾਇਤ ਕੀਤੀ ਉਹ ਕਹਿੰਦਾ ਮਹਾਰਾਜ ਵੀ ਦੁਸ਼ਮਣਾਂ ਨੂੰ ਪਾਣੀ ਪਲਾਇਆ ਭਾਈ ਕਨਈਆ ਜੀ ਨੇ ਭਾਈ ਕਨਈਆ ਜੀ ਨੂੰ ਬੁਲਾ ਲਿਆ ਹਾਂਜੀ ਦੱਸੋ ਤੁਸੀਂ ਪਾਣੀ ਪਲਾਇਆ ਹਾਂਜੀ ਮਹਾਰਾਜ ਪਲਾਇਆ ਕਿਉਂ ਪਲਾਇਆ ਵੀ ਗੁਰੂ ਸਾਹਿਬ ਵੀ ਮੈਂ ਸਾਰਿਆਂ ਵਿੱਚ ਤੁਹਾਨੂੰ ਸਮਝਦਾ ਸੀ ਜੋ ਤੁਹਾਡਾ ਮੈਸੇਜ ਅਸੀਂ ਡੇਲੀ ਪੜ ਰਹੇ ਹਾਂ ਸਭ ਮੈਂ ਜੋਤ-ਜੋਤ ਹੈ ਸੋਏ ਜਾਂ ਹੋਰ ਬਹੁਤ ਐਗਜ਼ੈਂਪਲ ਹਨ ਗਰਬਾਣੀ ਦੀਆਂ ਕਈ ਵਾਰ ਆਇਆ ਹੁੰਦਾ ਵੀ ਗਰਬਾਣੀ ਇਹ ਚਲੋ ਬੈਠੇ ਹੁੰਦੇ ਨੇ ਤਰ੍ਹਾਂ-ਤਰ੍ਹਾਂ ਦੇ ਦੇਖਣ ਵਾਲੇ ਵੀ ਇਹ ਗਲਤ ਬੋਲ ਪਏ ਹਨ ਤੇ ਆਪਾਂ ਤਾਂ ਹੀ ਮੈਂ ਘੱਟ ਕਰਦਾ ਹਨਾ ਐ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬੰਦਨ ਹੀ ਕੋਏ ਹੁਣ ਗੁਰੂ ਸ਼ਿਕਾਇਤ ਕੀਤੀ ਦੂਜਿਆਂ ਨੇ ਗੁਰੂ ਸਾਹਿਬ ਕਹਿੰਦੇ ਵੀ ਅੱਛਾ ਇਹ ਗੱਲ ਆ ਵੀ ਐਂ ਕਰ ਵੀ ਤੂੰ ਕੱਲਾ ਪਾਣੀ ਭਲਾਇਆ ਵੀ ਅੱਜ ਤੱਕ ਤੂੰ ਮਲਮ ਪੱਟੀ ਵੀ ਕਰਿਆ ਕਰ ਇਹ ਸਿਫਟਮ ਕੀ ਹੈ ਇਹ ਭਾਈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਦੁਨੀਆਂ ਦੇ ਵਿੱਚ ਹੁਣ ਪਰਲੇ ਆ ਰਹੀ ਹੈ ਪਹਚਾਲਾ ਤੁਸੀਂ ਇਸ ਗੱਲ 'ਚ ਮੰਨਦੇ ਹੋ ਕਿ ਇਹ ਕੁਝ ਜੋ ਕੁਝ ਵੀ ਦੁਨੀਆਂ 'ਚ ਹੋ ਰਿਹਾ ਹੈ ਪਹਿਲਾਂ ਹੀ ਲਿਖਿਆ ਹੋਇਆ ਇਹ ਇਸ ਗੱਲ 'ਚ ਯਕੀਨ ਮੰਨਦੇ ਹੋ ਕਿ ਜੋ ਕੁਝ ਵੀ ਦੁਨੀਆਂ 'ਚ ਹੋ ਰਿਹਾ ਹੈ ਸਭ ਕੁਝ ਪਹਿਲਾਂ ਹੀ ਲਿਖਿਆ ਹੋਇਆ ਔਰ ਜੇ ਲਿਖਿਆ ਹੋਇਆ ਫਿਰ ਤਾਂ ਜੋ ਕੁਝ ਹੋ ਰਿਹਾ ਰੱਬ ਨੂੰ ਤਾਂ ਲਿਖਿਆ ਹੋਇਆ ਫਿਰ ਇਹਨੂੰ ਅਸੀਂ ਅਕਸੈਪਟ ਕਿਉਂ ਨਹੀਂ ਕਰ ਪਾਰੇ ਇਹ ਹੁਣ ਪਹਿਲਾਂ ਲਿਖਿਆ ਹੋਇਆ ਇਹ ਤਾਂ ਮੈਨੂੰ ਨਹੀਂ ਪਤਾ ਠੀਕ ਹੈ ਲੋ ਇਹ ਨਹੀਂ ਪਤਾ ਹੈਗਾ ਅਕਸੈਪਟ ਕਰਨ ਵਾਲੀ ਇਹ ਗੱਲ ਆ ਵੀ ਹੁਕਮੀ ਹੋ ਬਨਾਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋ ਬਨ ਜੀ ਹੁਕਮ ਲੈ ਵੜੇ ਉਹਦੇ ਹੁਕਮ ਚ ਹੋ ਰਿਹਾ ਆ ਪਾਣਾ ਪਾਣਾ ਸ਼ਬਦ ਤੁਸੀਂ ਕਹ ਲਓ ਵੀ ਹੁਕ ਤੁਸੀਂ ਜਿਹੜਾ ਕੁਐਸਚਨ ਕੀਤਾ ਵੀ ਕਿਉਂ ਨਹੀਂ ਆਪਾਂ ਮੰਨ ਰਹੇ ਗੁਰੂ ਅਰਜਨ ਦੇਵ ਜੀ ਸ਼ਹੀਦੀ ਹੋਈ ਸਾਈ ਮੀ ਅਮੀਰ ਜੀ ਕਹਿੰਦੇ ਮਹਾਰਾਜ ਹੁਕਮ ਕਰੋ ਹਨਾ ਮਹਾਰਾਜ ਕਹਿੰਦੇ ਵੀ ਨਹੀਂ ਭਾਈ ਵੀ ਤੇਰਾ ਕੀ ਆ ਮੀਠਾ ਲੱਗ ਗਿਆ ਹਨਾ ਪ੍ਰੇਮਾਨੰਦ ਜੀ ਵੀ ਕਹਿੰਦੇ ਹੁੰਦੇ ਨੇ ਇਹ ਗੱਲ ਜੀ ਜੀ ਤੇ ਮੈਂ ਜਲਦੀ ਤੁਹਾਨੂੰ ਪ੍ਰੇਮਾਨੰਦ ਮਹਾਰਾਜ ਜੀ ਨਾਲ ਦੇਖਣਾ ਚਾਹਣਾ ਚਲੋ ਮਹਾਰਾਜ ਚਲੋ ਆਪੇ ਕਿਰਪਾ ਕਰਨ ਹਨਾ ਉਹੀ ਗੱਲ ਆ ਵੀ ਤੇਰਾ ਕੀ ਆ ਮੀਠਾ ਲੱਗ ਗਿਆ ਤੇ ਉਥੇ ਪਾਣੀ ਦੀ ਗੱਲ ਵੀ ਜੋ ਹੋ ਰਿਹਾ ਹੁਕਮ ਚ ਵੀ ਅਸੀਂ ਇੰਟਰਫੇਰੈਂਸ ਨਹੀਂ ਕਰਨੀ ਗੁਰੂ ਸਾਹਿਬ ਦੇ ਸਹਬਜ਼ਾਦੇ ਸ਼ਹੀਦ ਹੋਏ ਨੇ ਪਾਣਾ ਹਨਾ ਵੀ ਮਹਾਰਾਜ ਦੇ ਪਰਿਵਾਰ ਸ਼ਹੀਦ ਹੋਏ ਨੇ ਸ਼ਹੀਦੀਆਂ ਹੋਈਆਂ ਭਾਈ ਤਾਰੂ ਸਿੰਘ ਜੀ ਹੋਣੀ ਮਤਲਬ ਉਹੀ ਗੱਲ ਆ ਵੀ ਏਡੀਆਂ ਨੀ ਪਾਵਰਾਂ ਇਹ ਕੀ ਨਹੀਂ ਸੀ ਕਰ ਸਕਦੀਆਂ ਹੈਗੀਆਂ ਇਹ ਕਹਿੰਦੇ ਸੀ ਦੇਖੋ ਤੁਸੀਂ ਦਰਬਾਰ ਸਾਹਿਬ ਗਏ ਹੋਵਾਂਗੇ ਦਰਬਾਰ ਸਾਹਿਬ ਦੇ ਨਾਲ ਬਾਬਾ ਅਟਲ ਰਾਏ ਜੀ ਦਾ ਵੱਡਾ ਸਾਰਾ ਗੁਰਦੁਆਰਾ ਸਾਹਿਬ ਆ ਤੇ ਉਹਦੀ ਹਿਸਟਰੀ ਇਹੀ ਆ ਬਾਬਾ ਜੀ ਦੀ ਵੀ ਗੁਰੂ ਹਰਗੋਬਿੰਦ ਸਾਹਿਬ ਦੇ بیٹے ਸਪੁੱਤਰ ਹੋਏ ਨੇ ਉਹ ਉਹ ਕਿਸੇ ਨਾਲ ਕੋਈ ਖੇਡਦੇ ਸੀਗੇ ਆਫ ਟਾਈਮ ਆਪਣੇ ਦੋਸਤਾਂ ਨਾਲ ਜਦੋਂ ਕਹਿੰਦੇ ਉਹਨਾਂ ਦੀ ਟਰਨ ਆਈ ਬਾਰੀ ਆਈ ਤੇ ਉਹ ਜਿਹਦੀ ਮੁੰਡਰੀ ਵਾਰੀ ਸੀਗੀ ਮੁੰਡੀ ਡੈਥ ਹੋ ਜਾਂਦੀ ਆ ਜਦੋਂ ਬਾਬਾ ਟੱਲਰ ਆਈ ਉਹਨਾਂ ਦੇ ਘਰੇ ਜਾਂਦੇ ਨੇ ਵੀ ਤੂੰ ਸ਼ਰਮੋਹਣ ਸੀ ਨਾਮ ਹੈ ਵੀ ਤੂੰ ਮੀਟੀ ਦੇ ਆਪਣੀ ਆਪਣੀ ਬਾਰੀ ਦੇ ਉਹਨਾਂ ਦੀ ਫੈਮਲੀ ਕਹਿੰਦੇ ਵੀ ਇਹਨਾਂ ਦੀ ਚਾਚਲੋ ਡੈਥ ਹੋ ਗਈ ਵੀ ਤੁਸੀਂ ਆਇਓ ਵੀ ਆਪੇ ਠਾਹ ਲਓ ਭਾਈ ਤੁਸੀਂ ਗੁਰੂ ਦੇ ਪੁੱਤਰ ਹੋ ਹੁਣ ਗੁਰੂ ਦੇ ਪੁੱਤਰ ਸ਼ਕਤੀ ਪਾਵਰ ਉਹਨਾਂ ਨੇ ਬੁਲਾਇਆ ਉਹ ਉੱਠ ਖੜੇ ਹੋਏ ਜਦੋਂ ਇਹ ਇਨਫੋਰਮੇਸ਼ਨ ਗੁਰੂ ਹਰਗੋਬਿੰਦ ਸਾਹਿਬ ਕੋ ਗਈ ਵੀ ਤੁਹਾਡੇ ਬੱਚੇ ਨੇ ਵੀ ਗੁਰੂ ਦੇ ਪੁੱਤਰ ਨੇ ਜਿਉਂਦੇ ਕਹਿੰਦੇ ਉਹ ਮਾਰਨ ਦੇ ਬੁਲਾ ਲੇ ਮਾਰੇ ਕਹਿੰਦੇ ਭਾਈ ਵੀ ਦੇਖ ਵੀ ਇਹ ਤਾਂ ਫਿਰ ਇੱਥੇ ਲੈਣਾ ਲੱਗ ਜਾਣਗੇ ਆ ਵੀ ਆਪਾਂ ਪਰਮਾਤਮਾ ਦੇ ਸਿਸਟਮ ਦੇ ਵਿੱਚ ਆਪਾਂ ਇੰਟਰਫੇਰੈਂਸ ਨਹੀਂ ਕਰਨੀ ਵੀ ਜਾ ਹੁਣ ਉਹਦੀ ਜਗ੍ਹਾ ਤੇ ਤੁਸੀਂ ਜਾਓ ਜਾਂ ਮੈਂ ਜਾਣਾ ਫਿਰ ਉਹਨਾਂ ਨੇ ਸਰੀਰ ਛੱਡਿਆ ਤਾਂ ਹੀ ਉਹਨਾਂ ਦਾ ਗੁਰਦੁਆਰਾ ਸਾਹਿਬ ਸਾਰੇ ਉਹ ਵੱਡਾ ਆ ਹੈਨਾ ਇਹ ਗੱਲ ਆ ਵੀ ਆਪਾਂ ਜਿਵੇਂ ਹੁਣ ਹੜ ਆਏ ਜਾਂ ਸਿਸਟਮ ਸਾਰਾ ਵੀ ਜਾਂ ਤਾਂ ਆਪਾਂ ਉਹਨੂੰ ਆਪਾਂ ਠੀਕ ਕਰਨ ਦੇ ਉਪਰਾਲੇ ਉਹ ਵੀ ਕਰਨੇ ਚਾਹੀਦੇ ਨੇ ਪਰ ਨਾਲ ਦੀ ਨਾਲ ਪਰਮਾਤਮਾ ਠੀਕ ਹੈ ਉਹੀ ਮੈਂ ਦਸਮ ਜਿਹੜਾ ਹੈਗਾ ਦਸਮਗ੍ਰੰਥ ਸਾਹਿਬ ਜੀ ਹੇਮਕੋਨ ਸਾਹਿਬ ਦਾ ਇਤਿਹਾਸ ਪਰਮਾਤਮਾ ਕਹਿੰਦਾ ਵੀ ਵੀ ਧਰਤੀ ਤੇ ਜਾਓ ਵੀ ਲੋਕ ਮੈਨੂੰ ਨਹੀਂ ਯਾਦ ਕਰਦੇ ਵੀ ਲੋਕ ਲੋਕ ਬੰਦੇ ਕੇ ਕੋਈ ਪੇੜ ਪੂਜਦਾ ਕੋਈ ਦੇਵਤੇ ਪੂਜਦਾ ਵੀ ਮੈਨੂੰ ਤਾਂ ਕੋਈ ਯਾਦ ਨਹੀਂ ਕਰਦਾ ਫਿਰ ਗੁਰੂ ਸਾਹਿਬ ਕਹਿੰਦੇ ਵੀ ਮੈਂ ਨਹੀਂ ਜਾਣਾ ਚਾਹੁੰਦਾ ਮੇਰਾ ਤੁਹਾਡੇ ਚ ਮਨ ਲੱਗ ਗਿਆ ਵੀ ਮਹਾਰਾਜ ਕਹਿੰਦੇ ਵੀ ਨਾ ਵੀ ਪਰਮਾਤਮਾ ਜੀ ਕਹਿੰਦੇ ਧਰਤੀ ਤੇ ਜਾਓ ਵੀ ਤੁਸੀਂ ਵੀ ਮੇਰੇ ਬੇਟੇ ਬਣ ਕੇ ਜਾਓ ਫਿਰ ਸਾਰੀ ਹਿਸਟਰੀ ਹੈਗੀ ਆ ਤੇ ਇਹ ਇਹ ਗੱਲ ਆ ਫਿਰ ਤੁਸੀਂ ਦੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਆ ਉਹਦੇ ਵਿੱਚ ਤੁਹਾਨੂੰ ਬਹੁਤ ਅਕਾਲ ਅਕਾਲ ਦਾ ਜ਼ਿਕਰ ਆਊਗਾ ਜਿਹੜੀ ਅਕਾਲ ਉਸਤਤ ਦੀ ਬਾਣੀ ਹੈ ਮੈਂ ਹਾਂ ਪਰਮਪੁਰਖ ਕਉ ਦਾਸਾ ਦੇਖਣ ਆਇਓ ਜਗਤ ਤਮਾਸਾ ਮੈਂ ਹੈਨਾ ਜਦੋਂ ਸਾਹਿਬ ਜੀ ਦੇ ਵੱਡੇ ਸ਼ਹੀਦ ਹੋਏ ਵੀ ਕਹਿੰਦੇ ਸੀ ਪ੍ਰਮਾਤਮਾ ਦੇ ਉਹਨੂੰ ਦੇਤੇ ਵੀ ਗੁਰੂ ਸਾਹਿਬ ਨੇ ਪਰਮਾਤਮਾ ਦੀ ਉਹ ਗੱਲ ਕੀਤੀ ਆਕਾਲ ਅਕਾਲ ਦੀ ਗੱਲ ਹਰੇਕ ਬਾਣੀ ਚ ਮਾਰਦ ਦੀ ਹੋ ਰਹੀ ਆ ਜਾਪ ਸਾਹਿਬ ਪਰਮਾਤਮਾ ਹਨ ਮਤਲਬ ਇਹ ਗੱਲ ਆ ਵੀ ਆਪਾਂ ਜਥੇ ਬੰਦੀਆਂ ਦਾ ਸਤਿਕਾਰ ਕਰਨਾ ਚਾਹੀਦਾ ਮਹਾਪੁਰਖ ਉੱਚ ਕੋਟੀ ਦੇ ਸਾਰੇ ਪਾਸੇ ਉਹਨਾਂ ਸਤਿਕਾਰ ਕਰੀਏ ਉਹਨੂੰ ਉਹ ਜੋੜ ਦੇਣੇ ਆਪਾਂ ਉਹਨੂੰ ਪਰਮਾਤਮਾ ਦੇ ਨਾਲ ਵੀ ਆਪਾਂ ਵੀ ਉਹਨਾਂ ਦੀ ਹੈਲਪ ਲੈ ਕੇ ਟੀਚਰ ਦੀ ਹੈਲਪ ਲੈ ਕੇ ਕੋਈ ਪੁਲਿਸ ਵਾਲਾ ਬਣ ਜਾਂਦਾ ਕੋਈ ਹਨਾ ਕਿਸੇ ਫੀਲਡ ਚਲੇ ਜਾਂਦਾ ਆ ਵੀ ਆਪਾਂ ਅੱਗੇ ਪਰਮਾਤਮਾ ਨੂੰ ਯਾਦ ਕਰੀਏ ਮੈਂ ਤੁਸੀਂ ਚਮਤਕਾਰ ਚ ਬਲੀਵ ਕਰਦੇ ਹੋ? ਹਾਂ। ਚਮਤਕਾਰ ਹੁੰਦੇ ਨੇ। ਹਾਂ। ਪਰ ਜਿਹੜੇ ਲੋਕ ਇਸ ਚਮਤਕਾਰ ਨੂੰ ਅਲਵ ਯੂਜ਼ ਕਰਕੇ ਲੋਕਾਂ ਨੂੰ ਜਿਹੜੇ ਇਲਾਜ ਦੇ ਲਈ ਖਰਾਬ ਕਰ ਰਹੇ ਨੇ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਹਾਂ। ਜਿਹੜੇ ਲਈ ਚਮਤਕਾਰ ਨੂੰ ਯੂਜ਼ ਕਰਕੇ ਕਿਸੇ ਨੂੰ ਕਰਦੇ ਨੇ ਫਿਰ ਉਹਨੂੰ ਉਸ ਅਕੋਰਡਿੰਗ ਪਰਮਾਤਮਾ ਵੱਲੋਂ ਸਜ਼ਾ ਕਹਿ ਲੋ ਦਿੱਤੀ ਜਾਂਦੀ ਆ। ਕਿ ਕਿੱਦਾਂ ਮਿਲਦੀ ਸਜ਼ਾ? ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਥੋੜੀ ਜੀ। ਇੱਕ ਸੰਤ ਈਸ਼ਰ ਸਿੰਘ ਜੀ ਰਾੜੇ ਸਾਹਿਬ ਵਾਲਿਆਂ ਦੀ ਜ਼ਿੰਦਗੀ ਵਿੱਚ ਇੱਕ ਪ੍ਰੇਤ ਦਾ ਜ਼ਿਕਰ ਆਉਂਦਾ ਉਹਦਾ ਨਾਂ ਸੀਗਾ ਸੁਲੇਮਾਨ। ਸੁਲੇਮਾਨ ਪ੍ਰੇਤ ਉਹ ਜਦੋਂ ਅਬਦਾਲੀ ਇਹ ਐਂਟਰ ਕਰਦੇ ਨੇ ਆਪਣੇ ਇੱਧਰ ਆਉਂਦੇ ਨੇ ਨਾਲ ਉਹ ਫਿਰ ਸਾਰੇ ਹੁੰਦੇ ਨੇ ਲਾਮ ਲਸ਼ਕਰ ਨਾਲ ਜਾਂਦਾ ਆ ਉਦੋਂ ਉਹਨਾਂ ਨੂੰ ਕਹਿੰਦੇ ਹੁੰਦੇ ਨੇ ਚਲੋ ਪੀਰ ਫਕੀਰ ਪੀਰ ਵਧੀਆ ਵੀ ਹੁੰਦੇ ਨੇ ਮਤਲਬ ਇਹ ਨਾਮ ਬੜਾ ਵਧੀਆ ਇੰਡੀਆ ਜਾਂ ਭਾਰਤ ਆਉਂਦੇ ਨੇ ਇੱਥੇ ਆ ਕੇ ਉਹ ਕਹਿੰਦੇ ਵੀ ਮੈਂ ਜਦੋਂ ਇੱਥੇ ਸੀਗਾ ਮੈਂ ਆਪਣੇ ਲੋਕਾਂ ਨੇ ਕੰਮ ਕਰਵਾਉਂਦਾ ਜਿਵੇਂ ਤੁਸੀਂ ਪੁੱਛਿਆ ਹੈ ਨਾ ਜਾਂ ਆਦਮਾ ਨੂੰ ਵਾਸਚ ਕਰਕੇ ਜਾਂ ਕੁਝ ਵੀ ਆ ਜਿਹੜਾ ਫੀਲਡ ਹੈਗਾ ਆ ਉਹ ਕਹਿੰਦੇ ਅਵਤਾਲੀ ਹੁਣੀ ਵਾਪਸ ਚਲੇ ਗਏ ਵੀ ਮੈਂ ਇੱਥੇ ਰਹਿ ਗਿਆ ਮੈਂ ਆਪਣਾ ਕੰਮ ਕੰਟੀਨਿਊ ਸ਼ੁਰੂ ਕਰਤਾ ਪ੍ਰੇਤਾਂ ਨੂੰ ਵਾਸਚ ਕਰਕੇ ਜਦੋਂ ਕਹਿੰਦੇ ਫਿਰ ਮੈਂ ਤੁਹਾਨੂੰ ਦੱਸوں ਬਾਅਦ ਕਿੱਥੋਂ ਗੱਲ ਪਤਾ ਲੱਗੀ ਆ ਜਦੋਂ ਉਹ ਫਿਰ ਉਹਨਾਂ ਦੀ ਡੈਥ ਹੁੰਦੀ ਆ ਤਾਂ ਮਹਾਰਾਜ ਕੋ ਪੇਸ਼ੀ ਪੈਂਦੀ ਆ ਮੇਰੀ ਵੀ ਪਾਣੀ ਸਨ ਤਾਂ ਮਹਾਰਾਜ ਕੋ ਪੇਸ਼ੀ ਪੈਂਦੀ ਆ ਉਹ ਕਹਿੰਨੇ ਵੀ ਤੂੰ ਪ੍ਰੇਤਾਂ ਨੂੰ ਵਾਸਚ ਕਰਕੇ ਕੀਤਾ ਕੰਮ ਹੁਣ ਤੂੰ ਪ੍ਰੇਤ ਜੁਨੀ ਹੀ ਤੈਨੂੰ ਮਿਲਣੀ ਆ ਇਹ ਕਿੱਥੋਂ ਪਤਾ ਲੱਗਿਆ ਸਾਂਦੇ ਇਸ਼ਰ ਸਿੰਘ ਜੀ ਰਾਣਾ ਸਾਹਿਬ ਵਾਲਿਆਂ ਦੇ ਸੇਵਕ ਫੋਰਨ ਇੰਟਰੀਜ਼ ਵਾਲੇ ਬਹੁਤ ਹੋਏ ਨੇ ਸ਼ਾਇਦ ਉਹ ਕੰਟਰੀ ਹੈਗੀ ਆ ਆਪਣੇ ਕੀਨੀਆ ਕੀਨੀਆ ਦੇ ਜਾਂ ਇੰਗਲੈਂਡ ਦੇ ਹਨਾ ਉਹਨਾਂ ਨੇ YouTube ਤੇ ਸਰਚ ਮਾਰ ਕੇ ਦੇਖਿਓ ਸੁਲੇਮਾਨ ਪ੍ਰੇਤ ਲਿਖ ਕੇ ਜਾਂ ਸਾਂਦੇ ਇਸ਼ਰ ਸਿੰਘ ਜੀ ਸਾਰਾ ਆ ਜਾਊਗਾ ਉਹ ਪ੍ਰੇਤ ਕਿਸੇ ਦੀ ਬਾਡੀ ਚ ਵੜਿਆ ਹੋਇਆ ਹਿਊਮ ਆਪਣੀ ਬਾਡੀ ਹਿਊਮਨ ਬਾਡੀ ਫਿਰ ਉਹ ਸਾਰੀਆਂ ਉਹ ਕਲਮਾ ਪੜਦਾ ਆਇਆ ਜਿਹੜਾ ਬੰਦਾ ਮਤਲਬ ਉਹ ਹਿਊਮਨ ਬੀਇੰਗ ਆ ਸਪੋਜ਼ਰ ਮੈਂ ਆ ਮੈਨੂੰ ਹੁਣ ਨਹੀਂ ਕਲਮਾ ਆਉਂਦੀਆਂ ਹੈਗੀਆਂ ਉਹ ਜਿਹੜੇ ਬੰਦੇ ਦੀ ਬਾਡੀ ਚ ਬੜਿਆ ਹੋਇਆ ਸਿਗਾ ਉਹ ਕਲਮਾ ਪੂਰੀ ਉਹ ਜਿਹੜੀ ਲੈਂਗੁਏਜ ਹੈਗੀ ਆ ਉਹ ਬੜੇ ਵਧੀਆ ਤਰੀਕੇ ਨਾਲ ਪ੍ਰੋਨਨਸੀਏਸ਼ਨ ਹਨਾ ਉਹ ਗੱਲਾਂ ਸਾਰੀਆਂ ਉਹਨੇ ਦਸੀਆਂ ਤੇ ਉਹਨੇ ਇਹ ਗੱਲ ਦੱਸੀ ਕਿ ਹਨਾ ਜਦੋਂ ਮੈਂ ਧਰਮਰਾਜ ਕੋ ਗਿਆ ਵੀ ਧਰਮਰਾਜ ਨੇ ਮੈਨੂੰ ਇਹ ਕਹਤਾ ਸੀਗਾ ਵੀ ਤੇਰਾ ਜਿਹੜਾ ਉਧਾਰ ਹੈਗਾ ਆ ਵੀ ਇੰਨੇ ਹਜ਼ਾਰ ਸਾਲਾਂ ਬਾਅਦ ਵੀ ਸੰਤ ਈਸਰ ਸਿੰਘ ਦੀ ਰਾੜੇ ਸਾਹਿਬ ਵਾਲੇ ਆਉਣਗੇ ਵੀ ਉਹਨਾਂ ਦੇ ਹੱਥੋਂ ਹੋਣਾ ਜਾਂ ਤੇ ਉਹ ਕਹਿੰਦਾ ਵੀ ਉੱਥੇ ਉਹ ਲਿਖਿਆ ਆਪਣੇ ਹੁੰਦਾ ਵੀ ਆਪਣਾ ਕਿੱਥੋਂ ਹੋਣਾ ਜਾਂ ਫਿਰ ਉਹਨਾਂ ਨੇ ਸਾਰਾ ਪੁੱਛਿਆ ਉਹਨੂੰ ਤੁਸੀਂ ਵੀ ਸੁਣ ਕੇ ਦੇਖਿਓ ਸੁਲੇਮਾਨ ਲਿਖ ਕੇ ਮੈਂ ਪਤਾ ਕਦੋਂ ਸੁਣੀ ਸੀ ਮੈਂ ਤੁਹਾਨੂੰ ਵਿੱਚ ਥੋੜਾ ਜਿਹਾ ਮੈਂ ਇਥੇ ਹੋਸਟਲ ਰਹਿੰਦਾ ਹੁੰਦਾ ਸੀ ਗਵਰਨਮੈਂਟ ਕਾਲਜ ਦੇ ਉਦੋਂ ਮੈਂ ਨਵਾਂ ਨਵਾਂ ਮਰਤ ਚੱਕਿਆ ਉਸ ਤੋਂ ਪਹਿਲਾਂ ਤੁਸੀਂ ਬਹੁਤ ਗਲਤ ਕੰਮ ਕੀਤੇ ਨੇ ਬਸ ਚਲੋ ਜਦੋਂ ਮੈਂ ਸੁਣੀ ਉਹ ਤਾਂ ਰਾਤ ਰਾਤ ਟਾਈਮ ਸੀਗਾ ਤੇ ਉਹ ਫਿਰ ਹੋਸਟਲ ਖਾਲੀ ਰਹਿੰਦਾ ਹੁੰਦਾ ਸੀ ਪੂਤੀਆ ਹਾਂ ਉਹ ਥੋੜਾ ਜਿਹਾ ਹੋਵੇਂ ਨਾ ਮਾਹੌਲ ਉਦੋਂ ਇੱਕ ਤਾਂ ਇੰਨੇ ਫੋਨ ਵਗੈਰਾ ਨਹੀਂ ਸੀ ਹੁੰਦੇ ਉਦੋਂ ਜਿਹੜਾ ਕੁਝ ਸੁਣਦੇ ਸੀਗੇ ਉਹ ਦਿਮਾਗ 'ਚ ਉਦੋਂ ਵਧੀਆ ਤਰੀਕੇ ਨਾਲ ਕਹ ਲਓ ਵੀ ਸੇਵ ਹੋ ਗਿਆ ਤੇ ਫਿਰ ਉਹਨਾਂ ਨੇ ਪੁੱਛਿਆ ਸਾਰਾ ਵੀ ਦੁਨੀਆ ਤੇ ਪ੍ਰੇਤ ਕਿੰਨੇ ਨੇ ਕੀ ਜਿਹੜੀ ਤਾਂ ਲਾਈਕ ਕਰਦੇ ਨੇ ਕੀ ਉਹ ਕਹਿੰਦੇ ਵੀ ਕਹਿੰਦੇ ਤੁਹਾਨੂੰ ਪਤਾ ਨਹੀਂ ਵੀ ਜਿੰਨੇ ਤੁਸੀਂ ਹੋ ਵੀ ਤੁਹਾਡੇ ਤੋਂ ਵੀ ਦੁੱਗਣੇ ਤਿਗਣੇ ਇਹ ਫਿਰਦੀਆਂ ਨੇ ਆਤਮਾਵਾਂ ਪ੍ਰੇਤ ਮਤਲਬ ਜਿੰਨੇ ਇਨਸਾਨ ਨੇ ਉਸ ਤੋਂ ਜ਼ਿਆਦਾ ਉਸ ਤੋਂ ਜ਼ਿਆਦਾ ਤੁਸੀਂ ਬਲੀਵ ਕਰਦੇ ਹੋ ਬਾਈ ਫਿਰ ਬਲੀਵ ਕਰਨਾ ਪੈਣਾ ਜੇ ਇਹਡੇ ਮਹਾਪੁਰਖ ਕਹਿ ਰਹੇ ਨੇ ਤੁਹਾਡਾ ਕਦੀ ਵਾਹ ਪਿਆ ਭੂਤ ਨਾਲ ਨਹੀਂ ਇਹ ਮੈਂ ਨਹੀਂ ਪਿਆ ਹੈਗਾ ਉਹਨਾਂ ਦਾ ਭੂਤ ਨਾਲ ਵਾਹ ਸ਼ਾਇਦ ਸ਼ਾਇਦ ਪ੍ਰਮਾਤਮਾ ਨੇ ਬਚਾ ਲਿਆ ਹੋਵੇ ਮੈਂ ਤੁਹਾਨੂੰ ਉਹੀ ਕਹਿਣਾ ਕਿੰਨਾਂ ਨੂੰ ਦਿਖਦੇ ਨੇ ਭੂਤ ਭਾਜੀ ਕਿੰਨਾ ਕਿਹੜੇ ਕਿਹੜੇ ਲੋਕਾਂ ਨੂੰ ਭੂਤ ਮਹਿਸੂਸ ਹੁੰਦੇ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਕੀ ਦੇਖੋ ਇਹ ਚ ਗੱਲ ਇਹ ਆ ਵੀ ਜਦੋਂ ਇਹ ਇੰਟਰਵਿਊ ਹੁਣ ਸਾਰੇ ਸੁਣਨਗੇ ਫਿਰ ਇੱਕ ਦਾ ਥਿਊ ਹੋਣਾ ਕੋਈ ਹਨਾ ਦੇਖੋ ਜਿਹੜਾ ਫਾਦਰ ਹੁੰਦੇ ਨੇ ਪਿਓ ਹੁੰਦਾ ਆ ਕਈ ਵਾਰ ਉਹਦੇ ਬੱਚੇ ਦੇ ਉੱਤੇ ਕੋਈ ਔਕੜ ਆਣੀ ਹੁੰਦੀ ਆ ਸਪੋਜ਼ ਕਰੋ ਮੇਰਾ ਬੱਚਾ ਮੇਰੇ ਨਾਲ ਪਿਆ ਆ ਹਨਾ ਰਾਤ ਨੂੰ ਸਪੋਜ਼ ਕਰੋ ਬੈੱਡ ਤੋਂ ਡਿੱਗਣ ਲੱਗਿਆ ਉਹ ਮੈਂ ਉਹਨੇ ਪਾਸਾ ਲਿਆ ਮੈਂ ਉਹਨੂੰ ਬਚਾ ਲਿਆ ਉਹਨੂੰ ਕਿਹੜਾ ਪਤਾ ਲੱਗਿਆ ਆ ਸਵੇਰੇ ਉੱਠਿਆ ਆਪਣਾ ਮਸ਼ਰਾਰਤਾਂ ਕੀਤੀਆਂ ਕੀ ਪਤਾ ਹੁਣ ਆਪਣੀ ਜ਼ਿੰਦਗੀ ਚ ਕੀ ਕੀ ਹੋਣਾ ਸੀਗਾ ਪਰਮਾਤਮਾ ਮੈਨੂੰ ਕਿੱਥੋਂ ਕਿੱਥੋਂ ਬਚਾਇਆ ਠੀਕ ਆ ਇਹ ਨਹੀਂ ਪਤਾ ਕੀ ਪਤਾ ਕੋਈ ਆਇਆ ਹੋਵੇ ਕੀ ਪਤਾ ਨਹੀਂ ਹੋਵੇ ਪਤਾ ਨਹੀਂ ਇਹ ਮੈਂ ਆਪਾਂ ਝੂਠ ਕਿਉਂ ਬੋਲੀਏ ਤੇ ਉਹਨੇ ਸਾਰਾ ਦੱਸਿਆ ਉਹ ਕਹਿੰਦਾ ਵੀ ਦੇਵਤੇ ਵੀ ਹੁੰਦੇ ਨੇ ਪ੍ਰੇਤ ਵੀ ਹੁੰਦੇ ਨੇ ਉਹ ਕਹਿੰਦਾ ਵੀ ਦੇਵਤੇ ਕਿੱਥੇ ਹੁੰਦੇ ਨੇ ਉਹ ਕਹਿੰਦਾ ਜਿੱਥੇ ਪਰਮਾਤਮਾ ਦਾ ਨਾਮ ਲੈ ਜਾਂਦਾ ਮੰਦਿਰ ਮਸਜਿਦ ਗੁਰਦੁਆਰਾ ਸਾਹਿਬ ਉਹ ਕਹਿੰਦੇ ਪ੍ਰੇਤ ਕਿੱਥੇ ਹੁੰਦੇ ਨੇ ਉਹ ਕਹਿੰਦਾ ਜਿੱਥੇ ਗੰਦ ਹੁੰਦਾ ਜਿੱਥੇ ਸ਼ਰਾਬ ਦੇ ਠੇਕੇ ਵੀ ਉਥੇ ਪ੍ਰੇਤ ਫਿਰਦੇ ਹੁੰਦੇ ਨੇ ਸਾਰਾ ਦੱਸਿਆ ਉਹਨਾਂ ਨੇ ਤੇ ਠੀਕ ਆ ਪਰ ਇਹ ਗੱਲ ਆ ਵੀ ਵੀ ਚਲੋ ਉਹਨਾਂ ਦੇ ਰਾੜੇ ਸਾਹਿਬ ਵਾਲੇ ਮਹਾਂਪੁਰਖਾਂ ਬਾਰੇ ਦੱਸਿਆ ਸੰਤ ਮਸਤੂਣਾ ਸਾਹਿਬ ਵਾਲਿਆਂ ਬਾਰੇ ਨੰਦ ਸਿੰਘ ਜੀ ਬਾਰੇ ਸੁਣ ਕੇ ਦੇਖਿਓ ਤੇ ਇਹ ਗੱਲ ਆ ਵੀ ਦੇਖੋ ਚਮਤਕਾਰ ਜਾਂ ਹੋਰ ਪਰਮਾਤਮਾ ਆ ਪਰਮਾਤਮਾ ਇਹ ਸ਼ਕਤੀਮਾਨ ਆ ਹਨਾ ਕਹੋ ਵੀ ਸੁਪਰ ਪਾਵਰ ਆ ਕੁਝ ਵੀ ਕਰ ਸਕਦਾ ਉਹ ਕੁਝ ਵੀ ਹੋ ਸਕਦਾ ਆ ਤੇ ਕੀ ਕੁਛ ਨਹੀਂ ਦੇਖੋ ਬਾਬਾ ਦੀਪ ਸਿੰਘ ਜੀ ਹੁਣੇ ਉਹ ਬਿਨਾ ਸੀਸ ਤੋਂ ਲੜੇ ਹਨਾ ਜੀ ਤੇ ਭਾਈ ਮਤੀਤ দাস ਜੀ ਹੁਣੇ ਆਰੇ ਨਾਲ ਚੀਰੇ ਗਏ ਚੀਰਨ ਤੋਂ ਬਾਅਦ ਚਾਂਦਨੀ ਚੌਂਕ ਦੇ ਵਿੱਚ ਆਵਾਜ਼ ਆਉਂਦੀ ਰਹੀ ਪਾਠ ਦੀ ਹਾਂਜੀ ਦੇਖੋ ਬਹੁਤ ਕੋਈ ਸਾਹਿਬ ਹੀ ਚਮਕੌਰ ਸਾਹਿਬ ਤੇ ਨੋਰਮਲ ਪ੍ਰੈਜ਼ੀਡੈਂਟ ਐਗਜ਼ਾਮਪਲ ਆ ਪ੍ਰੇਮਾਨੰਦ ਜੀ ਦੀ ਦੋ ਕਿੜੀਆਂ ਫੇਲ ਕਿੰਨੇ ਟਾਈਮ ਤੋਂ ਜਿਉਂ ਰਹੇ ਨੇ ਪਰ ਇਹ ਚਮਤਕਾਰ ਆ ਜਿਹੜਾ ਭਾਜੀ ਇਹ ਤਾਂ ਸਮਝ ਆਂਦਾ ਹੈ ਕਿਉਂਕਿ ਉਹ ਖੁਦ ਲੋਕਾਂ ਨੂੰ ਇਸ ਚਮਤਕਾਰ ਨਾ ਹੋਣ ਤੋਂ ਦੂਰ ਕਰ ਰਹੇ ਨੇ ਇੱਕ ਮੈਂ ਐਗਜ਼ਾਮਪਲ ਉਹਨਾਂ ਦੀ ਇੱਕ ਵੀਡੀਓ ਸੁਣੀ ਸੀ ਜਿਹਦੇ ਵਿੱਚ ਇੱਕ ਆਂਟੀ ਜੀ ਗਏ ਉਹਨਾਂ ਕੋਲ ਜਿਹਦੇ ਕਰਕੇ ਮੇਰਾ ਪ੍ਰੇਮਾ ਜੀਵਲ ਚੁਕਾਵ ਹੈ ਦੇਖੋ ਤੁਸੀਂ ਜਿਵੇਂ ਦੱਸਿਆ ਕਿ ਗੁਰੂ ਧਾਰਨ ਦਾ ਵੇ ਨਾ ਇੱਕ ਪਤਾ ਹੋਣਾ ਚਾਹੀਦਾ ਕਿ ਕਿੰਨੂ ਤੁਸੀਂ ਗੁਰੂ ਕਹਤ ਆਪਾਂ ਹਰ ਕਿਸੇ ਨੂੰ ਗੁਰੂ ਨਹੀਂ ਬਣਾ ਸਕਦੇ ਮੈਂ ਵੀ ਪਹਿਲੀ ਵਾਰ ਕਿਸੇ ਮਹਾਂਪੁਰਖ ਕੋਲ ਇਦਾਂ ਗਿਆ ਜਾ ਕੇ ਬੜੀ ਮੋਹੱਬਤ ਕਰਦਾ ਮੈਂ ਉਹਨਾਂ ਨੂੰ ਉਹਦਾ ਇੱਕ ਕਾਰਨ ਹੈ ਕਿਉਂਕਿ ਉਹ ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਕੱਢ ਰਹੇ ਨੇ ਇੱਕ ਆਂਟੀ ਜੀ ਗਏ ਉਹਨਾਂ ਕੋਲ ਕਹਿੰਦੇ ਜੀ ਪ੍ਰਭੂ ਜੀ ਮੇਰਾ ਲੱਕ ਦਰਦ ਹੋ ਰਿਹਾ ਮੇਰਾ ਲੱਕ ਦਰਦ ਹੋ ਰਿਹਾ ਉਹ ਕਹਿੰਦੇ ਤੁਸੀਂ ਮਤਲਬ ਮੇਰੇ ਸੇ ਇਹ ਕੀ ਬਾਤ ਕਰ ਰਹੇ ਹੋ ਡਾਕਟਰ ਕੇ ਪਾਸ ਜਾ ਪਰ ਇਹੀ ਜੇ ਕੋਈ ਹੋਰ ਉੱਥੇ ਮਤਲਬ ਉਹ ਕਹਿੰਦੇ ਕੋਈ ਬਾਤ ਨਹੀਂ ਇਹ ਲੋ ਪ੍ਰਸ਼ਾਦ ਤੋ ਜਾਓ ਕਿਰਪਾ ਲਈ ਤੇ ਇਦਾਂ ਜਿਉ 100 ਬੰਦਾ ਉਹਨਾਂ ਕੋਲ ਜਾਵੇ ਰੋਜ਼ ਦਰਦ ਲੈ ਕੇ ਉਹ ਪਿੱਠ ਦਰਦ ਵਿੱਚੋਂ 10 ਕ ਦਾ ਰੱਬ ਨੂੰ ਠੀਕ ਹੋ ਜਾਵੇ ਤੇ ਉਹ ਸਵਾਂ ਨੂੰ ਹੀ ਐ ਪ੍ਰਸ਼ਾਦ ਦੇਣ ਕੀ ਪ੍ਰਸ਼ਾਦ ਨਾਲ ਠੀਕ ਹੋ ਜਾਏਗਾ ਫਿਰ ਇੱਕ ਤਾਂ ਪ੍ਰਸ਼ਾਦ ਦੀ ਬੇਦਬੀ ਨਹੀਂ ਕਿਉਂਕਿ ਪ੍ਰਸ਼ਾਦ ਤਾਂ ਸਾਨੂੰ ਸਿਖਾਇਆ ਜਾਂਦਾ ਕਿ ਇਹ ਹਾਂਜੀ ਹਾਂਜੀ ਇਹੋ ਜਿਹਾ ਕੰਮ ਵੀ ਚੱਲਦਾ ਹਨਾ ਤੇ ਦੇਖੋ ਜਿਹੜਾ ਚਮਤਕਾਰ ਸ਼ਬਦ ਆ ਚਲੋ ਇਹ ਸ਼ਬਦ ਬੜੇ ਵਧੀਆ ਸਗੇ ਸੰਤ ਚਮਤਕਾਰ ਸਾਧੂ ਸੌਰੀ ਮੈਂ ਇੰਟਰਪਟ ਕਰ ਰਿਹਾ ਪਰ ਜਿਹੜੇ ਪ੍ਰੇਮਾਨੰਦ ਜੀ ਨੇ ਉਹਨਾਂ ਨੇ ਕਦੀ ਵੀ ਨਹੀਂ ਕਿਹਾ ਕਿ ਮੇਰੀਆਂ ਕਿਡਨੀਆਂ ਡੈਮੇਜ ਜੜੀਆਂ ਹੋ ਚੁੱਕੀਆਂ ਨੇ ਹਾਂਜੀ ਹੁਣ ਤੱਕ ਕਿਉਂ ਠੀਕ ਨੇ ਉਹਨਾਂ ਨੇ ਹਮੇਸ਼ਾ ਇੱਕੋ ਗੱਲ ਕਹੀ ਕਿ ਰਾਧਾ ਰਾਣੀ ਦੀ ਕਿਰਪਾ ਹੈ ਹਾਂਜੀ ਹਾਂਜੀ ਉਹਨਾਂ ਨੇ ਕਦੀ ਨਹੀਂ ਕਿਹਾ ਕਿ ਮੈਂ ਆਪ ਦੀ ਮੈਂ ਇਹ ਕਰਦਾ ਜਾਂ ਮੈਂ ਇਹ ਹਾਂ ਨਾਮ ਦੀ ਕਿਰਪਾ ਹ ਨਾਮ ਦੀ ਕਿਰਪਾ ਨਹੀਂ ਦੇਖੋ ਉਹੀ ਕਹਿੰਦਾ ਨਾਮ ਦੀ ਕਿਰਪਾ ਉਹ ਚਮਤਕਾਰ ਸ਼ਬਦ ਉਹੀ ਅਰਥ ਆ ਵੀ ਕਿਰਪਾ ਕੁਝ ਡਿਫਰੈਂਟ ਹੋਵੇ ਨਰਜੀ ਤੋਂ ਜ਼ਿਆਦਾ ਪਰ ਇਹ ਕਿਸੇ ਬੰਦੇ ਦੇ ਹੱਥ ਹੈਗੀ ਕਿਰਪਾ ਕਰਨੀ ਇਹ ਜਿਹੜਾ ਜਿਹੜਾ ਚਮਤਕਾਰ ਹੈ ਬੰਦਾ ਕੋਈ ਕਰ ਸਕਦਾ ਅੱਜ ਦੇ ਜਮਾਨੇ 'ਚ ਜਿਵੇਂ ਬੰਦਾ ਬੰਦਾ ਕਰ ਸਕਦਾ ਕਿਉਂਕਿ ਬੰਦਾ ਪਰਮਾਤਮਾ ਦਾ 파ਟ ਆ ਦੇਖੋ ਆਪਣੇ ਕੋਲੇ ਨਹੀਂ ਨਹੀਂ ਮੈਂ ਕਹਿਣਾ ਚਾਹੁੰਦਾ ਜਿਵੇਂ ਕੋਈ ਉਹ ਇਨਸਾਨ ਦੇ ਰੂਪ ਦੇ ਵਿੱਚ ਕਿਸੇ ਨੂੰ ਕਹਿ ਦੇਵੇ ਕਿ ਜਾ ਕਿਰਪਾ ਹੋ ਗਈ ਉਹ ਤੇਰੇ ਐਦਾਂ ਹੋ ਸਕਦਾ ਹੈ ਹਾਂ ਉਹ ਉਹ ਤੇ ਇਹ ਹੈ ਉਹ ਤੇ ਜਿਹਦੇ ਕੋਈ ਜ਼ਿਆਦਾ ਮਤਲਬ ਉਹੀ ਗੱਲ ਆ ਨਾ ਵੀ ਜਿਹਦੇ ਕੋਈ ਪੌਕੇਟ 'ਚ ਜ਼ਿਆਦਾ ਅਮਾਊਂਟ ਹੋਊ ਪਰ ਜੇ ਮਾਰੀ ਟ੍ਰੈਵਲ ਕਰ ਲਵੇ ਹਨਾ ਜਿਹਦੇ ਅੰਦਰ ਪਰਮਾਤਮਾ ਨੇ ਜਾਦਾ ਪਾਵਰਾਂ ਦੇਤੀਆਂ ਨਾਮ ਜਪ ਜਪਾ ਕੇ ਭਗਤੀ ਕਰਾ ਕੇ ਸੇਵਾ ਕਰਾ ਕੇ ਉਹਦਾ ਬੋਲਿਆ ਹੋਇਆ ਬੋਲ ਬੜੇ ਸਾਰੇ ਧਰਮਾਂ ਦੇ ਮਹਾਪੁਰਖ ਹੋਏ ਨੇ ਉਹਨਾਂ ਨੇ ਕਈ ਬੋਲ ਇਹ ਜੇ ਵਚਨ ਕੀਤੇ ਸੰਤ ਹਰੇਕ ਉਹ ਰਾਜ ਕਰਦੇ ਨੇ ਕੁਝ ਵੀ ਵਚਨ ਕੀਤਾ ਇਹ ਗੱਲ ਆ ਦੇਖੋ ਨਾਮ ਦੀ ਜਿਹਨੂੰ ਸ਼ਕਤੀ ਜਾਂ ਚਮਤਕਾਰ ਚਮਤਕਾਰ ਦਾ ਮਤਲਬ ਇਹ ਵੀ ਪਰਮਾਤਮਾ ਦੀ ਕਿਰਪਾ ਇੱਕ ਹੁੰਦਾ ਚਮਤਕਾਰ ਇੱਕ ਹੁੰਦਾ ਪਰਮਾਤਮਾ ਦੇ ਸਿਸਟਮ 'ਚ ਇੰਟਰਫੇਰੈਂਸ ਉਮ ਉਹ ਮੈਟਰ ਹੋਰ ਆ ਉਹ ਗਲਤ ਹੈ ਉਹ ਗਲਤ ਆ ਠੀਕ ਆ ਦੇਖੋ ਪਰਮਾ ਨਾਮ ਜਦ ਕੇ ਬਹੁਤ ਜੜ ਦੀ ਗੱਲਾਂ ਹੋ ਗਈ ਚਮਤਕਾਰ ਕਹ ਲਓ ਪਾਵਰ ਕਹ ਲਓ ਕਿਰਪਾ ਕਹ ਲਓ ਬਖਸ਼ਿਸ਼ ਕਹ ਲਓ ਇਹ ਵਰਡਸ ਨੇ ਵਰਡਸ ਬਾਰੇ ਵਧੀਆ ਸਗੇ ਇਹ ਜਦੋਂ ਡੁਪਲੀਕੇਸੀ ਆਉਣ ਲੱਗ ਗਈ ਡੁਪਲੀਕੇਸੀ ਦਾ ਇਹ ਦੇਖੋ ਨਾਈ ਕੀ ਦੇ ਤੁਹਾਨੂੰ ਸ਼ੂਜ਼ ਡੁਪਲੀਕੇਟ ਵੀ ਮਿਲ ਜਾਣਗੇ Ориਜినਲ ਹੈਗੇ ਨੇ ਰਹਿਣਗੇ ਇਹ ਵੀ ਸੰਤ ਮਹਾਪੁਰਖ ਬਹੁਤ ਖੋਲੀ ਬਠੇ ਨੇ ਦੁਕਾਨਾਂ ਪਰ ਅਸਲੀ ਵੀ ਹੈਗੇ ਨੇ ਤੁਹਾਡੇ ਵਰਗੇ ਸੇਵਾਦਾਰ ਅਸਲੀ ਵੀ ਨੇ ਡੁਪਲੀਕੇਸੀ ਬਹੁਤ ਚੱਲ ਰਹੀ ਆ ਬਿਲਕੁਲ ਹਾਂ ਮੈਂ ਬਿਲਕੁਲ ਮੇਰੇ ਮਨ ਦੇ ਜਿਹੜੇ ਸਵਾਲ ਸੀਗੇ ਮੈਂ ਬੜੇ ਕਲੀਅਰ ਕਰ ਲੇ ਤੇ ਮੈਨੂੰ ਮੈਂ ਚਾਹੁੰਦਾ ਸੀਗਾ ਕਿ ਪੌਡਕਾਸਟ ਨਾ ਖੁੱਲ੍ਹਾ ਹੋਵੇ ਭਾਜੀ ਕਿ ਮੈਂ ਫੇਕ ਨਾ ਕਰਾਂ ਕਿ ਮੈਂ ਇਹ ਸਵਾਲ ਪੁੱਛਾਂ ਕਿ ਨਾ ਪੁੱਛਾਂ ਆਲਦੋ ਅਸੀਂ ਬਾਅਦ ਚ ਹਮੇਸ਼ਾ ਗੈਸਟ ਨੂੰ ਕਹਿੰਦੇ ਆ ਕਿ ਪੌਡਕਾਸਟਿੰਗ ਹੋ ਗਈ ਹੈ ਤੁਸੀਂ ਇਹਦੇ ਚੋਂ ਕੁਝ ਘਟਾਣਾ ਚਾਹੁੰਦੇ ਹੋ ਤਾਂ ਕਟਵਾ ਲਓ ਬਹੁਤ ਗੈਸਟ ਕਟਾ ਵੀ ਦਿੰਦੇ ਨੇ ਬਹੁਤ ਗੈਸਟ ਕਹਿੰਦੇ ਨੇ ਕਿ ਨਹੀਂ ਅਸੀਂ ਨਹੀਂ ਘਟਾਣਾ ਜਾਂਦੇ ਨਹੀਂ ਨਹੀਂ ਉਹੀ ਆ ਦੇਖੋ ਵੀ ਆਪਾਂ ਬੜਾ ਵਧੀਆ ਤੁਹਾਡੇ ਨਾਲ ਗੱਲਬਾਤ ਹੋ ਰਹੀ ਆ ਤੇ ਐਂਡ ਆਪਾਂ ਚਲੋ ਜੇ ਵੀ ਇਹੀ ਆ ਵੀ ਸਾਰਿਆਂ ਦੇ ਪਰਮਾਤਮਾ ਆ ਉਹ ਕੋਈ ਵੀ ਆ ਮੇਰਾ ਇੱਕ ਸਵਾਲ ਰਹਿੰਦਾ ਹੈ ਹਾਂਜੀ ਅੱਛਾ ਤਾਂ ਹਾਂਜੀ ਜਿਵੇਂ ਮੁੱਦਾ ਚੱਲ ਰਿਹਾ ਹੁਣ ਸੋਸ਼ਲ ਮੀਡੀਆ ਦੇ ਵਿੱਚ ਨਾਨ ਵੇਜ ਦਾ ਉਸ ਪੂਰੀ ਦੁਨੀਆ ਚ ਵਾਇਰਲ ਹੈ ਪਰ ਤੁਹਾਨੂੰ ਲੱਗਦਾ ਕਿ ਤੇ ਅੰਮ੍ਰਿਤ ਛਕਣ ਦੇ ਨਾਲ ਨਾਲ ਇਹਦੀਆਂ ਬਹੁਤ ਮर्याਦਾ ਹੁੰਦੀ ਹੈ ਜਦੋਂ ਹੁਣ ਇੱਕ ਬੰਦਾ ਅੰਮ੍ਰਿਤ ਛਕ ਲੈਂਦਾ ਉਹ ਪੂਰੇ ਧਰਮ ਨੂੰ ਰਿਪਰੈਜ਼ੈਂਟ ਕਰਨ ਲੱਗ ਜਾਂਦਾ ਹਾਂਜੀ ਹਾਂਜੀ ਕਿਉਂਕਿ ਨਿਹੰਗ ਬਾਣਾ ਐਸਾ ਕਿ ਉਹਨੂੰ ਦੇਖ ਕੇ ਹਰ ਬੰਦਾ ਸੇਫ ਮਹਿਸੂਸ ਕਰਦਾ ਹੈ ਕਿ ਜੇ ਬਾਣੇ ਚ ਮੈਂ ਸੁਣਿਆ ਕਿ ਪਹਿਲੇ ਜ਼ਮਾਨੇ ਚ ਤਾਂ ਟ੍ਰੇਨਾਂ ਚ ਜਿਹੜੇ ਨਿਹੰਗ ਸਾਹਿਬ ਚੜ੍ਹ ਜਾਂਦੇ ਸੀ ਤਾਂ ਲੋਕ ਕਹ ਇਹ ਕੋਈ ਐਦਾਂ ਦੀ ਚੀਜ਼ ਕਰਦਾ ਜੋ ਵੀ ਹੁੰਦਾ ਹੈ ਵਿੱਚ ਵਿੱਚ ਕਿ ਇਹਦਾ ਵੀ ਇੱਕ ਟੈਸਟ ਲੈਣਾ ਚਾਹੀਦਾ ਪਹਿਲਾਂ ਪੁਰਾਣੇ ਕਈ ਜਿਵੇਂ ਮੈਂ ਪੜਿਆ ਸੀਗਾ ਅਖੰਡ ਕੀਰਤਨੀਆਂ ਹੋਏ ਨੇ ਸੰਤ ਰਣਜੀਤ ਸਿੰਘ ਜੀ ਹੋਏ ਨੇ ਹਨਾ ਤੇ ਕਈ ਵੰਦੇ ਪਹਿਲਾਂ ਐਵੇਂ ਹੀ ਕਈ ਬੰਦਿਆਂ ਤੋਂ ਦੋ ਦੋ ਤਿੰਨ ਤਿੰਨ ਸਹਿਜ ਪਾਠ ਕਰਵਾਉਂਦੇ ਹੁੰਦੇ ਸੀਗੇ ਵੀ ਪਹਿਲਾਂ ਵੀ ਪਹਿਲਾਂ ਬੰਦਾ ਟਰੈਕ ਤੇ ਚੜ੍ਹ ਜਵੇ ਫਿਰ ਉਹਨੂੰ ਅਲਾਉ ਕਰਦੇ ਸੀ ਵੀ ਅੰਮ੍ਰਿਤਸਰ ਇੱਕ ਤਾਂ ਇਹ ਚੀਜ਼ ਆ ਦੂਜੇ ਪਾਸੇ ਇਹ ਆ ਵੀ ਕਈ ਆਪਾਂ ਸੇਵਤਾਂ ਰਹ ਸਕਦੇ ਆ ਅੰਮ੍ਰਿਤਸਰ ਤੋਂ ਬਾਅਦ ਤੁਹਾਡੀ ਕੰਪਨੀ ਉਹ ਜੀ ਹੋ ਜਾਵੇ ਵਧੀਆ ਬੰਦਿਆਂ ਦੀ ਫਿਰ ਤੁਸੀਂ ਵਧੀਆ ਹੋ ਠੀਕ ਹੈ ਤੇ ਅਗਲੀ ਗੱਲ ਟ੍ਰੇਨ ਨਾਲ ਹੀ ਤੁਸੀਂ ਗੱਲ ਕੀਤੀ ਜਿਹੜਾ ਇਹ ਨਹਿਂਗ ਸਿੰਘਾਂ ਨੂੰ ਟ੍ਰੇਨਾਂ ਦਾ ਹੈਗਾ ਫ੍ਰੀ ਉਹ ਇਹੀ ਪਰਪਸ ਹੈਗਾ ਤੁਸੀਂ ਜਿਹੜਾ ਦੱਸਿਆ ਨਹੀਂ ਨਹੀਂ ਫ੍ਰੀ ਨਹੀਂ ਅੱਛਾ ਓਕੇ ਸੌਰੀ ਮੈਨੇ ਸਿਗਾ ਕਿ ਉਹ ਸੇਫਟੀ ਮਹਿਸੂਸ ਕਰਦੇ ਸੀ ਲੋਕ ਜਦੋਂ ਉਹ ਆ ਕੇ ਮਤਲਬ ਉੱਥੇ ਹੀ ਟ੍ਰੈਵਲ ਕਰਦੇ ਸੀ ਹਾਂ ਇਹਦੀ ਸ਼ੁਰੂਆਤ ਇੱਥੋਂ ਹੋਈ ਸੀਗੀ ਜਦੋਂ ਅੰਗਰੇਜ਼ਾਂ ਦਾ ਰਾਜ ਸੀਗਾ ਦੇਖੋ ਮੈਂ ਉਹੀ ਪਹਿਲਾਂ ਕੱਲ ਕਹੀ ਵੀ ਪੰਜੀ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਬਹੁਤ ਨੰਹੰਗ ਸਿੰਘ ਵਧੀਆ ਨੇ ਤੇ ਹਰੇ ਫੀਲਡ ਹਰ ਫੀਲਡ ਵਿੱਚ ਵਧੀਆ ਘਟਿਏ ਬੰਦੇ ਹੁੰਦੇ ਨੇ ਪਰ ਉਦੋਂ ਕੀ ਹੁੰਦਾ ਸੀ ਟ੍ਰੇਨਾਂ ਵਿੱਚ ਜਿਹੜੀ ਗੱਡੀ ਵਿੱਚ ਨੰਹੰਗ ਸਿੰਘ ਚੜ ਜਾਂਦੇ ਸੀਗੇ ਲੇਡੀਜ਼ ਸਾਰੇ ਉਹ ਸੇਫ ਮਹਿਸੂਸ ਕਰਦੇ ਸੀ ਅੰਗਰੇਜ਼ਾਂ ਨੇ ਇਹ ਦੇਖਿਆ ਵੀ ਇੰਨਾ ਕਰਕੇ ਤਾਂ ਸਾਨੂੰ ਕੋਈ ਬੜਾ ਧਿਆਨ ਦੇਣਾ ਨਹੀਂ ਪੈਂਦਾ ਉਹਨਾਂ ਨੇ ਫ੍ਰੀ ਕਰਤਾ ਸੀਗਾ ਇਹ ਗੱਲ ਆ ਵੀ ਕੈਰੇਕਟਰ ਦੀ ਗੱਲ ਮੁਕ ਦੀ ਗੱਲ ਕੈਰੇਕਟਰ ਤੇ ਆ ਮੈਂ ਅਕਸਰ ਗੱਲ ਕਰਦਾ ਹੁੰਨਾ ਜਦੋਂ ਚਮਕੌਰ ਸਾਹਿਬ ਦੀ ਜੰਗ ਹੋਈ ਆ ਬਹੁਤ ਸਾਨੂੰ ਪ੍ਰਾਊਡ ਹੁੰਦਾ ਹੋਣਾ ਵੀ ਚਾਹੀਦਾ ਸਹਬਜ਼ਾਦਿਆਂ ਤੇ 40 ਸਿੰਘਾਂ ਤੇ ਉਹ ਲੜਨ ਕਰਕੇ ਨਹੀਂ ਪ੍ਰਾਊਡ ਹੈਗਾ ਦੇਖੋ ਜੇ ਸਹਬਜ਼ਾਦਿਆਂ ਨੇ ਜਾਂ ਸਿੰਘਾਂ ਨੇ ਕਿਰਪਾਨਾਂ ਚਲਾਈਆਂ ਉਹਨਾਂ ਨੂੰ ਵੀ ਆਉਂਦੀਆਂ ਸੀਗੀਆਂ ਸਹਬਜ਼ਾਦਿਆਂ ਦਾ ਸ਼ਹੀਦਾਂ ਸਿੰਘਾਂ ਦਾ ਸਤਕਾਰ ਕਿਉਂ ਬਿਕੋਜ਼ ਆਫ ਕੈਰੈਕਟਰ ਵੀ ਉਹ ਕੈਰੈਕਟਰ ਦੇ ਠੀਕ ਆ ਹੁਣ ਦੇਖੋ ਹਰੀ ਸਿੰਘ ਨਲਵੇ ਹੋਣਾ ਕੋਲੇ ਜਦੋਂ ਬੜੀ ਚੜ੍ਹਦੀ ਗੱਲਾ ਸੀਗੀ ਉਹ ਕਸ਼ਮੀਰ ਦੇ ਏਰੀਆ ਵਿੱਚ ਸੀਗੇ ਉਦੋਂ ਇੱਕ ਲੇਡੀ ਬੰਨੋ ਆਈ ਉਹਨਾਂ ਨੂੰ ਕਹਿੰਦੀ ਸਾਰੇ ਜਾਣਦੇ ਨੇ ਵੀ ਮੈਂ ਤੁਹਾਨੂੰ ਲਾਈਕ ਕਰਦੀ ਆ ਵੀ ਮੈਂ ਚਾਹੁੰਨੀ ਆ ਵੀ ਤੁਹਾਡੇ ਵਰਗਾ ਮੇਰਾ ਬੇਟਾ ਹੋਵੇ ਉਹ ਕਿਉਂ ਹੋ ਜੇ ਤੁਸੀਂ ਵੀ ਮੈਰਿਜ ਹੋਊਗੀ ਉਹ ਕਹਿੰਦੇ ਵੀ ਵੀ ਮੈਂ ਗੁਰੂ ਦਾ ਸਿੰਘ ਆ ਵੀ ਮੈਂ ਨਹੀਂ ਕਿਵੇਂ ਕਰਾ ਸਕਦਾ ਉਹ ਕਹਿੰਦੇ ਚਲ ਅੱਜ ਤੋਂ ਤੂੰ ਮੇਰੀ ਮਾਂ ਤੇਰਾ ਮੁੰਡਾ ਮੈਂ ਤੇਰਾ ਮੁੰਡਾ ਹੈਨਾ ਮਤਲਬ ਇਹ ਕਰੈਕਟਰਾਂ ਦੀਆਂ ਗੱਲਾਂ ਨੇ ਠੀਕ ਆ ਤੇ ਵੀ ਪਰਮਾਤਮਾ ਦੇ ਮੁੱਤੇ ਅਸੀਂ ਕਿੰਨੇ ਕਰੈਕਟਰ ਤਾਂ ਵਧੀਆ ਹੋਊਗਾ ਜੇ ਆਪਾਂ ਸਾਰਿਆਂ ਨੇ ਪਰਮਾਤਮਾ ਨੂੰ ਦੇਖਾਂਗੇ ਕਿਰਦਾਰ ਹਾਂ ਕਿਰਦਾਰ ਹਾਂਜੀ ਇਹ ਗੱਲ ਆ ਵੀ ਚਲੋ ਮੇਨ ਫੋਕਸ ਪਰਮਾਤਮਾ ਤੇ ਹੀ ਆ ਸਾਰੇ ਧਰਮ ਇਹ ਦੇਖੋ ਇਹ ਦੁਨੀਆ ਇਹ ਧਰਤੀ ਪਤਾ ਨਹੀਂ ਕਦੋਂ ਦੀ ਬਣੀ ਆ ਬਹੁਤ ਜੁਗਾਂ ਜਗੰਤਰਾ ਹਨ ਆਦ ਸੱਚ ਪਰਮਾਤਮਾ ਉਹਨਾਂ ਤੋਂ ਵੀ ਪਹਿਲਾਂ ਦਾ ਹੀ ਆ ਆਪਾਂ ਮਰ ਮਰ ਜਾਣਾ ਫੇਰ ਚੱਲਦਾ ਰਹਿਣਾ ਕੰਮ ਕਰ ਰਹਿਣਾ ਉਹਨੇ ਪਰਮਾਤਮਾ ਨਹੀਂ ਆ ਠੀਕ ਆ ਭੀ ਉਹ ਜਿਹੜਾ ਰੱਬ ਪਰਮਾਤਮਾ ਅੱਲਾ ਵਾਹਿਗੁਰੂ ਰਾਧੇ ਰਾਧੇ ਉਹ ਇੱਕੋ ਆ ਤੇ ਉਹ ਸਾਰਿਆਂ ਚ ਉਹਨੂੰ ਮੰਨ ਕੇ ਜੇ ਜਿਉਈਏ ਵੀ ਸਵਰਗ ਬਣ ਜਾਊਗਾ ਤੇ ਸਾਰਿਆਂ ਦੇਖੋ ਹੁਣ ਤੁਸੀਂ ਸੇਵਾ ਕਰਦੇ ਹੋ ਤੁਸੀਂ ਥੋੜੀ ਸੰਸਥਾ ਦੇ ਤੁਸੀਂ ਮੁਖੀ ਹੋ ਠੀਕ ਆ ਤੁਹਾਨੂੰ ਜਿਹੜੇ ਸੰਸਥਾ ਵਾਲੇ ਹੈਗੇ ਨੇ ਤੁਹਾਨੂੰ ਖੁਸ਼ ਕਰ ਦੇਣ ਕਈ ਕੰਮ ਸੋਲਵ ਹੋ ਜਾਂਦੇ ਨੇ ਪ੍ਰਮਾਤਮਾ ਨੂੰ ਆਪਾਂ ਜੇ ਖੁਸ਼ ਕਰ ਦਈਏ ਉਹੀ ਖੁਸ਼ ਕਰਨਾ ਕਿਵੇਂ ਆਪਾਂ ਪਹਿਲਾਂ ਗੱਲ ਕਰ ਲਈ ਬਹੁਤ ਕੰਮ ਸੋਲਵ ਹੋ ਜਾਣਗੇ ਇਹ ਜਿਹੜੀ ਗੱਲ ਆ ਵੀ ਇਹ ਹਿਮਾਪੁਰ ਖਾਪ ਨੂੰ ਮੈਸੇਜ ਦਿੰਦ ਨੇ ਪ੍ਰੇਮਾਨੰਦ ਜੀ ਵਰਗੇ ਰਾੜੇ ਸਾਹਿਬ ਵਾਲਿਆਂ ਵਰਗੇ ਜਾਂ ਹੋਰ ਸਾਰੇ ਸਾਰੇ ਸਤਿਕਾਰਯੋਗ ਨੇ ਵੀ ਇਹ ਆ ਵੀ ਆਪਾਂ ਕਰਮ ਆਪਣੇ ਗਿਣੇ ਜਾਣੇ ਨੇ ਹਨਾ ਵੀ ਪੁੱਛਿਆ ਜ਼ਰੂਰ ਜਾਣਾ ਧਰਮ ਰਾਜ ਦੇ ਮੂਰੇ ਧਰਮ ਰਾਜ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਸ਼ਬਦ ਅਗਰਬਾਨੀ ਦਾ ਉਥੇ ਮੋਸੇ ਚੱਠਾ ਕੱਢ ਲੈਣਾ ਵੀ ਵੀ ਪ੍ਰਭਸ ਸਿਮਰਨ ਵੀ ਤੂੰ ਵੀਡੀਓ 'ਚ ਤਾਂ ਬਹੁਤ ਬੋਲਦਾ ਸੀ ਕੀਤਾ ਕੀ ਆ ਉਥੇ ਬੋਰਕਾ ਸਿੰਘ ਜੋ ਬੜੀ-ਬੜੀ ਉਹਦੀਆਂ ਗੱਲਾਂ ਕਰਦੇ ਹੋ ਤੁਸੀਂ ਅਸਲੀ 'ਚ ਕੀ ਕੀਤਾ ਹੈ ਹਾਂ ਹਾਂ ਉਹ ਤੇ ਈ ਘਲਾਉਣਾ ਵੀ ਹੂੰ ਤਾਂ ਉਹ ਬੜੇ ਬੱਕਰੇ ਬੁਲਾਉਂਦਾ ਰਿਹਾ ਵੀ ਕਰਕੇ ਜੀਆਂ ਕਟੋ ਝਟਾ ਓਏ ਹੈ ਤੁਹਾਨੂੰ ਕੀ ਤੁਹਾਨੂੰ ਕੀ ਲੱਗਦਾ ਬਈ ਤੁਸੀਂ ਠੀਕ ਚੱਲ ਰਹੇ ਹੋ ਪਤਾ ਨਹੀਂ ਠੀਕ ਆ ਇਹ ਕੋਈ ਨਹੀਂ ਕਹਿ ਸਕਦੇ ਹੈਗੇ ਪਰ ਬੜਾ ਬੜਾ ਵਧੀਆ ਲੱਗਿਆ ਤੁਹਾਨੂੰ ਨਾ ਪੋਡਕਾਸਟ ਕਰਕੇ ਬਈ ਬੜਾ ਪੋਜ਼ਿਟਿਵ ਜਿਹਾ ਮਾਹੌਲ ਮਿਲਿਆ ਔਰ ਜੇ ਸਾਰੇ ਹੀ ਐ ਸੋਚਣ ਲੱਗ ਜਾਣ ਇੱਕ ਦੂਜੇ ਦਾ ਸਤਿਕਾਰ ਕਰਨ ਲੱਗ ਜਾਣ ਤਾਂ ਦੇਖੋ ਮੈਂ ਉਹ ਪਿਛਲੇ ਜਿਹੇ ਕਿਉਂ ਇੰਟਰਵਿਊ ਹੋਈ ਸੀ ਉਸ ਵਿੱਚ ਵੀ ਗੱਲ ਕੀਤੀ ਕਈ ਵਾਰ ਸਾਨੂੰ ਹੁੰਦਾ ਵੀ ਕੋਈ ਮਾੜੀ ਮੋਟੀ ਵੀ ਚੱਕ ਦੋ ਫਟੇ ਐਂ ਕਰ ਦੋ ਐਂ ਕਰ ਦੋ ਵੀ ਦੂਜੇ ਪਾਸੇ ਗਰਬਾਣੀ ਪੜਦੇ ਫਰੀਦਾ ਜੋਤੈ ਮਾਰਨ ਮੁਕੀਆਂ ਜੋ ਤੇਰੇ ਮੁਕੇ ਮਾਰਦੇ ਨੇ ਕੀ ਕਰੀਏ ਚੱਕਦੀ ਫੱਟੇ ਮਹਾਰਾਜ ਕਹਿੰਦੇ ਜੋਤੈ ਮਾਰਨ ਮੁਕੀਆਂ ਤੇਨਾਂ ਨਾਲ ਮਾਰੇ ਘੁਮ ਆਪ ਪਨੜਾਇ ਕਰ ਜਾਈਏ ਪੈਰ ਤੇ ਨਾਂ ਦੇ ਚੁੰਮ ਹੁਣ ਸਾਡੇ ਵਰਗੇ ਕੀ ਕਹਿੰਦਾ ਆ ਸੋਸ਼ਲ ਮੀਡੀਆ ਤੇ ਵੀਡੀਓ ਹੁੰਦੀਆਂ ਹੁੰਦੀਆਂ ਨੇ ਜੋ ਤਰਨਾ ਆਏ ਕਰਦਾ ਉਹਨੂੰ ਵਾਂਹੇ ਕਰਦੇ ਰੱਬ ਤੇਰਾ ਨਾਂ ਐ ਕਰੂਗਾ ਉਹ ਆਏ ਖਤਮ ਹੋ ਜਾਊਗਾ ਗਰਬਾਣੀ ਕਹਿ ਰਹੀ ਆ ਫਰੀਦਾ ਜੋਤੈ ਮਾਰਨ ਮੁਕੀਆਂ ਤੇਨਾਂ ਨਾਲ ਮਾਰੇ ਘੁਮ ਆਪਣੜੇ ਕਰਜੀਆਂ ਪੈਰਤਨਾ ਦੇ ਚਮ ਗਰਮਾਣੀ ਕਹਿ ਰਹੀ ਆ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਹੈ ਸਾਡੇ ਵਰਗਾ ਕੁਝ ਦੁਨੀਆ ਤੇ ਮਾੜਾ ਮੋਟਾ ਕਰਦਾ ਆ ਤੇ ਵੀ ਬੱਲੇ ਬੱਲੇ ਹਨਾ ਹੋਰ ਗੁਰੂ ਨਾਨਕ ਦੇਵ ਜੀ ਆਪ ਪਰਮਾਤਮਾ ਨਾਨਕ ਨੀਚ ਕਹੇ ਵਿਚਾਰ ਕੋਈ ਕਹ ਦੋ ਮਾਨੀਚਾ ਕੋਈ ਨਹੀਂ ਕਹਿ ਸਕਦਾ ਇਹ ਧਰਮ ਵਾਲਾ ਸਿਸਟਮ ਹੋਰ ਆ ਪ੍ਰੇਮਾਨੰਦ ਜੀ ਵਰਲਡ ਤੇ ਛਾਏ ਪਏ ਨੇ ਜਿਹੜਾ ਬੰਦਾ ਉਹਨਾਂ ਕੋਈ ਕੋਈ ਵੀ ਆਉਂਦਾ ਨੀਵੇਂ ਹੋ ਕੇ ਮਿਲਦੇ ਨੇ ਹਾਂ ਜੀ ਉਹ ਉਹ ਪ੍ਰੋਬਲਮ ਦੇ ਵਿੱਚ ਆਪ ਹੈਗੇ ਨੇ ਹਰੇਕ ਮਾਂਪੁਰਖ ਦੇ ਆਉਣ ਤੇ ਆਪ ਨੀਵੀਂ ਹੋ ਕੇ ਬਹਿ ਜਾਂਦੇ ਨੇ ਬਿਲਕੁਲ ਮਤਲਬ ਇਹ ਗੱਲ ਆ ਵੀ ਦੇ ਧਰਮ ਆਪਾਂ ਨੂੰ ਇੱਕ ਕੁਆਲਿਟੀ ਸਿਖਾਉਂਦਾ ਨੀਵੀਂ ਰਹਿਣਾ ਸਿਖਾਉਂਦਾ ਜਾਂ ਹਾਂ ਜਿੱਥੇ ਕੋਈ ਜ਼ੁਲਮ ਹੁੰਦਾ ਆ ਉੱਥੇ ਉਹਦਾ ਟੱਕਰ ਵੀ ਕਰਨਾ ਹੈਗਾ ਹਾਂ ਮੈਂ ਉਮੀਦ ਕਰਾਂਗਾ ਕਿ ਪ੍ਰਮਾਤਮਾ ਤੁਹਾਨੂੰ ਜਲਦੀ ਪ੍ਰੇਮੰਦ ਮਹਾਰਾਜ ਜੀ ਦੇ ਦਰਸ਼ਨ ਕਰਾਣ ਹਾਂ ਤੇ ਕਿਉਂਕਿ ਉਹ ਵਾਕਈ ਦਰਸ਼ਨ ਕਰਨ ਵਾਲੀ ਰੂਹ ਹੈ ਹਾਂ ਜੀ ਹਾਂ ਜੀ ਤੇ ਕਿਉਂਕਿ ਜਿੰਨਾ ਉਹਨਾਂ ਨੇ ਲੋਕਾਂ ਨੂੰ ਵਹਿਮ ਪਰਮਾ ਦੇ ਵਿੱਚੋਂ ਕੱਢਿਆ ਮੈਨੂੰ ਲੱਗਦਾ ਕਿ ਅੱਜ ਅੱਜ ਦੇ ਜਮਾਨੇ ਦੇ ਵਿੱਚ ਕਿਉਂਕਿ ਦੇਖੋ ਆਪਣੀ ਕੁੱਟੀਆਂ 'ਚ ਹੀ ਰਹਿੰਦੇ ਨੇ ਹਾਂ ਕਿਤੇ ਨਹੀਂ ਜਾਂਦੇ ਕੋਈ ਪ੍ਰੋਗਰਾਮ ਦੇ ਕੋਈ ਲੱਖਾਂ ਕਰੋੜਾ ਰੁਪਏ ਨਹੀਂ ਮੰਗਦੇ ਔਰ ਇਹ ਬਹੁਤ ਵੱਡੀ ਗੱਲ ਹੈ ਤੇ ਮੈਂ ਇੱਕ ਦੇਖੀ ਪਿੱਛੇ ਜੇ ਵੀਡੀਓ ਹਜੂਰ ਸਾਹਿਬ ਦੇ ਬਾਬਾ ਕਲਵੰਤ ਸਿੰਘ ਜੀ ਜਿਹੜੇ ਹੈਡ ਅੰਦਰ ਨੇ ਹਨਾ ਜੀ ਸਿੰਘ ਸਹਿਬਾਨ ਬਾਬਾ ਕਲਵੰਤ ਸਿੰਘ ਜੀ ਮਤਲਬ ਸਾਰਿਆਂ ਨੂੰ ਉੱਤੇ ਨੇ ਕਿਉਂਕਿ ਜਿਹੜਾ ਗੁਰਗੋਬਿੰਦ ਸਿੰਘ ਜੀ ਵਾਲੀ ਅੰਦਰ ਜਗ੍ਹਾ ਆ ਉੱਥੇ ਉਹੀ ਜਾਂਦੇ ਨੇ ਤੇ ਪ੍ਰੇਮਾਨੰਦ ਜੀ ਕੋਲੇ ਜਿਹੜੇ ਬਾਬਾ ਕੁਲਵੰਤ ਸਿੰਘ ਜੀ ਨਾਲ ਸਿੰਘ ਰਹਿੰਦੇ ਨੇ ਉਹ ਆਏ ਉਹ ਦੇਖੋ ਉਹਨਾਂ ਨੂੰ ਭੇਜਿਆ ਗਿਆ ਤਾਂ ਹੀ ਆਏ ਕਿਉਂਕਿ ਉਹਨਾਂ ਦੇ ਸੇਵਕ ਨੇ ਕੁਲਵੰਤ ਸਿੰਘ ਜੀ ਦੇ ਤੁਸੀਂ ਦੇਖੋ ਵੀ ਮੈਂ ਇਹ ਸੋਚ ਰਿਹਾ ਸੀ ਵੀ ਬਾਬਾ ਕੁਲਵੰਤ ਸਿੰਘ ਜੀ ਹੁਣੇ ਵੀ ਕਿਤੇ ਨਾ ਕਿਤੇ ਸ਼ਾਇਦ ਵੀਡੀਓ ਜਾਂ ਸੁਣਦੇ ਹੋਣ ਫਿਰ ਉਹਨਾਂ ਨੇ ਕੀ ਕਿਹਾ ਵੀ ਹਜੂਰ ਸਾਹਿਬ ਆਵੋ ਉਹਨਾਂ ਨੇ ਕਿਹਾ ਹੋਣਾ ਤੇ ਇਹਨਾਂ ਮਤਲਬ ਸਤਕਾਰ ਕਿਉਂ ਇਹ ਪ੍ਰਮਾਤਮਾ ਕਰਵਾ ਰਿਹਾ ਸਾਰਾ ਕੁਝ ਕੋਈ ਉਹਨਾਂ ਦੇ ਵਿਰੋਧ ਨਹੀਂ ਮਾਰੇ ਕਹਿੰਦੇ ਜੋ ਵੀ ਪ੍ਰਮਾਤਮਾ ਦਾ ਪਿਆਰਾ ਆ ਉਹ ਸਾਰਿਆਂ ਦਾ ਪਿਆਰਾ ਆ ਉਹ ਪ੍ਰਮਾਤਮਾ ਦੇ ਪਿਆਰੇ ਨੇ ਸਾਰੇ ਲਾਈਕ ਕਰ ਦਿੰਦੇ ਨੇ ਐਵੇਂ ਚਲੋ ਵੀ ਮੈਂ ਉਹੀ ਅਰਦਾਸ ਕਰਦਾ ਵੀ ਉਹਨਾਂ ਨੂੰ ਪਰਮਾਤਮਾ ਹੋਰ ਲੰਬੀ ਉਮਰ ਦਵੇ ਬੜੀ ਲੋੜ ਆ ਲੋੜ ਹੈ ਹਾਂ ਕਈਆਂ ਦੇ ਕੰਮ ਉਹਨਾਂ ਨੇ ਬੰਦ ਕਰਾਤੇ ਪਖੰਡ ਉਹਨਾਂ ਨੇ ਉਹ ਚੀਜ਼ ਦੀ ਬਹੁਤ ਖੁਸ਼ੀ ਹੈ ਜੀ ਹਾਂ ਬਹੁਤ ਖੁਸ਼ੀ ਆ ਤੇ ਠੀਕ ਹੈ ਜਿੰਨਾ ਪਰਮਾਤਮਾ ਨਾਲ ਜੁੜ ਰਹੇ ਨੇ ਔਰ ਮਤਲਬ ਇੰਨੇ ਵਧੀਆ ਢੰਗ ਨਾਲ ਜੁੜ ਰਹੇ ਨੇ ਕਿ ਸਾਡੇ ਵਰਗੇ ਵੀ ਜਿਹੜੇ ਯੰਗਸਟਰ ਨੇ ਇਹਨਾਂ ਦੇ ਦਿਮਾਗ 'ਚ ਬੜੇ ਸਵਾਲ ਚੱਲਦੇ ਨੇ ਉਹਨਾਂ ਕੋਲ ਵੀ ਹਰ ਗੱਲ ਦਾ ਜਵਾਬ ਆ ਹੈ ਜੀ ਹਾਂ ਕਈ ਜਣੇ ਪ੍ਰੇਤਾਂ ਬਾਰੇ ਕੁਐਸਚਨ ਕੀਤੇ ਉਹ ਕਹਿੰਦਾ ਨਾਮ ਜਪੋ ਤੁਹਾਡੇ ਕੋਲ ਕੋਈ ਨਹੀਂ ਆ ਸਕਦਾ ਹੈਨਾ ਕੀਤੇ ਨੇ ਨਾ ਉਹਨਾਂ ਨੇ ਦੇਖੋ ਆਹੀ ਚੀਜ਼ ਚ ਮਕਾਦਾ ਨਾ ਕਿ ਕਰਮ ਕਰੋ ਉਹਨਾਂ ਨੇ ਦੇ ਵੀ ਗੱਲ ਕਹੀ ਹੈ ਕਿ ਜੇ ਤੁਸੀਂ ਚੰਗੇ ਕਰਮ ਕਰਦੇ ਹੋ ਤਾਂ ਤੁਹਾਨੂੰ ਕਿਸੇ ਮਹਾਂਪੁਰਖ ਕੋਲ ਜਾਣ ਦੀ ਆਸ਼ੀਰਵਾਦ ਲੈਣ ਦੀ ਲੋੜ ਨਹੀਂ ਹਾਂ ਆਪ ਹਾਂ ਇਹ ਕੌਣ ਕਹਿੰਦਾ ਹਾਂ ਪਰ ਇਹ ਬੜਾ ਵਧੀਆ ਕਿੱਡੀ ਵੱਡੀ ਗੱਲ ਆ ਪਰ ਮੈਨੂੰ ਬਹੁਤ ਵਧੀਆ ਲੱਗਿਆ ਬਈ ਤੁਹਾਡਾ ਨਾ ਪੋਡਕਾਸਟ ਕਰਕੇ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਤੁਹਾਡੀਆਂ ਵੀਡੀਓਜ਼ ਬਹੁਤ ਚਿਰ ਤੋਂ ਸਾਡੀ ਸਾਰੀ ਫੈਮਿਲੀ ਸੁਣਦੀ ਅਸੀਂ ਦੇਖਦੇ ਆ ਤੇ ਤੇ ਤੁਸੀਂ ਜੋ ਇੱਥੇ ਕਰਦੇ ਹੋ ਸਾਰਾ ਪੇਸ਼ੈਂਟਾਂ ਦਾ ਕਿਉਂਕਿ ਅਸੀਸਾਂ ਮੁਕ ਆਪਾਂ ਮਕਾਈਏ ਗੱਲ ਉੱਥੇ ਹੀ ਦੇਹੋ ਸਜਣ ਅਸੀਸੜੀਆਂ ਜਿਉਂ ਹੋਵੇ ਸਹਬ ਸਿਉ ਮੇਲ ਜਦੋਂ ਤੁਸੀਂ ਕਿਸੇ ਨੂੰ ਦਵਾਈ ਬੂਟੀ ਦਿਵਾਉਨੇ ਹੋ ਜਿਹੜੀ ਅਸੀਸਾਂ ਉਹ ਪੇਸ਼ੈਂਟ ਦੇ ਕੇ ਜਾਂਦੇ ਨੇ ਪਤਾ ਹੀ ਨਹੀਂ ਕਿੰਨੇ ਥੋਡੀਆਂ ਫੈਮਿਲੀਜ਼ ਹਨਾ ਕਿੰਨੇ ਅਗਲੇ ਜਨਮ ਜਾ ਹੋਰ ਇਹ ਤੁਹਾਡੇ ਪੁੱਤ ਵਾਦਦੇ ਨੇ ਪਰਮਾਤਮਾ ਕਿਰਪਾ ਕਰਦਾ ਅਸੀਸਾਂ ਨਹੀਂ ਮਿਲਦੀਆਂ ਆਮ ਲੋਕਾਂ ਤੋਂ ਤੁਸੀਂ ਲੱਖਾਂ ਅਸੀਸ ਜੇ ਤੁਹਾਨੂੰ ਮਿਲ ਗਈ ਤੁਹਾਡੀ ਬੱਲੇ ਬੱਲੇ ਆ ਪਰਮਾਤਮਾ ਖੋਸ਼ ਆ ਐਵੇਂ ਤੁਸੀਂ ਕਰਦੇ ਰਹੋ ਪਰਮਾਤਮਾ ਤੁਹਾਡੇ ਨਾਲ ਨੇ ਡਿਡ ਮਹਾਂਪੁਰਖ ਨਾਲ ਨੇ ਤੇ ਤੁਹਾਡਾ ਵੀ ਬਹੁਤ ਵਧੀਆ ਮੈਨੂੰ ਲੱਗਿਆ ਸਾਰੀ ਟੀਮ ਤੁਹਾਡੀ ਜਿਹੜੀ ਇੱਥੇ ਰਹੀ ਹੈ ਸਾਰੀ ਨਿਮਰਤਾ ਵਾਲੇ ਨੇ ਤੁਸੀਂ ਬੜੇ ਵੱਡੇ ਲੈਵਲ ਤੇ ਹੋ ਪਰ ਤੁਹਾਡੇ ਵਿੱਚ ਕੋਈ ਹੰਕਾਰ ਨਹੀਂ ਜਮੈਂ ਨਹੀਂ ਦੇਖਿਆ ਵੀ ਤੁਹਾਡਾ ਕੋਈ ਜਿਵੇਂ ਅੱਜ ਕੱਲੋ ਬਾਡੀਗਾਰਡ ਹੁੰਦੇ ਨੇ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਉਹ ਬਾਉਂਸਰਸ ਬਾਉਂਸਰਸ ਹਨਾ ਤੇ ਮੈਂ ਤਾਂ ਤੁਹਾਡੀ ਨਿਮਰਤਾ ਦੇਖ ਕੇ ਹੈਰਾਨ ਰਹਿ ਗਿਆ ਨਹੀਂ ਤੁਸੀਂ ਬਾਈਕ ਤੇ ਹੀ ਆ ਗਏ ਹੋ ਤੇ ਨਹੀਂ ਨਹੀਂ ਉਹ ਸਿੰਪਲ ਸਿੰਪਲੀਸਿਟੀ ਬਹੁਤ ਹੈ ਮੈਨੂੰ ਲੱਗਦਾ ਕਿ ਸਿੰਪਲੀਸਿਟੀ ਇਨਸਾਨ ਦੀ ਨੂੰ ਵੱਡਾ ਬਣਾਉਂਦੀ ਹੈ ਮੈਂ ਨਾ ਕਈ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ ਕਟਾਣਾ ਸਾਹਿਬ ਬਾਬਾ ਜੀ ਹੁੰਦੇ ਸੀਗੇ ਪੋਰਕਾਫ ਤਾਂ ਲੰਬਾ ਵੀ ਹੋ ਜਾਵੇ ਉਹ ਬਾਬਾ ਮਹਾਂ ਸਿੰਘ ਜੀ ਕਟਾਣਾ ਸਾਹਿਬ ਹੁੰਦੇ ਸੀਗੇ ਤੇ ਐਵੇਂ ਹੀ ਉਹਨਾਂ ਦਾ ਸਿੰਪਲ ਜਾਂ ਮੰਝਾ ਉਹ ਬਹੁਤ ਸੇਵਾ ਕਰਵਾਈ ਕਟਾਣੀ ਗੁਰਦੁਆਰਾ ਚੋਲਾ ਸਾਹਿਬ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਚੋਲਾ ਸਾਹਿਬ ਹੈ ਜੀ ਕਟਾਣੀ ਹੋ ਗਿਆ ਕਟਾਣਾ ਸਾਹਿਬ ਹੋ ਗਿਆ ਬੜੇ ਹੋਰ ਗੁਰਦੁਆਰਾ ਸਾਹਿਬ ਮਾਛੀਵਾੜਾ ਸਾਹਿਬ ਸਿੰਪਲ ਜਾਂ ਮੰਝਾ ਉਹਨਾਂ ਦਾ ਸਿੰਪਲ ਜੀਆਂ ਚੱਪਲਾਂ ਚਲੋ ਸਿੰਪਲ ਹੀ ਉਹ ਤਾਂ ਅਰਬਾਂ ਖਰਬਾਂ ਦੀਆਂ ਨੇ ਤੇ ਬਾਬਾ ਜੀ ਦੇ ਕੱਪੜੇ ਕਿਤੇ ਇੱਥੋਂ ਫਟੇ ਹੋਣੇ ਜੁੱਤੀ ਇੱਥੋਂ ਤੇ ਉਹਨਾਂ ਨੂੰ ਮਿਲਣ ਵਾਸਤੇ ਦੁਨੀਆਂ ਤਰਸਰੀ ਹੁੰਦੀ ਸੀ ਕੋਈ ਆਡੀ ਬਾਬਾ ਜੀ ਲੈ ਲਓ ਇੰਨੇ ਪੈਸੇ ਲੈ ਲਓ ਨਾ ਤੇ ਮਤਲਬ ਏਡੇ ਟਾਈਮ ਮੈਂ ਫਿਰ ਪਰਮਾਤਮਾ ਨੇ ਮੈਨੂੰ ਨਾ ਚੰਗੇ ਮਹਾਪੁਰਖਾਂ ਦੀ ਉਹ ਸੰਗਤ ਜਾਂ ਕਿ ਲੋ ਕਰਵਾਇਆ ਫਿਰ ਆ ਚੀਜ਼ਾਂ ਤੋਂ ਪਰ ਹੀ ਆਪਾਂ ਠੀਕ ਆ ਪਰਮਾਤਮਾ ਨੇ ਮੈਨੂੰ ਜੌਬ ਦਿੱਤੀ ਆ ਗਵਰਨਮੈਂਟ ਸਤਕਾਰ ਵਧੀਆ ਆ ਤੇ ਪਰ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਕੋਈ ਇੱਕ ਉਹਨਾਂ ਨਾਲ ਜੁੜ ਕੇ ਮੈਨੂੰ ਹੁੰਦਾ ਰਹਿਣਾ ਚਾਹੀਦਾ ਆ ਬਈ ਜਿਹੜੀ ਗਵਰਨਮੈਂਟ ਸਕੂਲ ਦੇ ਵਿੱਚ ਲੁਧਿਆਣੇ ਘਟਣਾ ਹੋਈ ਚਲੋ ਮੈਂ ਗੱਲ ਛੇੜਨੀ ਤਾਂ ਚਾਹੁੰਦੇ ਸੀ ਪਰ ਇੱਕ ਟੀਚਰ ਜਿਹੜੇ ਨੇ ਉਹ ਮਲਵੇ ਥਲੀ ਤੁਹਾਨੂੰ ਲੱਗਦਾ ਕਿ ਤਨੇ ਕਿਤੇ ਜਿਹੜੇ ਸਾਡੇ ਐਨ ਆਰ ਆਈਜ਼ ਨੇ ਜਾਂ ਪੰਜਾਬ ਦੇ ਦਾਨ ਕਰਨ ਵਾਲੇ ਲੋਕ ਕਹ ਲੋ ਜਾਂ ਪੈਸਿਆਂ ਦੀ ਮਾਲੀ ਸਾਈ ਤੱਕ ਕਰਨ ਵਾਲਿਆਂ ਨੂੰ ਉਹਨਾਂ ਨੂੰ ਸਾਡੇ ਸਰਕਾਰੀ ਹਸਪੀਟਲ ਤੇ ਸਰਕਾਰੀ ਸਕੂਲ ਨੇ ਜਿਹੜੇ ਐਡਾਪਟ ਕਰਨੇ ਚਾਹੀਦੇ ਨੇ ਆਲਦੋ ਇਹ ਕੰਮ ਸਰਕਾਰਾਂ ਦਾ ਹੈ ਪਰ ਆਪਾਂ ਸਾਰਾ ਦੋਸ਼ ਸਰਕਾਰਾਂ ਨੂੰ ਦੇ ਰਹੇ ਹਾਂ ਇੱਕ ਤਰ੍ਹਾਂ ਦੇ ਜਿੱਥੋਂ ਸਾਡੇ ਬੱਚੇ ਨਿੱਖਰਨੇ ਨੇ ਜਿੱਥੋਂ ਸਾਡਾ ਫਿਊਚਰ ਹੈ ਪੰਜਾਬ ਦਾ ਗਵਰਨਮੈਂਟ ਸਕੂਲਾਂ ਚੋਂ ਤੇ ਉੱਥੇ ਵੀ ਇਹਨਾਂ ਨੂੰ ਧਿਆਨ ਦੇ ਪਰ ਉਹ ਬਿਲਡਿੰਗ गिर ਗਈ ਬੜੀ ਸ਼ਰਮ ਵਾਲੀ ਗੱਲ ਹਾਂਜੀ ਹਾਂਜੀ ਦੇਖੋ ਹਨਾ ਵੀ ਇਹ ਜਿਹੜੇ ਸਰਕਾਰੀ ਸਕੂਲਾਂ ਦੇ ਟੀਚਰ ਆਉਂਦੇ ਨੇ ਸਾਰੇ ਟੈਸਟ ਕਲੀਅਰ ਕਰਕੇ ਆਉਂਦੇ ਨੇ ਤੇ ਜਿਹੜੇ ਆਪਣੇ ਪੰਜਾਬ ਦੇ ਬੱਚੇ ਨੇ ਹੁਣ ਸਾਡੇ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਬੜੇ એનਰਜੈਟਿਕ ਨੇ ਵੀ ਜੇ ਉਹਨਾਂ ਨੂੰ ਅੱਗੇ ਗਾਈਡ ਕੀਤਾ ਜਾਵੇ 올림픽ਸ ਦੇ ਮੈਡਲ ਆਪਣੇ ਬਹੁਤ ਆ ਸਕਦੇ ਨੇ ਮੈਂ ਇਹ ਸ਼ੋਰ ਤੇ ਜਿਹੜੇ ਐਨ ਆਰ ਆਈਜ਼ ਹੈਗੇ ਨੇ ਫੋਰਨ ਕੰਟਰੀਜ਼ ਵਾਲੇ ਵੀ ਗੱਲ ਥੋੜੀ ਉਹੀ ਹੈ ਵੀ ਦਾਨ ਆਪਾਂ ਕਿੱਥੇ ਕਰਨਾ ਹਨਾ ਦਾਨ ਸਾਰੇ ਕਰਨਾ ਚਾਹੁੰਦੇ ਨੇ ਹੁਣ ਪਿੰਡਾਂ ਦੇ ਵਿੱਚ ਜੇ ਆ ਮੌਸਮ ਚੱਲਦਾ ਤੁਸੀਂ ਜਾਣਦੇ ਹੋ ਮੈਂ ਛਿੰਝਾਂ ਸ਼ੁਰੂ ਨੇ ਕੋਲ ਜਿਹਨੂੰ ਕਹਿੰਦੇ ਆ ਕੁਸਤੀਆਂ ਹਨਾ ਉੱਥੇ ਵੀ ਚਲੋ ਉਹਨਾਂ ਨੇ ਕਿਸ ਨੇ ਮੋਟਰਸਾਈਕਲ ਦਾਨ ਕਰਨਾ ਕਿਸੇ ਨੇ ਕੁਝ ਦਾਨ ਕਰਨਾ ਮਤਲਬ ਕੋਈ ਕਿਤੇ ਪੈਸੇ ਲਾਉਂਦਾ ਬਹੁਤ ਕਈ ਅਮੀਰ ਵਿਅਕਤੀ ਲੁਧਿਆਣੇ ਸ਼ਹਿਰ ਚ ਬੈਠੇ ਨੇ ਵੀ ਜਿਵੇਂ ਉਹ ਬਿਲਡਿੰਗ ਡਿੱਗੀ ਵੀ ਆਪਾਂ ਦੇਖੀਏ ਹਨਾ ਜੇ ਉੱਥੇ ਕਰਦੇ ਫਿਰ ਅਸੀਸਾਂ ਮਿਲਣੀਆਂ ਸੀਗੀਆਂ ਉਹ ਅਸੀਸਾਂ ਬੱਚਿਆਂ ਦੀਆਂ ਉਹ ਅਧਿਆਪਕਾਂ ਦੀਆਂ ਉਹ ਸਕੂਲ ਬੜਾ ਵਧੀਆ ਪਹਿਲਾਂ ਉੱਥੇ ਮੈਡਮ ਹੁੰਦੇ ਸੀ ਕਿ ਮਨਜੂ ਮੰਜੂ ਭਾਰਤਵਾਜ ਹੁਣ ਡੀਓ ਬਣੇ ਹੋਏ ਨੇ ਸ਼ਰਫਤ ਰਗੜ ਸਾਹਿਬ ਦੇ ਤੇ ਬੜਾ ਵਧੀਆ ਸਕੂਲ ਆ ਉਹ ਪੜਾਉਣ ਵਾਲੇ ਟੀਚਰ ਬਹੁਤ ਵਧੀਆ ਨੇ ਉਹ ਮੈਡਮ ਟਰਾਂਸਫਰ ਕਰਵਾ ਕੇ ਆਏ ਸੀ ਪਹਿਲਾਂ ਹੁਣੇ ਕਿਤੋਂ ਤੁਸੀਂ ਦੇਖੋ ਵੀ ਸ਼ਾਤ ਇਕਦਮ ਗਰ ਜਾਣੀ ਫਿਰ ਹੁਣ ਉੱਥੇ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਦੇ ਪੇਰੈਂਟਸ ਦਾ ਮਨ ਵੀ ਸ਼ਰ ਬੈਕ ਆ ਸਕਦਾ ਵੀ ਮੈਂ ਬੱਚੇ ਨਾ ਭੇਜਾਂ ਹਨਾ ਵੀ ਆਪਾਂ ਵੀ ਐਨਆਰਆਈਜ਼ ਹੋ ਗਏ ਇੱਥੇ ਦੇ ਹੋ ਗਏ ਸਾਰੇ ਧਰਮਾਂ ਦੀਆਂ ਲੜਾਈਆਂ ਨਹੀਂ ਹੈਗੀਆਂ ਉੱਥੇ ਮਤਲਬ ਦਾਨ ਫਿਰ ਕਿੱਥੇ ਕਰਨਾ ਚਾਹੀਦਾ ਇਹ ਜੀ ਜਗ੍ਹਾ ਤੇ ਜਿਸੇ ਪਰਮਾਤਮਾ ਖੁਸ਼ ਹੋਵੇ ਧਰਮ ਦੀ ਲੜਾਈ ਕਾਦੀ ਕੋਈ ਆਪਣੀ ਲੜਾਈ ਨਹੀਂ ਹੈਗੀ ਆਪ ਤੁਹਾਡੇ ਫਰੈਂਡਸ ਸਾਰੇ ਧਰਮਾਂ ਦੇ ਮੇਰੇ ਫਰੈਂਡਸ ਸਾਰੇ ਧਰਮਾਂ ਦੇ ਹੈਗੇ ਨੇ ਫਿਰ ਆਪਾਂ ਜਿਹੜਾ ਦਸਵੰਦ ਆਪਣਾ ਉਹ ਹਰੇਕ ਧਰਮ ਨੂੰ ਵਾਸਤੇ ਜ਼ਰੂਰੀ ਹੈ ਕੱਢਣਾ ਫਿਰ ਆਪਾਂ ਉੱਥੇ ਲਾਈ ਜਿੱਥੇ ਆਪਣੀ ਜ਼ਰੂਰਤ ਆ ਤੁਸੀਂ ਪੇਸ਼ੈਂਟਾਂ ਤੇ ਲਵਾਉਨੇ ਹੋ ਉੱਥੇ ਜ਼ਰੂਰਤ ਆ ਸਕੂਲਾਂ ਤੇ ਗਰੀਬ ਬੱਚਿਆਂ ਤੇ ਲਗਵਾਈਏ ਹੈਨਾ ਤੇ ਇਹ ਚੀਜ਼ ਆ ਵੀ ਪਰਮਾਤਮਾ ਨੇ ਤਾਂ ਪਰਮਾਤਮ ਨੂੰ ਕਿਹੜਾ ਪੈਸਿਆਂ ਦੀ ਲੋੜ ਆ ਪਰਮਾਹਾਰਜ ਕਹਿੰਦੇ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਸੋਦਮਾ ਜੀ ਆਏ ਨੇ ਕ੍ਰਿਸ਼ਨ ਜੀ ਕੋਲੇ ਦੱਸੋ ਲੈ ਉਥੇ ਕਿੱਥੇ ਚੱਕਿਆ ਨੇ ਗੁਲਦਸਤੇ ਹੈ ਨਹੀਂ ਗੱਲ ਪ੍ਰੇਮ ਦੀ ਆ ਪੋਡਕਾਸਟ ਬਹੁਤ ਲੰਬਾ ਹੋ ਜਾਣਾ ਪਰ ਮੈਂ ਇਸ ਟਾਪਿਕ ਤੇ ਵੀ ਗੱਲ ਕਰਨਾ ਚਾਹੁੰਦਾ ਫਿਰ ਸਮਾਂ ਲਵਾਂਗੇ ਬਈ ਤੁਹਾਡੇ ਕੋਲ ਬਹੁਤ ਬਹੁਤ ਧੰਨਵਾਦ ਇਹ ਬੜਾ ਚੰਗਾ ਲੱਗਿਆ ਉਮੀਦ ਹੈ ਜਿਹੜੇ ਸੁਣਨ ਆਲੇ ਨੇ ਉਹਨਾਂ ਨੂੰ ਵਧੀਆ ਲੱਗਿਆ ਨਹੀਂ ਕੋਈ ਮੇਰੇ ਤੋਂ ਗਲਤੀ ਹੋ ਗਈ ਹੋਵੇ ਚਲੋ ਮੈਂ ਫਿਰ ਵੀ ਸੰਗਤ ਨੂੰ ਸੌਰੀ ਸੌਰੀ ਮੰਗ ਲੈਣਾ ਮੈਨੂੰ ਬਹੁਤ ਵਧੀਆ ਲੱਗਿਆ ਥੈਂਕ ਯੂ ਭਾਜੀ ਥੈਂਕ ਯੂ ਭਾਜੀ ਥੈਂਕ ਯੂ ਜੀ ਬਹੁਤ ਧੰਨਵਾਦ